My precept before the start of Gurmat class today, Saturday, 3rd of February 2024. All living beings have specified objectives of life and have to perform certain duties to realize those objectives. The tragedy of life is that most of us have forgotten the aims of life so pronounced and written for us by the Almighty. Now, these aims of life, as I said, so pronounced by God through his prophets and have turned our lives to a self-designed pattern. Life is colorful and beautiful, but we have made it boring and ugly. The farther we go from God, the more ugly we become. According to Guru Nanak, we all need to know the right direction of our march forward. Patience to walk on that long and windy path, education to read the road signs, knowledge to follow the right directions, caution of not getting lost, determination of not turning back, purity of the message being carried with, and the conviction of reaching the destination. A man of God follows the above instructions and reaches the complex of the kingdom of God, whereas the others run the various directions and lose their way. They seem to be one and solid from outside, but are weak and divided in many thousand tiny portions from inside. They lose their objective of life and wander around aimlessly. Tanrinkar, 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 Tanrinkar. Bolo. Vaheguru, Vaheguru, Vaheguru. Ek Omkar, Satnam, Karta Purakh, Nirpo, Nirvair, Akal Murat, Ajuni, Sabhang, Gur Prasad, Jap, Ad Sach, Jugad Sach, Abhi Sach, Nanak, Osi Bhi Sach. Wahe Guru Ji Ka Khalsa, Wahe Guru Ji Ki Fateh. Sare Dr. Sahiban, welcome. Aaj episode 496 hai saadi Gurmat class. Saturday, 3rd February 2024. Mool Mantar te Slok hone Baldev Singh hone padhe hain. Aaj da hukamnama karange is ton baad Guru Arjan Dev Ji da. Guru Arjan Dev Ji de jeevan de bare gal karange. Guru Har Rai Sahib da Prakash Divas vi si is jada week lang gaya na Tej Ji. Kise ne mainu ਪਾਇਆ ਸੀ ਵਟਸਐਪ 'ਤੇ ਕਿ ਗੁਰੂ ਹਰਿਰਾਜ ਸਾਹਿਬ ਦਾ ਪ੍ਰਕਾਸ਼ ਦਿਵਸ ਹੈ ਸੋ ਮੈਂ ਕਿਹਾ ਚਲੋ ਅਸੀਂ ਉਹਦੇ ਬਾਰੇ ਵੀ ਗੱਲ ਕਰ ਲਾਂਗੇ ਲਾਸਟ ਵੀਕ ਦਾ ਹੁਕਮਨਾਮਾ ਰਾਗ ਰਾਮਕਲੀ ਦਾ ਸਰ ਦਿਲਬਾਗ ਸਿੰਘ ਉਹਨਾਂ ਨੇ ਕਰਨਾ ਹਾਲੇ ਤੱਕ ਪਹੁੰਚਿਆ ਨਹੀਂ ਹੈ ਉਹ ਨਿਤਨੇਮ ਦੀ ਬਾਣੀ ਜਾਪ ਸਾਹਿਬ ਅਸੀਂ ਪੰਜ ਪੰਜ ਸਟ੍ਰੈਂਥ 'ਤੇ ਕਰ ਰਹੇ ਹਾਂ ਸੈਕਿੰਡ ਵਰਸ ਵਿੱਚ ਹੀ ਹਾਲੀ ਅੱਜ ਮੇਰਾ ਖਿਆਲ ਹੈ ਡਾਕਟਰ ਕਾਲੀਆ ਤੇ ਗੁਰਦੀਪ ਨੇ ਕਰਨਾ ਤੇ ਉਹਦੇ ਬਾਅਦ ਜਿੰਨਾ ਕੋ ਟਾਈਮ ਬਚਦਾ ਅਸੀਂ ਜਿਹੜੀ ਕੌਨਸੈਪਟ ਕਰਦੇ ਹਾਂ ਅਸੀਂ ਫਿਰ ਉਹਨੂੰ ਕਰਾਂਗੇ ਕਾਫੀ ਦੇਰ ਤੋਂ ਕੌਨਸੈਪਟ ਹੈ ਕਿ ਜਿਸ ਤਰ੍ਹਾਂ ਅਸੀਂ ਮੰਦਰਾਂ 'ਚ ਜਾਂਦੇ ਹਾਂ ਚਰਚ 'ਤੇ ਜਾਂਦੇ ਹਾਂ ਮਸੀਤ 'ਤੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਕਿ ਸਾਨੂੰ ਕੋਈ ਇਮੇਜ ਡੈਫੀਨੇਟ ਚਾਹੀਦਾ ਟੂ ਕੋਨਸਨਟ੍ਰੇਟ ਮੇਰਾ ਖਿਆਲ ਹੈ ਡਾਕਟਰ ਕਾਲੀਆ ਇਸ 'ਤੇ ਜ਼ਿਆਦਾ ਅੱਛੀ ਤਰ੍ਹਾਂ ਬੋਲ ਸਕਣਗੇ ਕਿਉਂਕਿ
ਸਿਮਰਨ ਤੇ ਭਗਤੀ ਜਿਹੜੀ ਹੈ ਕਿਵੇਂ ਕਰਨੀ ਹੈ, ਕਿਸ ਤਰ੍ਹਾਂ ਕਰਨੀ ਹੈ, ਉਹਨਾਂ ਨੂੰ ਇਹਦਾ ਕਾਫੀ ਐਕਸਪੀਰੀਅੰਸ ਹੈ। ਅੱਜ ਦਾ ਜਿਹੜਾ ਮੂਲ ਮੰਤਰ ਦੇ, ਜਿਸ ਤਰ੍ਹਾਂ ਮੈਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦਾ, ਸੋ ਅਸੀਂ ਕੁਛ ਗੁਰੂ ਅਰਜਨ ਦੇਵ ਜੀ ਦੇ ਬਾਰੇ ਪਹਿਲਾਂ ਗੱਲਬਾਤ ਕਰਾਂਗੇ। ਜਦੋਂ ਵੀ ਗੁਰੂ ਅਰਜਨ ਦੇਵ ਜੀ ਦਾ ਕੋਈ ਹੁਕਮਨਾਮਾ ਆਉਂਦਾ ਤੇ ਮੈਂ ਭਗਤ ਮਥਰਾ ਦਾ ਜਿਹੜਾ ਸਵਈਆ ਉਹ ਜ਼ਰੂਰ ਤੁਹਾਨੂੰ ਯਾਦ ਕਰਾਂਦਾ, ਜਿਨ੍ਹਾਂ ਨੇ ਲਿਖਿਆ ਕਿ ਜਪਿਓ ਜਿਨੇ ਅਰਜਨ ਦੇਵ ਗੁਰੂ। ਅੱਜ ਮੈਂ ਉਹਨਾਂ ਦਾ ਪੂਰਾ ਜਿਹੜੀ ਵਰਸ ਹੈ ਨਾ ਮਥੁਰਾ ਦੀ, ਉਹ ਤੁਹਾਡੇ ਲਈ ਲੈ ਕੇ ਆਇਆ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਲਈ 7 ਵਰਸ ਲਿਖੀਆਂ ਤੇ 7 ਹੀ ਉਹਨਾਂ ਲਿਖੀਆਂ ਗੁਰੂ ਰਾਮਦਾਸ ਜੀ ਲਈ। ਮੇਰਾ ਖਿਆਲ ਹੈ ਬਹੁਤ ਘੱਟ ਲੋਕਾਂ ਨੂੰ ਐਕਸਪੀਰੀਅੰਸ ਹੁੰਦਾ ਵੀ ਭੱਟਾਂ ਦੇ ਸਵਈਆਂ ਨੂੰ ਪੜ੍ਹਨ, ਪਰ ਜੇ ਤੁਸੀਂ ਪੜ੍ਹੋਗੇ ਇੱਕ ਚੀਜ਼ ਮਹਿਸੂਸ ਕਰੋਗੇ ਕਿ ਵੀ ਉਹਨਾਂ ਦੀ ਲੈਂਗੁਏਜ ਵੀ ਬੜੀ ਪਾਵਰਫੁਲ ਹੈ। ਅੱਜ ਜਿਹੜਾ ਮੈਂ ਤੁਹਾਨੂੰ ਵਰਸ ਸੁਣਾਉਂਦਾ ਹਾਂ ਭਗਤ ਮਥੁਰਾ ਦੀ, ਇਹ 6th ਵਰਸ ਹੈ ਉਹਨਾਂ ਦੀ, ਟੋਟਲ 7 ਵਿੱਚੋਂ ਜਿਹੜੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੈ। ਉਹ ਸ਼ੁਰੂ ਕਰਦੇ ਨੇ, ਜਬ ਲਓ ਨਹੀਂ ਭਾਗ ਲਲਾਰ ਉਹਦੇ, ਜਬ ਲਓ ਨਹੀਂ ਭਾਗ ਲਲਾਰ ਉਹਦੇ, ਤਬ ਲਓ ਭਰਮ ਤੇ ਫਿਰਤੇ ਬੋ ਧਾਇਓ। ਇਹਦੀ ਜੇ ਤੁਸੀਂ ਟ੍ਰਾਂਸਲੇਸ਼ਨ ਕਰੋ ਤੇ ਤੁਹਾਨੂੰ ਸਮਝ ਆਏਗੀ ਕਿ ਉਹ ਕੀ ਕਹਿ ਰਹੇ ਨੇ। ਐਜ ਲੌਂਗ ਐਜ ਯੂਅਰ ਡੈਸਟਨੀ, ਤੁਹਾਡੀ ਜਿਹੜੀ ਤਕਦੀਰ ਹੈ, ਰਿਟਨ ਔਨ ਯੂਅਰ ਫੋਰਹੈਡ ਵਾਜ਼ ਨੋਟ ਐਕਟੀਵੇਟਿਡ, ਆਈ ਵਾਂਡਰਡ ਅਰਾਊਂਡ ਐਂਡ ਅਰਾਊਂਡ ਲੋਸਟ ਰਨਿੰਗ ਇਨ ਆਲ ਦੀ ਡਾਇਰੈਕਸ਼ਨ। ਕਰਮਾਂ ਦੀ ਗੱਲ ਕਰ ਰਹੇ ਨੇ, ਕਿਉਂਕਿ ਅਸੀਂ ਗੱਲ ਕਰ ਸਕਦੇ ਇਸ ਕਲਾਸ ਵਿੱਚ ਕਿ ਤਕਦੀਰ ਬਣਾਉਣ ਵਾਲੇ ਅਸੀਂ ਖੁਦ ਹਾਂ, ਲਿਖਾਰੀ ਵਾਹਿਗੁਰੂ ਹੈ, ਪਰ ਤਕਦੀਰ ਦੀ ਇਨਪੁੱਟ ਜਿਹੜੀ ਹੈ ਉਹ ਸਾਡੀ ਆਪਣੀ ਹੈ। ਐਜ਼ ਲੌਂਗ ਐਜ਼ ਡੈਸਟਨੀ ਰਿਟਨ ਅਪੋਨ ਮਾਈ ਫੋਰਹੈਡ ਵਾਜ਼ ਨੋਟ ਐਕਟੀਵੇਟਿਡ, ਆਈ ਵਾਂਡਰਡ ਅਰਾਊਂਡ ਲੋਸਟ ਰਨਿੰਗ ਇਨ ਆਲ ਦੀ ਡਾਇਰੈਕਸ਼ਨਸ, ਆਈ ਵਾਜ਼ ਡਰਾਊਨਿੰਗ ਇਨ ਦੀ ਹੋਰੇਬਲ ਵਰਲਡ ਓਸ਼ਨ ਆਫ ਦਿਸ ਡਾਰਕ ਕਲਯੁਗ, ਐਂਡ ਮਾਈ ਰਿਮੋਰਸ ਵੁੱਡ ਨੈਵਰ ਹੈਵ ਬਿਨ ਐਂਡਿਡ, ਮੇਰੇ ਦੁੱਖ ਕਦੀ ਖਤਮ ਨਹੀਂ ਸੀ ਹੋਣੇ, ਮੈਂ ਭਵਜਲ ਸਾਗਰ ਦੇ ਵਿੱਚ ਡੁਬਕੀਆਂ ਮਾਰ ਰਿਹਾ ਸੀ। ਉਹ ਮਥੁਰਾ, ਕੰਸਿਡਰ ਦੀ ਅਸੈਂਸ਼ੀਅਲ ਟਰੂਥ ਟੂ ਸੇਵ ਦੀ ਵਰਲਡ, ਦੀ ਮਾਸਟਰ ਇਨਕਾਰਨੇਟਿਡ ਹਿਮਸੈਲਫ। ਇਸ ਦੁਨੀਆ ਨੂੰ ਬਲਦੇਵ ਜੀ ਬਚਾਉਣ ਲਈ ਮਥੁਰਾ ਕਹਿੰਦੇ ਨੇ, ਵਾਹਿਗੁਰੂ ਖੁਦ ਸੰਸਾਰ ਤੇ ਆਇਆ। ਔਰ ਇਹਦੇ ਬਾਅਦ ਹੀ ਅਗਲੀ ਲਾਈਨ ਹੈ, ਜਪਿਓ ਜਿਨੇ ਅਰਜਨ ਦੇਵ ਗੁਰੂ, ਗੁਰੂ ਜਿਨ ਸੰਕਟ ਜੋਨ ਗਰਭ ਨਹੀਂ ਆਇਓ। ਸੋ ਜਦੋਂ ਤੁਸੀਂ ਰੈਫਰੈਂਸ ਨੂੰ ਟੈਕਸਟ ਕਰਦੇ ਹੋ ਨਾ, ਤੁਹਾਨੂੰ ਕੁਛ ਜ਼ਿਆਦਾ ਰਸ ਆਉਂਦਾ ਕਿ ਹਾਂਜੀ ਲਿਖਣ ਵਾਲਾ ਲਿਖਾਰੀ ਦੇ ਮਨ 'ਚ ਕੀ ਹੈ। ਐਨੀਵੇ, ਸਾਡੇ ਕੋਲ 143 ਟੋਟਲ ਸਵਈਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ, 20 ਗੁਰੂ ਅਰਜਨ ਦੇਵ ਜੀ ਨੇ ਲਿਖੇ ਨੇ ਤੇ 123 ਭੱਟਾਂ ਨੇ ਲਿਖੇ। ਭੱਟਾਂ ਦੀ ਗਿਣਤੀ ਜਿਹੜੀ ਹੈ ਉਹ ਇੱਕ ਗੁੰਝਲਦਾਰ ਬੁਝਾਰਤ ਹੈ, ਸਭ ਸਕਾਲਰਸ ਨੇ ਡਿਫਰੈਂਟ ਕੀਤੀ ਹੈ, ਪਰ ਜੇ ਇਫ ਯੂ ਗੋ ਬਾਈ ਡਾਕਟਰ ਸਾਹਿਬ ਸਿੰਘ ਜੀ ਤੇ ਫਿਰ ਭੱਟ 11 ਨੇ, ਕਈਆਂ ਨੇ 17 ਕੀਤੇ ਨੇ, ਕਈਆਂ ਨੇ 15 ਕੀਤੇ ਨੇ। ਜੇ ਤੁਸੀਂ ਬੜਾ ਸਿੰਪਲ ਜਿਹਾ ਕੁਐਸਚਨ ਪੁੱਛੋ ਵੀ ਇੰਨੀ ਗਿਣਤੀ ਵਿੱਚ ਫਰਕ ਕਿਉਂ ਹੈ, ਮੈਨੂੰ ਆਪ ਖੁਦ ਸਮਝ ਨਹੀਂ ਆਈ, ਪਰ ਮੈਂ ਜਿੰਨੇ ਕੁ ਸਮਝਾਈ ਦੱਸ ਦਿੰਦਾ। ਬਹੁਤ ਸਾਰੇ ਭੱਟਾਂ ਦੇ ਨਾਂ ਮਿਲਦੇ ਜੁਲਦੇ ਨੇ, ਬਲ, ਟਲ, ਕਲ, ਕਈਆਂ ਨੇ ਇਹਨਾਂ ਨੂੰ ਇੱਕੋ ਹੀ ਗਿਣਿਆ, ਕਲ ਹਸਾਰ ਦੇ ਛੋਟੇ ਨਾਂ ਗਿਣੇ ਨੇ ਤੇ ਕਈਆਂ ਨੇ ਇਹਨਾਂ ਨੂੰ ਵੱਖਰੇ ਵੱਖਰੇ ਗਿਣੇ, ਬਟ ਅਦਰ ਮੈਟਰ ਮੇਕ ਡਿਫਰੈਂਸ ਨਹੀਂ ਹੈ। ਫਿਰ ਭੱਟ 11 ਨੇ ਕਿ ਕਿੰਨੇ ਨੇ। ਅੱਜ ਨਾ ਮੈਂ ਤੁਹਾਨੂੰ ਆਪਣੇ ਨਾਲ ਗੁਰੂ ਅਰਜਨ ਦੇਵ ਜੀ ਦੇ ਨਾਲ ਤੋਰਨਾ, ਚਲੋਗੇ ਸੈਰ ਕਰਨ? ਚਲੋਗੇ ਜ਼ਰੂਰ ਜੀ ਜਿੱਥੇ ਜਿੱਥੇ ਗੁਰੂ ਅਰਜਨ ਦਾਨਗੇ ਮੇਰੇ ਨਾਲ ਚਲੋਗੇ? ਚਲੋ ਡੈਫੀਨਿਟਲੀ ਚਲੋ। ਸਭ ਤੋਂ ਪਹਿਲਾਂ ਕਿੱਥੇ ਚਲੋਗੇ, ਕਿੱਥੇ ਜਨਮ ਹੋਇਆ ਉਹਨਾਂ ਦਾ? ਗੋਇੰਦਵਾਲ ਅਸੀਂ ਗੋਇੰਦਵਾਲ ਚਲਦੇ ਹਾਂ। ਹਾਂਜੀ ਗੋਇੰਦਵਾਲ ਗੁਰੂ ਅਮਰਦਾਸ ਜੀ ਦਾ ਘਰ ਹੈ, 3ਜੀ ਪਾਤਸ਼ਾਹੀ ਦਾ। ਇੱਥੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਭੇਜਿਆ ਸੀ। ਇੱਥੇ ਆ ਕੇ ਉਹਨਾਂ ਨੇ ਬਹੁਤ ਮਹਾਨ ਕੰਮ ਕੀਤੇ ਨੇ ਗੁਰੂ ਅਮਰਦਾਸ ਜੀ ਨੇ, ਉਹ ਫਿਰ ਕਿਸੇ ਵੇਲੇ ਡਿਸਕਸ ਕਰਾਂਗੇ। ਇੱਥੇ ਉਹਨਾਂ ਦੀ ਬੇਟੀ ਦੀ ਸ਼ਾਦੀ ਹੁੰਦੀ ਹੈ ਗੁਰੂ ਰਾਮਦਾਸ ਜੀ ਨਾਲ।
गुरु रामदास जी के तीन बच्चे ने, ते सब तो छोटा लड़का वो है गुरु अर्जन, जरा बाद गुरु बनते हैं वो अर्जन ने। तो चलो नवतेज जी तुहाडे तो शुरू करते हैं, असं चलते हाँ गोइंदवाल। गुरु अर्जन का जन्म होया तो सब तो पहला उन्होंने आसीस दी गुरु अमरदास ने। इस वे उन्होंने दोतरे को अपनी गोदी च चुकया। देखो जो कुछ मैं दस रहा, मैं भी जो पढ़िया वही दस रहा, भी मैं तो उतने थी नहीं जो गुरु गुरु साहब जन्म होया। गुरु कहते हैं अमरदास जी ने आसीस दी भी ये गुरबाणी का दोहे बोझता बनेगा। तो गुरबाणी तो बहुत 12 साल गोइंदवाल दियां गलियां विच गुरु अर्जन देव जी खेले ने, दोस्त बनाए, गुरबाणी के शब्द पढ़े। उत्थे हुण दो गुरु ने इस वेले, एक ते गुरु अमरदास ने ते एक गुरु रामदास ने। रामदास वाले गुरु नहीं सन बने उदों, जी। पर चलो असीं उन्हें गुरु कहने हैं। दो गुरु सन जदों गुरु अर्जन ने जन्म लिया, और उत्थे नानक की बाणी का पाठ हुंदा सी, गुरु अंगद की बाणी पढ़ी जाती सी। गुरु अमरदास जी अपनी बाणी जिहड़ी उस वेले लिख रहे सन ते नाले सुना रहे सन। उत्थे उन्होंने बौली साहब बनाई, फिर बाणी सारी इकट्ठी की। सहसा राम ने कहा तू इत्थे बैठ के बाणी इकट्ठी कर। ये सारे काम दे विच यंग अर्जन का भी जरूर सहयोग रहा। हूँ 12 साल की उम्र कोई छोटी नहीं है। क्यों नहीं छोटी? क्योंकि अभी चलते हाँ वजीर जी उन्हों की टोटल एज तो। गुरु अर्जन देव जी का जीवन जोड़ा मैं तुम्हें तो दसन जा रहा, वो सिर्फ 43 ईयर का है। 43 साल असं उन्होंने नाल रहना। हूँ असं उन्होंने गोइंदवाल हाँ, उन्हों का प्रकाश होया उत्थे, उन्होंने नाल असं खेडे हाँ, उन्होंने चरणों की धूड़ मत्थे लाई है। तो बालक सन हो और वो गुरबाणी के बोझे बने ने, वो गुरबाणी पढ़ते सुनते रहे गुरु नानक जी, गुरु अमरदास जी ते गुरु अंगद देव जी की। 12 साल गुरु अमरदास जी ज्योति जोत समा गए। गुरु अमरदास जी ने गुरु रामदास जी ने कहा मैं थे रुकदा, जे मैं किधरे कोई ईयर का गलत मल कर दिया, कोई साड़ी लड़की है नहीं करेक्ट करने वाली, जे और किसी को पता हो तो मैं रोक देना, मैं मेरी भी जबान जड़ी है कभी कभी लड़खड़ा जाती है। गुरु रामदास जी, गुरु अमरदास जी का ज्योति जोत समाए महिंदर जी, तो जी उन्होंने कहा गुरु रामदास हूँ तू अमृतसर साहब चला जा। हम उससे चल रहे हूँ असी गुरु अर्जन देव के दे नाल, हाले गुरु नहीं बने तो असी उन्होंने दोस्त बन सकते हैं, उन्होंने साथी बन सकते हैं, उन्होंने नाल उन्होंने समान चुक के गुरु अर्जन देव जी का असी गुरु रामदास जी के पिछे तुरते तुरते अमृतसर साहब आ गए। अमृतसर शीश महल जरा रेजीडेंस है गुरुआ गुरु साहब की, उत्थे गुरु रामदास जी ने विश्राम किया, रिहायश रखी। उत्थे ही फिर गुरु अर्जन ने, अर्जन कहते जरा बुरा लगता, गुरु ही कहोंगे, हाले गुरु बने नहीं बैठे हो। उन्होंने 6 साल हूँ अमृतसर दिया गलियां उदे विच खेडे या वड्डे होए, बाप की सेवा की थी गुरु रामदास जी ने। उत्थे भी गुरदीप जी समागम हुंदा सी, नितनेम दा बाणी दा जी मधु जी। उत्थे फिर गुरु अर्जन देव जी ने बाकी साथियों के नाल होर गुरबाणी सीखी। 6 साल वो अपने फादर की सेवा करते रहे, फादर उन्होंने ने रामदास, असी भी उन्होंने नाल हाँ, असी भी गुरु रामदास के चरण जड़ी चरण धूड़ अपने मत्थे ते ला रहे हैं। अमृतसर दिया गलियां बाजार माई सेवा है शायद सब तो व्डा हरिमंदर साहब के कोल, जी क्यों हुण नहीं जी, पहला सी जी। ना पहला उदों की गल ही कर रहा मैं, हाँ जी बाजार हाँ माई जी सेवा मेन वो एक बाजार हुंदा सी, हाँ जी हाँ जी उत्थे ही हैगा शीश जरा कह शीश मान लो, उत्थे गुरु तेग बहादुर जी की भी पैदाइश उत्थे ही नड़े तेड़े। सो उत्थे गुरु अर्जन खेडे 6 साल, 18 साल दे हो गए। गुरु रामदास जी ने सदा आया अकाल पुरख का, वो अपने बेटे अर्जन नू लैके फिर गोइंदवाल आ गए। तो जी असी भी उन्होंने समान चुक के अपने सिर ते गोइंदवाल आ गए। चके तो नहीं ना तुसी समान चुके? ना जी नहीं, नहीं नहीं भारा नहीं हैगा।
सोचे हो जी, थक जाओगे तो 10 दिन मुड़ के आ गए असी गोइंदवाल। तीन गोइंदवाल। चार दिन बाद गुरु रामदास जी ने कहा कि मैं हूँ जा रहा, तो मेरा बेटा हूँ जरा जिन्हों तुम हूँ तक अर्जुन कह रहे सो, अज तो तुम हूँ गुरु अर्जुन कहो, वो अज तो बाद फिफ्थ गुरु बनेगा। मधुरी गोइंदवाल के तिलक लगा गुरु अर्जन छोटी 18 साल की उम्र च। बाबा बुढ़ा ने जो भी उदो रीत उदो होंगे सन, नारियल तोड़ना, 5 पैसे रखने, गुरु अर्जन यंग अर्जन गुरु बनाता। हूँ इतों जी एक्चुअली इतिहासिक कहानी शुरू होंगी है। तुम हूँ इतने बहुत रोल अदा करना, तुम गुरु अर्जन के नाल हो। गुरु रामदास जी भी चले गए, गुरु अमरदास जी भी चले गए, गोविंदवाल तो गुरु अर्जन ने चलना है। हुणे हुणे गुरु बने ने, गुरु की रिस्पोंसिबिलिटी निभानी है, उन्होंने साथ चाहिए। उन्होंने को सिर्फ बाबा बुढ़ा है, इस वेले भाई गुरदास आगरे विच ने। सो अज सिर्फ उन्होंने दे नाल विंदर जी तुसी हो। जी अमृतसर पहुंचने तो पहला उन्होंने जड़ा कैंप लगाया, उन्होंने तुहानू भेजिया जाके खबर लाओ असी किहड़े रस्ते अमृतसर विच एंट्री करनी है। पता लगा सारे रस्ते उन्होंने वड्डे भरा ने रोके ने, पृथ्वी चंद ने, उन्हें अपने मसंद खड़े किए ने, जेडे ऑलरेडी कह चुके ने संगत नू कि गुरु जड़ा थापिया गया है वह पृथ्वी चंद है। वाह नवतेज जी किसी ना किसी तरह तुसी ये खबर लिया के गुरु साहब नू देंदे हो। देखो हो सकता तुसी हो, तुसी हो जे मैं तुहानू लै गया उत्थे, हू नोस। और किसी ना किसी तरह फिर तुसी भी देखो बाउंड्री तो बड़ी वड्डी है ना, किसी ना किसी ढंग नाल तुहानू समगल करके अमृतसर अंदर ले जाया जांदा। पर संगत हाली भी संगत दे विच प्रचार यह है कि गुरु जड़ा प्रति चंदा। गुरु अर्जन देव जी उत्थे पहुंच के बाबा बुढ़े दे नाल गलबात करते ने, कॉन्फ्रेंस करते ने, तो तुहाडी ड्यूटी लगाते ने भी तुसी कोई उह जगह लभो जिथे पृथ्वी चंद दे मसंत नहीं खड़े, तो लोगों नू ठीक दसो किहड़े रस्ते ते उतरन ते किहड़े रस्ते ते आवन। वाहेगुरु। देखो तुसी अज भी गुरुद्वारे जाते हो ना, खाली पैसे नहीं चढ़ाते, दुध लै गए, कणक लै गए, चौल लै गए, पिंडा तो लोगों के सन धारा दी तारा, वो सारा राशन पानी भी पृथ्वी चंद लै जाता सी। गुरु अर्जन ने रिवायत चलाई है, जाके छोटा मोटा लंगर शुरू किया, पर लंगर तो मस्ताना हो गया, रसद कितों आए, पैसा कितों आए, कोई भी चीज़ नतीजी पैसे नाल नहीं चलती, पैसे तो बगैर नहीं चलती। बाबा बुढ़ा ने कहा कि भाई गुरदास ने बुलाओ आगरे तो, जरा सन 1.5 साल वाले वो फेस कर सकते सन एनिमी नो। तो भाई गुरदास ने बुलाया गया, भाई गुरदास जी आए, मुड़ के मीटिंग हुई, उन्होंने कहा डरने की गल है, असी अपने मसंद ला जाने हैं, असी भी खोल देने अपने गेट। एक बारी पब्लिक को पता लग गया कि गुरु कौन है, तो आपे पृथ्वी चंद दौड़ जाएगा। जी गुरु अर्जन देव जी चूंकि शांति के पुजारी सन, उन्होंने एक दो बारी थोड़े हसाई सुनिया भेजिया पृथ्वी चंद नूं, भरावा मेरिया आके बैठ जा, तेनों की चाहिए है, गल बात कर ला। एंड ही रिफ्यूज्ड। उहदे कोल पैसा सी, उहदे कोल दुनिया सी, उहदे कोल सब अनाज सी, वह गल क्यों करता, 4-5 साल ही वड्डा सी गुरु अर्जन तो। सो भाई गुरदास ने कहा गुरु अर्जन देव जी नूं, मैनूं पता है कि तुसी शांति दे पुजारी हो, पर यह गल शांति नाल नहीं बननी, कि तुसी मेरे ते छड़ दिओ, दैन वील डू वट एवर वी कैन। फिर उन्होंने भी अमृतसर के कई रस्ते खोले। एक्सप्लोर किया, संगत नूं दस्या। एक बारी संगत विच गल फैल गई, फिर अग वांगू चारों पासे पता लग गया कि गुरु नानक की गद्दी थे इस वेले गुरु अर्जन। एंड ही इज यंग बॉय ऑफ 18 ईयर ऑफ एज, पहला गुरु है जड़ा इन्नी छोटी एज गुरु बनया। और इमीडिएटली अपना ही भरा दुश्मन बन के खड़ा हो गया।
ਹੁਣ ਪਰ ਤੁਸੀਂ ਗੁਰੂ ਅਰਜਨ ਦੇਵ ਦਾ ਸਾਥ ਨਹੀਂ ਛੱਡਿਆ, 12 ਸਾਲ ਤੁਸੀਂ ਉਹਨਾਂ ਦੇ ਨਾਲ ਗੋਇੰਦਵਾਲ ਰਹੇ ਹੋ, 6 ਸਾਲ ਤੁਸੀਂ ਪਹਿਲਾਂ ਉਹਨਾਂ ਦੇ ਨਾਲ ਸੋ ਜਿਹਨਾਂ ਗੁਰੂ ਰਾਮਦਾਸ ਜੀ ਵਾਲੀ ਜੀਵਤ ਸਨ। ਹੁਣ ਤੁਸੀਂ ਗੁਰੂ ਅਰਜਨ ਦੇ ਨਾਲ ਹੋ, ਜਦਕਿ ਉਹ ਗੁਰੂ ਬਣ ਗਏ ਨੇ, ਹੁਣ ਤੁਹਾਡੀਆਂ ਡਿਊਟੀਆਂ ਵੱਧ ਗਈਆਂ। ਹੁਣ ਤੁਸੀਂ ਜੋ ਵੀ ਕੁਝ ਭਾਈ ਗੁਰਦਾਸ ਤੇ ਬਾਬਾ ਬੁੱਢਾ ਦੇ ਨਾਲ ਕਰਕੇ ਸੰਗਤ ਨੂੰ ਇੱਧਰ ਮੋੜਿਆ, ਆਪ ਤੁਸੀਂ ਪੱਕੇ ਸੇਵਕ ਬਣ ਗਏ ਹੋ ਗੁਰੂ ਅਰਜਨ ਦੇ, ਕਿ ਗੁਰੂ ਘਰ ਕਿਵੇਂ ਚਲਾਉਣਾ। 6 ਸਾਲ ਲੱਗੇ ਹੋਰ ਸੰਭਲ ਲਿਆ। ਕਿੰਨੀ ਉਮਰ ਹੋ ਗਈ? 24 24 ਸਾਲ ਸਾਲ ਹੋ ਹੋ ਗਏ। ਗਏ। ਹੁਣ ਗੁਰੂ ਸਾਹਿਬ ਜੀ ਸਿਰੇ ਥੋੜ੍ਹਾ ਬਹੁਤ ਗੱਲ ਠਹਿਰ ਗਈ, ਪ੍ਰਿਥੀ ਨੂੰ ਵੀ ਪਤਾ ਲੱਗਿਆ ਵੀ ਮੇਰੀ ਦਾਲ ਨਹੀਂ ਗਲ ਰਹੀ, ਸੰਗਤ ਚੋਂ ਵਹੀਰਾ ਪਾ ਕੇ ਗੁਰੂ ਅਰਜਨ ਦੇ ਕੋਲ ਜਾ ਰਹੀ ਹੈ। ਹੁਣ ਤੁਹਾਡੀ ਡਿਊਟੀ ਲਗਾਈ ਗੁਰੂ ਅਰਜਨ ਨੇ ਕਿ ਮੇਰੇ ਨਾਲ ਚੱਲੋ ਤੇ ਮੈਂ ਸਾਰੇ ਪੰਜਾਬ ਦਾ ਦੌਰਾ ਕਰਨਾ, ਯਾਤਰਾ ਕਰਨੀ। ਦੌਰੇ ਦਾ ਮਤਲਬ ਯਾਤਰਾ ਕਰਨੀ ਹੈ, ਸਿੱਖੀ ਦਾ ਪ੍ਰਚਾਰ ਕਰਨਾ, ਨਵੇਂ ਸ਼ਹਿਰ ਐਸਟੈਬਲਿਸ਼ ਕਰਨਾ ਨੇ। ਔਰ ਇਮੀਡੀਏਟਲੀ ਜਾਣ ਤੋਂ ਪਹਿਲਾਂ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, 1588 ਨੀਂਹ ਰੱਖੀ ਸੀ। ਹੁਣ ਨਵਤੇਜ ਜੀ ਉਹ ਅੰਮ੍ਰਿਤਸਰ ਸਾਹਿਬ ਤੋਂ ਚੱਲਦੇ ਨੇ, 24 ਜਾਂ 25 ਸਾਲ ਉਹਨਾਂ ਦੀ ਏਜ ਹੈ। 12 ਸਾਲ ਉਹਨਾਂ ਨੇ ਸਾਰੇ ਪੰਜਾਬ ਦਾ ਮਾਲਵਾ, ਮਾਝਾ, ਦੁਆਬਾ ਸਭ ਦੀ ਯਾਤਰਾ ਕੀਤੀ ਹੈ। ਕਿੰਨੇ ਹੀ ਸ਼ਹਿਰ ਵਸਾਏ ਨੇ ਉਹਨਾਂ ਨੇ ਇਸ ਦੌਰਾਨ ਵਿੱਚ। ਆ ਜਿਹਨੇ ਤੁਸੀਂ ਨਾਂ ਲੈਂਦੇ ਨਾ, ਤਰਨ ਤਾਰਨ ਸਾਹਿਬ, ਕਰਤਾਰਪੁਰ ਸਾਹਿਬ, ਅੱਛਾ ਛੇਹਰਟਾ ਸਾਹਿਬ, ਇਸ ਸਾਰੇ ਗੋਬਿੰਦਪੁਰ ਇਸ ਦੌਰ ਦੇ ਵਿੱਚ ਜਿਹੜੇ 12 ਸਾਲ ਮੈਂ ਗਿਣ ਰਿਹਾ ਨਾ, ਇਸ 12 ਸਾਲਾਂ ਦੇ ਵਿੱਚ ਇਹ ਸਾਰੀ ਆਰਕੀਟੈਕਚਰ ਸੀ ਉਹਨਾਂ ਨੇ, ਬੜੇ ਬੜੇ ਬਹੁਤ ਪਾਪੂਲੇਸ਼ਨ ਵਧੀ, ਕਨਵਰਸ਼ਨ ਆਈ ਮੀਨ ਸਿੱਖ ਧਰਮ ਦੇ ਫੋਲੋਅਰ ਵਧੇ, ਜਗ੍ਹਾ ਜਾ ਕੇ ਉਹਨਾਂ ਨੇ ਨਵੇਂ ਪਿੰਡ ਵਸਾਏ। ਪਰ ਜਿਹੜੇ ਅਸੀਂ ਮੇਨ ਮੇਨ ਜਿਹੜੇ ਅਸੀਂ ਨਾਂ ਲੈਂਦੇ ਹਾਂ, ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਹੋਰ ਵੱਡਾ ਗੁਰਦੁਆਰਾ ਬਣਾਇਆ, ਉਹ ਸੀ ਤਰਨ ਤਾਰਨ ਸਾਹਿਬ। ਫਿਰ ਉਹਨਾਂ ਨੇ ਵੱਡਾ ਸ਼ਹਿਰ ਬਣਾਇਆ, ਉਹਦਾ ਨਾਂ ਸੀ ਕਰਤਾਰਪੁਰ ਸਾਹਿਬ। ਇਸੇ ਦੌਰ ਦੇ ਵਿੱਚ ਉਹ ਬਡਾਲੀ ਗਏ, ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ। ਇਹ ਉਹ 12 ਸਾਲਾਂ ਦੇ ਵਿਚਕਾਰ ਦੀ ਗੱਲ ਹੀ ਹੈ ਸਾਰੀ, ਹਾਂਜੀ ਜਦੋਂ ਜਗ੍ਹਾ ਜਗ੍ਹਾ ਉਹ ਜਾ ਰਹੇ ਨੇ, ਔਰ ਤੁਸੀਂ ਉਹਨਾਂ ਦੇ ਨਾਲ ਹੋ ਬਿਲਕੁਲ। ਸਾਰੇ ਪੰਜਾਬ ਦਾ ਦੌਰਾ, ਕਿਹੜੇ ਪੰਜਾਬ ਦੇ ਹਿੱਸੇ ਤੇ ਹੋ ਤੁਸੀਂ? ਅਮਿੰਦਰ ਜੀ, ਮਾਲਵੇ, ਮਾਝੇ, ਕਿੱਥੋਂ ਦੇ ਹੋ? ਅਸੀਂ ਦੁਆਬਾ ਜੀ ਸਾਡਾ ਬਾਬਾ ਵਜ਼ੀਰ ਜੀ ਜੀ, ਜੀ ਇਹ ਚੰਡੀਗੜ੍ਹ ਦੇ ਦੁਆਬਾ ਰਹਿੰਦਾ ਜੀ ਹਾਂ ਦੁਆਬਾ ਹੋ ਗਿਆ ਨਾ ਇਟਸ ਅ ਬਲਦੇਵ ਮਾਲਵਾ, ਬਲਦੇਵ ਦੁਆਬਾ ਜੀ ਦੁਆਬਾ ਮਤਲਬ ਇਟਸ ਮਾਲਵਾ ਮੋਸਟਲੀ ਸਾਰੇ ਤੁਸੀਂ ਦੁਆਬੇ ਦੇ ਹੋ, ਬਾਬਾ ਜੀ ਨਹੀਂ ਮਾਲਵਾ ਜੀ ਬਾਕੀਆਂ ਨੂੰ ਤਾਂ ਪਤਾ ਨਹੀਂ ਹੋਣਾ, ਗੁਰਦੀਪ ਤੇ ਨਰਤੇ ਇਹ ਤੁਹਾਨੂੰ ਪਤਾ ਕਿਹੜੇ ਕਿਹੜੇ ਪਾਸੇ ਦੇ ਹੋ। ਆਈ ਐਮ ਫਰੋਮ ਮਾਲਵਾ ਐਨੀਵੇ ਮੈਨੂੰ ਵੀ ਕਿਸੇ ਨੇ ਸ਼ੁਰੂ ਸ਼ੁਰੂ 'ਚ ਪੁੱਛਿਆ ਸੀ ਕਿ ਕਿਹੜੇ ਪਿੰਡ ਤੋਂ ਆਏ ਹੋ, ਮੈਂ ਕਿਹਾ ਜੀ ਮੈਂ ਆਇਆ ਤਾਂ ਦਿੱਲੀ ਤੋਂ ਆਉਂ, ਜੇ ਉਹ ਪਿੰਡ ਆ ਤਾਂ ਠੀਕ ਹੈ, ਚੇਨਈ ਪਿੰਡ ਤਾਂ ਵੀ ਠੀਕ ਹੈ, ਉਹ ਹੀ ਮੇਰਾ ਪਿੰਡ ਆ, ਉਹ ਮੇਰਾ ਸ਼ਹਿਰ ਹੈ। ਜਲੰਧਰ ਤੂੰ ਵੀ ਮਧੂ ਕਿਸੇ ਪਿੰਡ ਦੀ ਹੈ ਕਿ ਸ਼ਹਿਰ ਦੀ ਹੈ? ਜੀ ਸਰ ਦੁਆਬੇ ਹੋ ਗਏ ਉਹ ਵੀ ਹਾਂਜੀ ਦੁਆਬਾ ਹੀ ਹੈ। ਹਾਂਜੀ ਚਲੋ ਇਹ ਤਾਂ ਮਤਲਬ ਸਾਡੀ ਸਾਰੀ ਕਲਾਸ ਦੁਆਬੇ ਦੀ ਹੈ, ਗੱਲ ਖਤਮ ਹੋ ਗਈ। ਚਲੋ ਮਾਲਵਾ ਦੁਆਬਾ ਮਾਝਾ ਇਹ ਤੁਸੀਂ ਇਫ ਯੂ ਗੋ ਫਰੋਮ ਡਾਊਨ ਟੂ ਅੰਮ੍ਰਿਤਸਰ ਅੰਮ੍ਰਿਤਸਰ ਇਜ਼ ਮਾਝਾ ਅੰਮ੍ਰਿਤਸਰ ਮਾਝਾ ਹੋਇਆ ਨਾ, ਇਹ ਤਾਂ ਠੀਕ ਹੈ, ਮੈਨੂੰ ਪਤਾ ਹੈ। ਮਾਲਵਾ ਮੈਨੂੰ ਪਤਾ, ਥੱਲੇ ਵਾਲੇ ਪਾਸੇ ਸਤਲੁਜ ਦੇ ਨੇੜੇ ਤੇੜੇ। ਜੀ ਤੋ ਮਿਡਲ ਚ ਅਸੀਂ ਦੁਆਬਾ ਆ ਜਾਂਦਾ ਜੀ ਅੱਛਾ, ਹੁਣ 12 ਸਾਲ ਗੁਰੂ ਸਾਹਿਬ ਨੇ ਨਵਤੇਜ ਜੀ ਪੰਜਾਬ ਦਾ ਨਾਂ ਲਏ ਨੇ, 3 ਪੰਜਾਬ ਦੇ ਹਿੱਸੇ ਉਹਨਾਂ ਦੇ ਦੌਰੇ ਕੀਤੇ, ਤੇ ਜਿਸ ਤਰ੍ਹਾਂ ਹੁਣ ਤੁਹਾਨੂੰ ਕਿਹਾ ਕਿ ਹਰਿਮੰਦਰ ਸਾਹਿਬ ਉਹਨਾਂ ਦੇ ਨਾਲ ਸੀ ਬਣਿਆ, ਤਰਨ ਤਾਰਨ ਸਾਹਿਬ ਉਹਨਾਂ ਨੇ ਉਦੋਂ ਵਸਾਇਆ, ਕਰਤਾਰਪੁਰ ਵਸਾਇਆ, ਛੇਹਰਟਾ ਸਾਹਿਬ ਵਸਾਇਆ, ਲਾਹੌਰ ਜਾ ਕੇ ਬੌਲੀ ਬਣਾਈ, ਰਾਮਸਰ ਬਣਾਇਆ ਤੇ ਹਰਿਮੰਦਰ ਸਾਹਿਬ ਨੂੰ ਕੰਪਲੀਟ ਕੀਤਾ। ਹੁਣ ਉਹ ਪਰਤ ਕੇ ਵਾਪਸ ਅੰਮ੍ਰਿਤਸਰ ਸਾਹਿਬ ਆ ਗਏ। ਡਾਕਟਰ ਜੀ ਇੱਕ ਕੁਐਸਚਨ ਹੈ ਕਿ ਜਦੋਂ ਇਹ ਹੁਣ 12 ਸਾਲ ਤੇ ਫਿਰ ਜਿਹੜੀ ਹੁਣ ਆਪਣੀ ਪਹਿਲੀ ਜਿਹੜੀ ਅਡੀ ਗ੍ਰੰਥ ਲਿਖਣੀ ਹੈਗੀ ਹੈ ਉਹ ਆਪਾਂ ਕਹਿੰਦੇ ਕਿ ਬਾਣੀ ਗੁਰੂ ਸਾਹਿਬ ਨੇ ਇਕੱਠੀ ਕੀਤੀ ਹੈਗੀ ਹੈ ਪਰ ਇਹ ਜਿਹੜੇ 12 ਸਾਲ ਹੈਗੇ ਨੇ ਇਹ 'ਚ ਹਿਸਟਰੀ ਦੇ ਵਿੱਚ ਕੋਈ ਵੀ ਜ਼ਿਕਰ ਆਉਂਦਾ ਹੈ ਕਿ ਇਸ ਟਾਈਮ ਦੇ ਵਿੱਚ ਉਹਨਾਂ ਨੇ ਬਾਣੀ ਕੋਈ ਇਕੱਠੀ ਕੀਤੀ ਹੋਣੀ ਹੈ ਜ਼ਰੂਰ ਕੀਤੀ ਹੋਣੀ ਹੈ, ਨਾਟ ਫਾਰ ਦਿਸ ਓਬਜੈਕਟਿਵ ਕਿ ਉਹਨਾਂ ਨੇ ਗ੍ਰੰਥ ਸਾਹਿਬ ਬਣਾਉਣਾ, ਪਰ ਜਿੱਥੇ ਹਾਂਜੀ ਜਿੱਥੇ ਵੀ ਉਹ ਗਏ ਹੋਣਗੇ, ਜੇ ਉੱਥੇ ਜਿਹੜੇ ਵੀ ਲੋਕ ਉਹਨਾਂ ਨੂੰ ਮਿਲੇ, ਇਹ ਜਦ ਆਪ ਆਪ ਵੀ ਤਾਂ ਰਚ ਰਹੇ ਸਨ 2002
2218 ਰਨ ਦੀ ਆਪਣੀ ਰਚਨਾ ਹੈ। ਉੱਥੇ ਕਈ ਲੋਕ ਹੋਣਗੇ ਜਿਹੜੇ ਇਹਨਾਂ ਕੋਲ ਗੁਰੂ ਨਾਨਕ ਦੀ ਰਚਨਾ ਲੈ ਕੇ ਆਏ ਹੋਣਗੇ ਕਿ ਸਾਡੇ ਇੱਥੇ ਗੁਰੂ ਨਾਨਕ ਸਾਹਿਬ ਆਏ ਸਨ, ਉਹਨਾਂ ਨੇ ਸ਼ਬਦ ਉਚਾਰੇ, ਸਾਡੇ ਕੋਲ ਉਹਨਾਂ ਦੀ ਕਾਪੀ ਹੈ। ਪਰ ਹੀ ਵਾਜ਼ ਨੋਟ ਦੇਅਰ ਟੂ ਕਲੈਕਟ, ਹਾਂਜੀ ਉਦੋਂ ਹਾਲੇ ਇੱਕ ਗੱਲ ਨਹੀਂ ਸੀ ਆਈ, ਕਿਉਂਕਿ ਇਹ ਗੱਲ ਆਉਂਦੀ ਹੈ ਤਕਰੀਬਨ 16,000 ਦੇ ਵਿੱਚ ਜਾਂ 16,001 ਵਿੱਚ, ਜਦੋਂ ਮੁੜ ਕੇ ਅੰਮ੍ਰਿਤਸਰ ਸਾਹਿਬ ਆਏ ਨੇ। ਤਾਂ ਫਿਰ ਭਾਈ ਗੁਰਦਾਸ ਅਤੇ ਭਾਈ ਬੁੱਢਾ ਨੇ ਤੁਹਾਨੂੰ ਬੁਲਾਇਆ ਔਰ ਤੁਹਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂ ਸਾਹਿਬ ਨੂੰ ਜਾ ਕੇ ਕਹੋ ਕਿ ਹੁਣ ਤੁਸੀਂ ਦੌਰੇ 'ਤੇ ਨਾ ਜਾਓ, ਹੁਣ ਤੁਸੀਂ ਬੈਠ ਕੇ ਇੱਥੇ ਜਿੰਨੀ ਵੀ ਬਾਣੀ ਹੈ ਉਹਨੂੰ ਇਕੱਠੀ ਕਰੋ, ਕਿਉਂਕਿ ਪ੍ਰਿਥੀ ਚੰਦ ਨੇ ਜਿਹੜੀ ਐਕਟਿਵ ਮੁਖਾਲਫਤ, ਮੁਖਾਲਫਤ ਸਮਝਦੇ ਹੋ ਨਾ, ਹਾਂਜੀ ਦੁਸ਼ਮਣੀ, ਐਕਟਿਵ ਦੁਸ਼ਮਣੀ ਤਾਂ ਖਤਮ ਕਰਤੀ ਹੈ, ਪਰ ਉਹ ਕੀ ਕਰ ਰਿਹਾ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ ਕੁਛ ਆਪਣੇ ਸ਼ਬਦ ਰਚ ਕੇ ਉਹਦੇ ਵਿੱਚ ਨਾਨਕ ਦਾ ਨਾਂ ਲਿਖ ਕੇ, ਅਤੇ ਉਹ ਠੀਕ ਠੀਕ ਹੈ, ਲੋਕਾਂ ਨੂੰ ਗੁਰੂ ਨਹੀਂ ਮੰਨ ਰਹੇ, ਪਰ ਜਿਹੜੇ 15-20 ਬੇਵਕੂਫ ਹੋਣਗੇ ਜਿਹੜੇ ਹਾਲੀ ਵੀ ਉਹਦੇ ਕੋਲ ਜਾਂਦੇ ਨੇ ਉਹਨਾਂ ਨੂੰ ਆਪਣੀ ਬਾਣੀ ਸੁਣਾ ਰਿਹਾ। ਸੋ ਇਹ ਜ਼ਰੂਰੀ ਹੈ, ਇੱਥੇ ਉਹਨਾਂ ਨੇ ਮਧੂ ਜੀ ਕਿਹਾ ਕਿ ਤੁਸੀਂ ਓਰਿਜਿਨਲ ਜਿਹੜੀ ਬਾਣੀ ਹੈ ਉਹ ਕਿਸੇ ਤਰ੍ਹਾਂ ਇਕੱਠੀ ਕਰੋ ਅਤੇ ਉਹ ਸੰਗਤ ਤੱਕ ਪਹੁੰਚਾਓ। ਇੱਥੋਂ ਫਿਰ ਨਵਤੇਜ ਤੇਰੇ ਸਵਾਲ ਦਾ ਜਵਾਬ ਆਉਂਦਾ, ਇਹ 1601 ਦੀ ਗੱਲ ਹੈ। ਹਾਂਜੀ ਇੱਥੇ ਬੈਠ ਕੇ ਫਿਰ ਉਹਨਾਂ ਨੇ ਵਿਚਾਰ ਤਾਂ ਕੀਤਾ ਨਾ ਸਾਰਿਆਂ ਨਾਲ, ਵਿਚਾਰ ਕਰਨ ਵਾਲੇ ਉਸ ਵੇਲੇ ਤੇ ਦੋ ਬੈਠੇ ਹਨ, ਸਿੱਖ ਤੇ ਇਹੀ ਸਨ, ਬਾਬਾ ਬੁੱਢਾ ਤੇ ਭਾਈ ਗੁਰਦਾਸ। ਕਿ ਬਾਣੀ ਮੇਰੇ ਕੋਲ ਇੰਨੀ ਬਾਣੀ ਹੈ, ਮੇਰੇ ਕੋਲ ਗੁਰੂ ਰਾਮਦਾਸ ਜੀ ਦੀ ਪੂਰੀ ਬਾਣੀ ਹੈ, ਮੈਂ ਆਪ ਜਿਹਦੇ ਵਿੱਚ ਉਚਾਰੀ ਹੈ, ਮੈਂ ਜਿਹੜੀ ਲਿਖੀ ਹੈ ਉਹ ਮੇਰੇ ਕੋਲ ਹੈ, ਗੁਰੂ ਨਾਨਕ ਸਾਹਿਬ ਦੀ ਬਾਣੀ ਮੈਂ ਸ੍ਰੀ ਚੰਦ ਤੋਂ ਲੈ ਆਉਂਦਾ ਜਾਂ ਮਨ ਜ਼ਬਾਨੀ ਆਲਮੋਸਟ ਸਾਰੀ ਯਾਦ ਹੈ, ਕਿਉਂਕਿ ਮੈਂ ਗੋਇੰਦਵਾਲ ਸੁਣੀ ਹੈ, ਮੈਂ ਅੰਮ੍ਰਿਤਸਰ ਸਾਹਿਬ ਆਪਣੇ ਫਾਦਰ ਦੇ ਵਕਤ ਸੁਣੀ ਹੈ, ਅਤੇ ਮੈਨੂੰ ਗੁਰੂ ਨਾਨਕ ਦੀ ਬਾਣੀ 'ਚ ਸਾਰੀ ਯਾਦ ਹੈ, ਔਰ ਗੁਰੂ ਅਮਰਦਾਸ ਦੇ ਕੋਲ ਤਾਂ ਮੈਂ ਰਿਹਾ ਇੰਨੀ ਦੇਰ, ਉਹ ਵੀ ਬਾਣੀ ਮੈਨੂੰ ਸਾਰੀ ਯਾਦ ਹੈ, ਪਰ ਫਿਰ ਵੀ ਔਥੈਂਟੀਕੇਟ ਕਰਨ ਵਾਸਤੇ ਮੈਂ ਕੁਛ ਲੋਕਾਂ ਨੂੰ ਸੁਣੇ ਭੇਜਦਾ। ਸੋ ਤੁਹਾਡੀ ਡਿਊਟੀ ਲਗਾਈ, ਤੁਸੀਂ ਜਗ੍ਹਾ ਜਗ੍ਹਾ ਜਾ ਕੇ ਲੋਕਾਂ ਨੂੰ ਸੁਣਾ ਦਿੱਤੇ ਕਿ ਗੁਰੂ ਅਰਜਨ ਇੱਕ ਪੋਥੀ ਬਣਾ ਰਹੇ ਨੇ, ਜਿਹਦੇ ਵਿੱਚ ਸਾਰੇ ਗੁਰੂ ਸਾਹਿਬ ਦੀ ਬਾਣੀ ਲਿਖੀ ਜਾਏਗੀ, ਇਕੱਠੀ ਕੀਤੀ ਜਾਏਗੀ, ਜਿਹਦੇ ਜਿਹਦੇ ਕੋਲ ਵੀ ਗੁਰੂ ਨਾਨਕ ਜਾਂ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਕੋਈ ਸ਼ਬਦ ਹੈ, ਤਾਂ ਉਹ ਅੰਮ੍ਰਿਤਸਰ ਪਹੁੰਚਾ ਰਹੇ। ਆਏ ਹੋਣਗੇ ਬਹੁਤ ਸਾਰੇ ਸ਼ਬਦ ਆਏ ਹੋਣਗੇ, ਕਿੰਨੇ ਉਹਨਾਂ ਨੇ ਰਿਜੈਕਟ ਕੀਤੇ ਹੋਣਗੇ ਅਤੇ ਕਿੰਨੇ ਉਹਨਾਂ ਨੇ ਐਕਸੈਪਟ ਕੀਤੇ ਹੋਣਗੇ। ਜਿਸ ਤਰ੍ਹਾਂ ਤੁਸੀਂ ਪੜ੍ਹਦੇ ਹੋ ਪੋਥੀਆਂ ਦਾ, ਉਹਨਾਂ ਨੇ ਸਿੰਗਲ ਦੀ ਪੋਥੀ ਲਈ ਸਲੋਨ ਵੀ ਬੰਦਾ ਭੇਜਿਆ, ਆਪ ਸ੍ਰੀ ਚੰਦ ਕੋਲ ਗਏ ਨੇ, ਸ੍ਰੀ ਚੰਦ ਗੁਰੂ ਨਾਨਕ ਦਾ ਬੇਟਾ ਸੀ, ਉਹ ਤੇ ਪ੍ਰਚਾਰ ਕਰ ਰਿਹਾ ਸੀ ਚਿੱਕੀ ਦਾ। ਸੋ ਹੁਣ ਤੁਸੀਂ ਅੰਮ੍ਰਿਤਸਰ ਸਾਹਿਬ, ਬਲਦੇਵ ਸਿੰਘ ਜੀ, ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਹੋ, ਗੁਰੂ ਸਾਹਿਬ ਬਾਣੀ ਇਕੱਠੀ ਕਰ ਰਹੇ ਨੇ, ਹੁਣ ਇੱਥੇ ਤੁਸੀਂ ਇੱਕ ਸਿਨੈਰੀਓ ਖਿੱਚੋ ਜਿਹੜਾ ਮੈਨੂੰ ਹੁਣ ਤੱਕ ਮੇਰੀ ਸਮਝ ਤੋਂ ਬਾਹਰ ਹੈ, ਪਿਛਲੇ ਵੀਕ ਡਿਸਕਸ ਕੀਤਾ ਸੀ, ਪਲੀਜ਼ ਡੂ ਪਾਰਟੀਸਪੇਟ। ਮਧੂ ਤੂੰ ਲਿਖਦੀ ਹੈ ਨਾ, ਤੂੰ ਰਾਈਟਰ ਹੈ ਨਾ, ਥੋੜਾ ਬਹੁਤ ਥੋੜਾ ਐਕਸ਼ਨ ਹੋ, ਥੋੜਾ ਥੋੜਾ ਲਿਖਦੀ ਹਾਂ ਸਰ, ਥੋੜਾ 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 ਬਹੁਤ ਲਿਖਦੀ ਤਾਂ ਹੈ ਨਾ, ਕਿ ਪੋਇਟਰੀ ਵੀ ਲਿਖਦੀ ਹੈ ਜੀ। ਇਸ ਵੇਲੇ, ਦੇਖੋ ਪੋਇਟਰੀ ਲਿਖਦੀ ਹੈ, ਫਿਰ ਪੋਇਟਰੀ ਦੇ ਉੱਪਰ ਲਿਖਦੀ ਹੈ ਕਿ ਮੇਰੀ ਪੋਇਟਰੀ ਕਿੰਨੀ ਲਾਈਨਾਂ ਦੀ ਹੈ ਜਾਂ ਕੁਛ ਨਹੀਂ ਲਿਖਦੀ। ਜੀ ਹਾਂਜੀ, ਸੋ ਮੈਂ ਸਿਰਫ ਇਹ, ਜੀ ਹੈ ਕਿ ਕੁੜੀ ਸ਼ਰਮਾ ਗਈ ਹੈ, ਮੈਂ ਵੀ ਲਿਖਦਾ, ਪਰ ਮੈਂ ਤਾਂ ਕਦੇ ਨਹੀਂ ਕਿਹਾ ਕਿ ਮੈਂ ਇੱਕ ਗਜ਼ਲ ਲਿਖੀ ਹੈ ਅਤੇ ਉਹਦੇ ਉੱਤੇ ਲਿਖਾਂਗਾ ਮੇਰੀ ਗਜ਼ਲ ਇੰਨੀ ਲਾਈਨਾਂ ਦੀ ਆ, ਕਦੇ ਵੀ ਨਹੀਂ ਲਿਖਾਂਗਾ, ਕੁਛ ਨਹੀਂ ਲਿਖਾਂਗਾ, ਗਜ਼ਲ ਹੈ ਗਜ਼ਲ, ਤੁਸੀਂ ਪੜ੍ਹਨੀ ਪੜ੍ਹ ਲਓ, ਨਹੀਂ ਪੜ੍ਹਨੀ ਨਾ ਪੜ੍ਹੋ। ਹੁਣ ਇੱਥੇ ਬਲਦੇਵ, ਜਿਹੜੀ ਸਭ ਤੋਂ ਔਖੀ ਗੱਲ ਹੈ, ਹਰ ਇੱਕ ਸ਼ਬਦ ਦੇ ਉੱਤੇ ਉਸ ਗੁਰੂ ਸਾਹਿਬ ਦਾ ਰੈਫਰੈਂਸ ਹੈ, ਕਿਹੜੇ ਰਾਗ ਵਿੱਚ ਇਹਨੂੰ ਗਾਇਆ ਜਾਣਾ ਚਾਹੀਦਾ ਉਹਦਾ ਰੈਫਰੈਂਸ ਹੈ, ਕਿੰਨੇ ਪਤੇ ਦਾ ਸ਼ਬਦ ਹੈ ਔਰ ਕਿਹੜੇ ਘਰ ਵਿੱਚ ਗਾਇਆ ਜਾਣਾ ਉਹਦਾ ਰੈਫਰੈਂਸ। ਚਲੋ ਸਾਰਿਆਂ ਤਾਂ ਨਹੀਂ, ਮੈਂ ਤਾਂ ਮੋਸਟਲੀ ਸ਼ਬਦਾਂ। ਹਾਂਜੀ 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 ਹੁਣ ਇਹ ਗੱਲ ਅਰਜਨ, ਗੁਰੂ ਅਰਜਨ ਨੇ ਲਿਖੀ ਹੈ ਨਾ, ਉਸ ਗੁਰੂ ਨੇ ਤਾਂ ਨਹੀਂ ਲਿਖੀ ਹੋਣੀ ਜਿਹਨੇ ਕੰਪੋਜ਼ ਕੀਤਾ। ਨਹੀਂ ਕਿਉਂ ਸਰਦਾਰ, ਡਾਕਟਰ ਦੇਵਗਨ ਜੀ ਤੁਹਾਡਾ ਕੀ ਖਿਆਲ ਆ, ਪਾਰਟੀਸਪੇਟ ਕਰੋ, ਦੱਸੋ ਨਾ ਮੈਨੂੰ, ਮੈਂ ਵੀ ਤੁਹਾਡੇ ਵਾਂਗੂ ਹੀ ਹਾਂ, ਲੱਭ ਰਿਹਾ, ਰਿਸਰਚ ਕਰ ਰਿਹਾ। ਪੋਸੀਬਿਲਿਟੀ ਹੈ ਜੀ ਜੇਤ ਮੋਨ ਮੋਨ ਪੋਥੇ ਵਿੱਚ ਇਹਦਾ ਜ਼ਿਕਰ ਆਉਂਦਾ ਆ ਐਂਡ ਦੈਨ ਇਟਸ ਫਰੋਮ 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 ਦ ਵੈਰੀ ਓਰਿਜਿਨ ਤੇ ਜੇ ਨਹੀਂ ਹੈਗਾ
एंड देन इट्स पॉसिबली या रिटन बाय गुरु अर्जुन जी। मूल पोथियां विच जदों असीं गल करदे आ ना गुरदेव, ओहदे अच्छा विच सिर्फ 2% बाणी है गुरु साहिब वाली, पर जिहड़ी हैगी आ उहदे जिन्नी तक जिन्नी उहदे है तक हां जिन्नी हैगी उहदा वी कैन मेक बेसिस ऑन दैट चलो, वो बेस अगर लिखे हुए है। अगर मौन पोथियां देखो, हो सकता उत्थे गुरु अमरदास ने ये हेडिंग लिखे होन। मैं तो सिर्फ कह रहा कि जिन्हें पोइट्री लिखी है कि वो लिखन तो बाद खुद ही उन्हें एडिट करेगा कि मेरा ये गीत इस राग च पढ़ना, मेरे इस गीत दे विच 4 पदे ने, मेरे इस गीत दे विच एनिया लाइना ने, सर एनिया मैं कुछ कहना चाहूंगी इत्थे, क्योंकि मैं जो एक्सपीरियंस किया कि जदों आपां कुछ लिखते हैं, जिदा कोई अगर कोई आपां शायरी लिखी जिदा, तो लिखते जदों पर्सन लिखता तो मतलब जो मैं अपने पर्सनल एक्सपीरियंस मैं कह सकती हाँ, वो दिमाग च हुंदा कि अगर मैं गीत लिखिया तो मैं वह एने पैराग्राफ का लिखना है, तो जे मैं कुछ होर लिखा वो एने का लिखना, उस तो ज्यादा वो कुछ इदा मेरे ख्याल नहीं हुंदा ज्यादा करके। और इसे गजल जी होगी एने पैराग्राफ होंगे, ऐदां दा सिस्टम जी, एक ओपन जो लिखी जा रही है वो ओपन वैसे लिखी जा रही है जिदा। पर तुसी जो कहो ठीक है, मैं भी डॉक्टर समझा साहब मैं इतने भाई किन्ने किन्ने पहरे दा गजल लिखनी है वो ठीक है, पर मैं गुरदास लिख कौन दिती, होएगा मैं लिख के नवतेज नु देती, नवतेज जी ने किताब बनानी है। मैं तो उत्ते नहीं, मैं तो सोचिया सी मैं 4 पते दा लिखना, 4 पते दा लिखिया, जी जी लोगों नु दसन लई भई ये 4 पते दा शब्द है, नवतेज दे उत्ते लिखेगा ना गजल 4 पते, क्योंकि शब्दों के उत्ते है। सर सर इतने मैं एक चीज मैं जो मेरी पर्सनल एक्सपीरियंस के मैं गल करना चाहती हाँ कि अगर तुसी जो जो उन्होंने को पहुंची है, मतलब नवतेज जी ने कहा कि हूँ उन्होंने दूर अंदेशी सोची कि अज जो मैं कर रहा जो मेरे आसपास मेरे हो रहा है, मेरे उससे होर जो है ये किदा चीज को बचाया जा सकता, तो उन्होंने उन्होंने सारा जो गुरु ग्रंथ साहब के हर गुरु के शब्द उन्होंने कहे राग के सारा करने के लिए उन्होंने उस टाइम से करता जो कि अज भी लोग सोच नहीं पाते। दैट्स माई पर्सनल थिंकिंग। ठीक है सारे ऐसी पर्सनली दे रहे हैं, मैं हूँ दोबारा सम अप करता, मैं की कहना चाहना, मैं बलदेव जी कहना है, मैं कहना चाहना गुरु अर्जन ने सिर्फ पोइट्री इकट्ठी नहीं की, शब्द इकट्ठे करके एक बुक नहीं बनाती, उन्होंने किवें एडिट किया वो तो वो काम देखो, एक शब्द उन्होंने को बिल्कुल आ गए 6,000, केड़ा शब्द केड़े राग में गाया जाना चाहिए, पहला ओदी तकसीम करनी, ओदा डिवीजन करना, फिर साढ़े समझने वास्ते कि हर शब्द विच किन्ने पदे ते किनिया तुकां ने भी लिख दियो, उत्ते उन्होंने कहा स्क्राइब नू, डॉक्टर साहब उन्होंने भाई गुरदास जी का भी रोल होएगा। नहीं है तो स्क्राइब का ही रोल है ना, ये सारा काम विजन गुरु अर्जन का कि ए जी तुसी करना है, ए मैं तुहानू शब्द देना, देखो जिस तरह तुसी भी कोई क्लास का कोई प्लानिंग करनी है एक प्लानिंग नोट बनाओगे ना, गुरु अर्जन ने भी एक नोट बनाया होना कि हर शब्द पूरी टीम बैठी है सिकराइब जी, हेड जरा अपना भाई गुरदास है कि हूँ जी असी गुरु ग्रंथ साहब बनाना तो ये शब्द किवें सैट किए जाएंगे, पहली सैटिंग यह है कि शब्द नू कड़े रागों में तुम फिट करना, दैट्स नंबर वन। किसी गुरु ने मेरा नहीं ख्याल लिखा कि मेरा शब्द इस राग च गाओ, दूसरा उन्होंने कहा हूँ शब्दों को तकसीम करो कि ये शब्द अष्टपदी है, सोलह ने छंत है, कि किन्ने पदे का शब्द है, 2 पदे का, 4 पदे का, अगर है, क्योंकि बहुत सारे स्क्राइब्स ने शब्दों के उत्ते पूरी चीज लिखी है, श्लोक महला सपोज एग्जाम्पल ही है, बसंत महला पहला 4 पदे 3 तुके 6वां घर, जी किसी ना किसी ने ते हम देखो मैं दोबारा तुम जेडे सिक्राइब ने वो तो इन्हें लायक नहीं होंगे कि आप वो विजन करन, विजन तो गुरु अर्जन का विजन दिता गया भाई गुरदास नू, भाई गुरदास ने मीटिंग बुलाई सारे सिक्राइब थी, पर उस सिक्राइब नू भी ये पता होएगा ना, वो मिनट मिनट में उत्ते पुछ नहीं आएंगे भाई गुरदास नू जी यह शब्द बसंत च रख दईए कि यह शब्द प्रभाती च लाना है, कुछ उन्होंने भी नॉलेज होगी कितने लाना। हाँ जी वजीर जी, ये जेड़ा मेन पर्पज से वो सी कि उदों कच्ची बाणी शुरू हो गई सी बाणी।
मेहरबान मेहरबान का पुत्र थे, वो बाणी लिख के नानक दे नाँ ते बिच रला रहे सी। उन्हों रोकण वास्ते यह तीजे गुरु तो दे सी पढ़ो, वो तो याद कच्ची बाणी ते जड़ी पक्की बाणी है, इन्हें की फर्क है। वो कच्ची बाणी बिच रलाउण ते रोक पाउण वास्ते गुरु अर्जन ने यह सिस्टम इनवेंट किया कि इनू किमें जिस दे विच कोई एक भी लफ्ज वादू ना जुड़ सके ते ना ओदे विच कोई हर कढ़िया जा सके। बिल्कुल ठीक है। मैं हूं सीधा जहा सवाल पाना नवदेव, तेन एक क्वेश्चन पाना। एक शब्द है मैं रिपीट ही कर रहा है, कोई राग ले ला। राग टोडी, मल्ला पंजवा, चौपदे, दो टुके, घर तीजा। ये शब्द तेरे को गुरु ग्रंथ साहब खुलता है। हूँ तू अपने मन च सोचना है ये सब जो सेटअप है ये किवें किया गया, किन्ने किया, लिखारी ने, स्क्राइब ने, गुरु भाई गुरदास ने कि गुरु अर्जन। गुरु अर्जुन जी ने। डॉक्टर चलो ठीक है, वन वन ओपिनियन। गुरदेव साहब गुरदीप कि जेत गुरु अर्जन देव जी महाराज ने ये गल कही होंगी भी इदा पर करना है तो वाई नॉट ऑन ऑल द शब्द, वाई ओनली ऑन सम नॉट ऑन अदर्स। ਜਦ ਹਰ ਇੱਕ ਸ਼ਬਦ ਤੇ ਹੋਵੇ ਜਿੱਦਾਂ ਰਾਗ ਦਾ ਜ਼ਿਕਰ, ਲਿਖਾਰੀ ਦਾ ਜ਼ਿਕਰ, ਘਰ ਦਾ ਜ਼ਿਕਰ, ਦੋ ਪਦੇ ਐਂਡ ਐਸੈਟਰਾ, ਦੋ ਦੋ ਤੁਕੇ, ਜੇ ਤਾਂ ਮਹਾਰਾਜ ਦੱਸਦੇ ਫਿਰ ਸਾਰੇ ਤਾਂ ਹੋਣਾ ਸੀਗਾ। ਬਿਕੋਜ਼ ਇਟਸ ਨਾਟ ਔਨ ਐਵਰੀ ਸਿੰਗਲ ਸ਼ਬਦ। ਆਈ 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 ਪਰਸਨਲੀ ਥਿੰਕ ਜੇ ਲਿਖਾਰੀ ਨੇ ਇਹ ਲਿਖਿਆ ਹੈ ਵੀ ਜਦੋਂ ਬਾਣੀ ਰਚੀ ਗਈ ਆ ਵੀ ਕਿਹੜੇ ਘਰ ਵਿੱਚ ਗਾਉਣੀ ਆ, ਵੀ ਕਿਹੜੇ ਤਾਲ ਆ, ਕਿਹੜੇ ਕਿਹੜੇ ਰਾਗ ਆ, ਆਈ ਥਿੰਕ ਦ ਲਿਖਾਰੀ ਵੁੱਡ ਹੈਵ ਰਿਟਨ ਦੈਟ। ਚਲੋ In ਇਹਦੇ my ਤੁਸੀਂ ਇੱਕ opinion, ਤੁਸੀਂ ਇੱਕ ਹੋਰ ਪ੍ਰੋਬਲਮ ਪੈਦਾ ਕਰਤੇ ਨੇ ਸਾਡੇ ਲਈ। ਜੋ ਵਜ਼ੀਰ ਨੇ ਕਿਹਾ ਉਹ ਇਹ ਹੈ ਕਿ ਗ੍ਰੰਥ ਸਾਹਿਬ ਦੇ ਬਣਨ ਦਾ ਮੇਨ ਮਕਸਦ ਸੀ ਕੱਚੀ ਬਾਣੀ ਨੂੰ ਸਹੀ ਬਾਣੀ ਤੋਂ ਵੱਖਰਾ ਕਰਨਾ। ਬਿਆ ਮੈਂ ਜੀ ਮੇਰੀ ਗੱਡੀ ਇੱਥੇ ਅੜ ਗਈ ਹੈ ਕਿ ਜੋ ਵੀ ਕੁਛ ਸੈਟਿੰਗ ਅਪ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਬਣਾਉਣ। ਦੇਖੋ ਜੀ ਇੱਕ ਤਾਂ ਆਸਾਨ ਤਰੀਕਾ ਸੀ ਨਾ, ਉਹਨਾਂ ਕੋਲ 6,000 ਸ਼ਬਦ ਸਨ ਬਲਦੇਵ ਜੀ, ਹਾਂਜੀ ਔਰ ਹਾਂਜੀ ਸਾਰੇ ਹੈਡਿੰਗ ਹਟਾ ਦਿਓ ਅਤੇ ਪਹਿਲਾਂ ਗੁਰੂ ਨਾਨਕ ਦੇ ਸਾਰੇ ਸ਼ਬਦ ਲਾ ਦਿਓ ਜਿੰਨੇ ਵੀ ਆਏ ਨੇ। ਗੁਰੂ ਨਾਨਕ ਸਾਰੇ ਸ਼ਬਦ ਉਹਨਾਂ ਦੇ ਆ ਗਏ, ਫਿਰ ਗੁਰੂ ਅੰਗਦ ਦੇ ਲਾ ਦਿਓ, ਅਮਰਦਾਸ ਦੇ ਲਾ ਦਿਓ, ਦੈਨ ਇਟ ਇਜ਼ ਫਾਈਨ। ਪਰ ਹਰ ਸ਼ਬਦ, ਹਰ ਗੁਰੂ ਦਾ ਸ਼ਬਦ ਕਿਵੇਂ ਗਾਣਾ, ਕਿਸ ਤਰ੍ਹਾਂ ਗਾਣਾ ਹੈ, ਕਿਹੜੇ ਰਾਗ ਵਿੱਚ ਗਾਣਾ ਹੈ, ਕਿ ਉਹ ਸ਼ਬਦ ਸਾਨੂੰ ਦੱਸਣ ਵਾਸਤੇ ਵੀ ਇਹਦੇ ਕਿਹਦੇ ਵਿੱਚ ਕਿੰਨੇ ਪਦੇ ਨੇ, ਇਹਦੇ ਵਿੱਚ ਕਿੰਨੀਆਂ ਲਾਈਨਾਂ ਨੇ, ਫਿਰ ਉਹਦੇ ਨੰਬਰ ਦੇਣੇ, ਜਿਹੜਾ ਨੰਬਰ ਸਿਸਟਮ ਤੁਹਾਨੂੰ ਸਾਰਿਆਂ ਨੂੰ ਪਤਾ। ਇਹ ਕੋਈ ਨਾ ਕੋਈ ਬੜਾ ਵੱਡਾ ਮੈਕੇਨਿਜ਼ਮ ਹੈ, ਕੋਈ ਨਾ ਕੋਈ ਬਹੁਤ ਵੱਡਾ ਗੁਰੂ ਅਰਜਨ ਦੇਵ ਜੀ ਦੇ ਵਿੱਚ ਵਿਜ਼ਨ ਸੀ, ਜਿਸ ਵਿਜ਼ਨ ਨੂੰ ਐਕਚੁਅਲੀ ਇੰਪਲੀਮੈਂਟ ਕਰਨਾ ਆਸਾਨ ਨਹੀਂ ਹੈ, ਇਹ ਮੈਂ ਕਹਿ ਰਿਹਾ। ਦੂਜਾ ਮੈਂ ਬਲੇ ਵੀ ਆਉਂਦਾ ਇੱਕ ਮਿੰਟ, ਦੂਜਾ ਜਿਹੜਾ ਪਿਛਲੀ ਵਾਰੀ ਮੈਂ ਕਿਹਾ ਸੀ ਉਹ ਸਭ ਤੋਂ ਇੰਪੋਰਟੈਂਟ ਹੈ, ਰਹਾਓ ਦੀ ਤੁੱਕ। ਜਿਹੜੀ ਤੁੱਕ ਨੂੰ ਤੁਸੀਂ ਰਹਾਓ ਦੀ ਤੁੱਕ ਕਹਿੰਦੇ ਹੋ ਉਹ ਲਿਖਾਰੀ ਨੇ ਲਿਖੀ ਹੈ ਕਿ ਉਹ ਗੁਰੂ ਅਰਜਨ ਨੇ ਲਿਖੀ ਹੈ। ਹੁਣ ਨੈਚੁਰਲੀ ਤੁਸੀਂ ਕਹੋਗੇ ਜੇ ਸ਼ਬਦ ਗੁਰੂ ਅਰਜਨ, ਜੇ ਸ਼ਬਦ ਗੁਰੂ ਰਾਮਦਾਸ ਦਾ ਤੇ ਰਾਓ ਦੀ ਤੁੱਕ ਵੀ ਗੁਰੂ ਰਾਮਦਾਸ ਜੀ ਦੀ ਹੋਏਗੀ। ਪਰ ਕੀ ਗੁਰੂ ਰਾਮਦਾਸ ਜੀ ਨੂੰ ਪਤਾ ਹੈ ਕਿ ਮੈਂ ਇੱਕ ਤੁੱਕ ਰਾਓ ਦੀ ਵੀ ਲਿਖਣੀ ਹੈ? ਕੀ ਗੁਰੂ ਅਮਰਦਾਸ ਨੂੰ ਵੀ ਪਤਾ ਹੈ? ਦੇਖੋ ਲਿਖਣਾ ਡਿਫਰੈਂਟ ਥਿੰਗ, ਪੋਇਟਰੀ ਵਾਹਿਗੁਰੂ ਨੇ ਭੇਜ ਰਹੀ ਹੈ, ਜਿਸ ਤਰ੍ਹਾਂ ਗੁਰੂ ਨਾਨਕ ਕਹਿੰਦੇ ਸਨ ਬਾਣੀ ਆਈ ਮਰਦਾਨਿਆ ਚੁੱਕ ਰਬਾਬ, ਦੈਟ ਇਜ਼ ਫਾਈਨ, ਵੀ ਆਲ ਅੰਡਰਸਟੈਂਡ ਦੈਟ, ਵਾਹਿਗੁਰੂ ਸ਼ਬਦ ਭੇਜ ਰਿਹਾ। ਬਸ ਉਸ ਸ਼ਬਦ ਨੂੰ ਕਿਹੜੀ ਤਰਤੀਬ ਦੇ ਨਾਲ ਸਾਡੇ ਤੱਕ ਪਹੁੰਚਣਾ ਹੈ, ਇਹ ਤੇ ਗੁਰੂ ਅਰਜਨ ਕਰ ਰਹੇ ਨਾ, ਗੁਰੂ ਅਰਜਨ ਦੇ ਐਡਮਿਨਿਸਟ੍ਰੇਸ਼ਨ ਥੱਲੇ ਹੋ ਰਿਹਾ ਨਾ। ਇੱਥੇ ਆ ਕੇ ਰਹਾਓ ਦੀ ਤੁੱਕ ਨੇ ਤੇ ਬਿਲਕੁਲ ਹੀ ਤੁਹਾਨੂੰ ਕਨਫਿਊਜ਼ ਕਰਤਾ। ਅਗਰ ਰਹਾਓ ਦੀ ਤੁੱਕ ਬਲਦੇਵ ਜੀ ਸ਼ਬਦ ਦੀ ਤੁੱਕ ਵਿੱਚ ਗਿਣੀ ਜਾਂਦੀ ਤਾਂ ਆਸਾਨ ਸੀ, ਕਿਉਂ ਨਿਰਦੇਸ਼ ਵੇਦ ਜੀ ਕਹਿੰਦੇ ਆ ਚਾਰ ਸ਼ਬਦ ਦੇ, ਚਾਰ ਦੇ ਸਟੈਂਥ ਦੇ ਸ਼ਬਦ ਆਉਂਦੇ ਨੇ, ਇੱਕ ਰਹਾਓ ਦੇ ਜੀ ਅਸੀਂ ਕਹਿੰਦੇ ਇਸ ਸ਼ਬਦ ਵਿੱਚ ਪੰਜ ਸਟੈਂਥ ਦੇ ਨੇ, ਤੇ ਇੱਕ ਸਟੈਂਥ ਦੇ ਨੂੰ ਤੁਸੀਂ ਸਥਾਈ ਕਹਿ ਦਿਓ ਜਿਹੜਾ ਵਾਰ ਵਾਰ ਪੜ੍ਹਨਾ। ਪਰ ਹੁਣ ਅਸੀਂ ਕਹਿੰਦੇ ਹਾਂ ਜਿਹੜਾ ਸਥਾਈ ਹੈ ਉਹਨੂੰ ਅਸੀਂ ਟੋਟਲ ਨੰਬਰਾਂ 'ਚ ਕਾਊਂਟ ਹੀ ਨਹੀਂ ਕਰਨਾ। ਐਨੀਵੇ ਕੁਸ਼ਚਨ ਸਟਿਲ ਸਟੈਂਡਸ,
ਤੁਸੀਂ ਵੀ ਇਹਨੂੰ ਲੱਭੋ, ਜਵਾਬ ਲੱਭੋ। ਜੇ ਜਵਾਬ ਨਹੀਂ ਆਉਂਦਾ ਤੇ ਇਹ ਨਾ ਕਹੋ ਸੱਚੇ ਪਾਤਸ਼ਾਹ ਤੂੰ ਆਪਣੇ ਤੋਂ ਜਵਾਬ ਉੱਥੋਂ ਭੇਜ। ਜਵਾਬ ਤੇ ਲੱਭਣਾ ਕੁਐਸਚਨ ਹੈ ਨਹੀਂ, ਕਨਫਿਊਜ਼ਨ ਹੈ। डॉक्टर डॉक्टर साहब, इसी तरह नहीं होएगा कि क्योंकि गुरु अर्जन देव पातशाह भी बाकी गुरुओं की रिस्पेक्ट करते सके, उन्होंने बहुत ही सोच समझ के उन्होंने जे पहले गुरुओं की गुरबाणी नु चेंज करना होंगे तो वह शायद इकले नहीं करते, वो सारे का इकट्ठ करके सारे ना डिस्कशन करके वो जेडे अपना दसिया कि भाई गुरदास जी उन्होंने तो सीनियर सन, उन्होंने काफ़ी एक्सपीरियंस है, वो उन्होंने 12 भी लिखिया मतलब, तो काफ़ी हूँ हाले तक भी फेमस है। हो सकता कि सारे ने रल के किया हो, जिस तरह आप रहत मर्यादा साढ़े सारे जिन्हें बहुत पढ़े लिखे से उन्होंने रल के किया, सिस्टम बनाया सगा कि ये कोई मिक्सचर ना हो सके, जिस तरह वजीर से उन्होंने दसिया। मैनू भी लगता कि ये सारे की सलाह दे नाल होया होगा। नहीं, मैं तो अग्री करता हूँ कि कोई ना कोई प्लानिंग, कोई ना कोई सिस्टम बनया होएगा कि हाँ जी, हाँ जी, जेड़ा हर शब्द जेड़ा उन्हों असी कि गुरु ग्रंथ साहिब विच सैट करना है। हुण आ गई गुरदीप की गल। गुरदीप ने जिहड़ी गल कही वह भी सुन लो। गुरदीप कहिंदा है कि तुसीं कहा कि उत्ते चार पदे तीन तुके, पर कई शब्दां दे उत्ते कुछ भी नहीं हैगा। कईयां ते है, और मेरे ख्याल 60% उत्ते कोई एडिंग नहीं है, सिर्फ 40 उत्ते हैं। कमिंग बैक टू एंड समिंग अप दिस डिस्कशन, ताकि ये चलती ना रहे, गुरु ग्रंथ साहब के विच जिन्हें शब्द सेट हुए हैं अंडर सर्टन डेफिनेटली फिक्स प्लान सेट जी किए गए, वो जड़ा प्लान है वो जो वजीर ने कहा या जो दिलबाग कह रहे हैं, जो बाकी तुसी सारे सज्जनों ने कहा, नेचुरली सारिया ने मिल के एक कोई प्लान किया होना, जिसे मोर गुरु अर्जन ने लाई होनी है। जी कोई तो फाइनलाइज करेगा ना, कोई तो रिस्पॉन्सिबिलिटी लाएगा ना कि साढ़े तक जरा शब्द पहुंचना है वो किड़ी फॉर्म में पहुंचेगा। हूँ जड़ी चीज़ नहीं समझ आई वो एक तरह हो गई। दूजी दूजी ये है कि शब्दों के उत्ते एक हैडिंग है, हेडिंग आ गया चौपदे, फटाफट देखिया भी ये चार पदे का शब्द है उत्ते लिखिया एंड यू आर हैप्पी। हूँ तुम देखते हो उत्ते लिखिया चौपदे, थले नंबर देखते हो शब्द है पंज पदे का। रामकली विच राग रामकली विच गुरु अमरदास जी दिया तुसी जरा अष्टपदियां देखो, हेडिंग है अष्टपदी, पदे ने 20 या 22 या 23। अज मैं वजीर जी रामकली विच ही सी पाठ कर दिया, मैं जिस वेले देखा मैं कहा देखा गुरु अमरदास जी तो बाद भी किसी और गुरु ने लिखा, गुरु अर्जन देव जी का आया। तो गुरु अर्जन देव जी दिया जड़िया सन अष्टपदियां, पहलियां तीन चार ते अठ अठ ही सन, पर उन्होंने भी कहा एक एक ही पदिया की। हुण ये इत्थे असीं मधु कंफ्यू, असीं कोई क्रिटिसाइज नहीं कर रहे, असीं समझना चाहते हाँ कि जदों एक हैडिंग है, नॉर्मली मैं कहना हुंदा सी कि जिहड़ा शायर है ना उहनूं बंदिश नहीं पा सकदे तुसीं, उहने अगर लिखना तो एक बार उहदे इत्थे रहो आ गया, जिस तरह गुरु गोबिंद सिंह ने जाप साहब लिखिआ फिर तुसीं लिख ही जाते हो, फिर तुसीं यह नहीं कहोगे अष्टपदी है कि 16 पदे ने, वो 24 हो गए, 25 हो गए, 26 हो गए। साडा ये सवाल भी नहीं है, साडा सवाल यह है कि असी एक बॉक्स बनाया है लॉन्ग कंपोजिशन का, जो छंता तो पहला आता, एक बॉक्स बनाया जो छंता तो बाद आता, जो 90% रागों में जिस तरह सैट हों, पर इतने जो तो असं आए हाँ ये एक एक ही 22 22 स्टेंजा के जोड़े कंपोजिशन ने उन्हों की ग्रुपिंग अष्टपदी के थले हुई है। ड्यू टू सम रीजन असी गुरु अर्जन देव जी को डायरेक्टली क्वेश्चन नहीं पूछ सकते, और होर भी किसी कोई जवाब नहीं है, किसी को भी पूछ लो जवाब यदा की है, जो वाहगुरु ने किया ठीक है, दैट इज इट, उत्थे डिस्कशन खत्म। पर सानू एज रिसर्च स्कॉलर सिर्फ असी बलदेव जी की कह रहे हैं कि इंज है,
ਅਸੀਂ ਇਹ ਨਹੀਂ ਕਹਿ ਰਹੇ ਕਿ ਇੰਝ ਕਿਉਂ ਹੈ। ਕੋਈ ਤੁਹਾਨੂੰ ਪੁੱਛੇ, ਸਰਦਾਰ ਜੀ ਤੁਸੀਂ ਤੇ ਅਸ਼ਟਪਦੀ ਦੀ ਡੈਫੀਨੇਸ਼ਨ ਦੇ ਰਹੇ ਹੋ, ਕੰਪੋਜੀਸ਼ਨ ਆਫ 8 ਪਦਾ, ਆ ਮੈਂ 21 ਪਦਿਆਂ ਦੀ ਲੈ ਕੇ ਆਇਆ। ਅਸੀਂ ਕਹੋ ਕਿ ਹਾਂਜੀ ਹੈ, ਮੈਨੂੰ ਪਤਾ ਹੈਗੀ ਆ। ਫਿਰ ਤਾਂ ਡਿਸਕਸ਼ਨ ਨਹੀਂ ਹੋਏਗੀ ਨਾ, ਜੇ ਤੁਸੀਂ ਕਹੋਗੇ ਹੈ ਨਹੀਂ, ਕਦੀ ਹੋ ਨਹੀਂ ਸਕਦਾ 21 ਪਦੇ ਦੀ ਹੋਏ, ਬਹੁਤ ਹੈ। ਸੋ ਵਟ ਵੀ ਆਰ ਸੇਇੰਗ ਇਜ਼, ਕੁਛ ਚੀਜ਼ਾਂ ਹੈ ਨੇ ਜਿਹਦਾ ਸਾਡੇ ਕੋਲ ਜਵਾਬ ਨਹੀਂ, ਪਰ ਇਟ ਇਜ਼ ਦੇਅਰ, ਸੋ ਵੀ ਐਕਸੈਪਟ ਦੈਮ ਐਜ਼ ਦੇ ਆਰ। ਹਾਂਜੀ ਡਾਕਟਰ ਸਾਹਿਬ, ਇੱਕ ਮੇਰਾ ਕੁਐਸਚਨ ਆ। ਮੈਂ ਕਈ ਵਾਰੀ ਇਹੋ ਕੀਤਾ ਵੀ ਹੈ ਤੇ ਡਿਸਕਸ਼ਨ ਚ ਵੀ ਹਿੱਸਾ ਲਿਆ ਕਿ ਹੁਣ ਵੀ ਤੁਸੀਂ ਮੈਂਸ਼ਨ ਕੀਤਾ ਸੀ ਕਿ ਗੁਰਬਾਣੀ ਇਸ ਤਰ੍ਹਾਂ ਸੈੱਟ ਕੀਤੀ ਗਈ ਕਿ ਉਹਦੇ ਵਿੱਚ ਕੋਈ ਮਿਕਸਚਰ ਨਹੀਂ ਹੋ ਸਕਦਾ, ਉਹ ਇਸ ਬਹੁਤ ਹੀ ਸੋਲਿਡ ਤਰੀਕੇ ਦੇ ਨਾਲ ਕੀਤੀ ਗਈ ਹੈ। ਲੇਕਿਨ ਜਦੋਂ ਤੁਸੀਂ ਇਹ ਕਹਿੰਦੇ ਆ ਕਿ ਅਸ਼ਟਪਦੀ 8 ਪਦਿਆਂ ਦੀ ਹੋਣੀ ਚਾਹੀਦੀ ਤੇ ਕਈ ਕਈ ਜਗ੍ਹਾ ਉਹ 21ਆਂ ਦੀ ਹੈਗੇ ਆ, ਤੇ ਫਿਰ ਉੱਥੇ ਮਿਕਸਚਰ ਹੋਣ ਦਾ ਪੋਸੀਬਿਲਟੀ ਹੈ ਨਹੀਂ। ਨਹੀਂ, ਉਹ ਇਸ ਤਰ੍ਹਾਂ ਜਦੋਂ ਅਸੀਂ ਮਿਕਸਚਰ ਕਹਿੰਦੇ ਹਾਂ ਨਾ, ਗੁਰੂ ਹਾਂਜੀ ਗ੍ਰੰਥ ਸਾਹਿਬ ਦੇ ਵਿੱਚ ਇੱਕ ਨੂਮੈਰੀਕਲ ਸਿਸਟਮ ਹੈ। ਜਦੋਂ ਵੀ ਅੱਛਾ ਕੋਈ ਕੰਪੋਜੀਸ਼ਨ ਸ਼ੁਰੂ ਹੁੰਦੀ ਹੈ ਨਾ ਕਿਸੇ ਗੁਰੂ ਦੀ, ਉਹਦੇ ਹਾਂਜੀ ਪਿੱਛੇ ਇੱਕ ਨੰਬਰ ਆਉਂਦਾ। ਉਹ ਨੰਬਰ ਨੂੰ ਜਾਂ ਤਾਂ ਇੰਟਰਪ੍ਰੇਟ ਕਰਕੇ, ਨਹੀਂ ਤੁਸੀਂ ਗੜਬੜ ਤਾਂ ਹਰ ਜਗ੍ਹਾ ਕਰ ਸਕਦੇ ਹੋ, ਪਰ ਇੱਕ ਵਾਰੀ ਜੇ ਤੁਹਾਨੂੰ ਪਤਾ ਲੱਗ ਜਾਏ ਬਈ ਇਹ ਸਭ ਹੈਡਿੰਗ ਥੱਲੇ ਕਿਊਮੂਲੇਟਿਵ ਟੋਟਲ 22 ਹੈ, ਇਹਦਾ ਮਤਲਬ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਵਿੱਚ ਇਹਦੇ ਉੱਪਰ 22 ਹੀ ਸ਼ਬਦ ਲਿਖੇ ਗਏ ਨੇ, ਤੇਈਵਾਂ ਨਹੀਂ ਆ ਸਕਦਾ। ਜਾਂ ਤਾਂ 22 ਵੀ 23 ਕਰ ਦਿਓ, ਇੰਟਰਪ੍ਰੀਟੇਸ਼ਨ ਤਾਂ ਕੋਈ ਵੀ ਕਰ ਸਕਦਾ, ਮਤਲਬ ਗੜਬੜ। ਲੇਕਿਨ ਗੁਰੂ ਅਰਜਨ ਨੇ ਸਿਸਟਮ ਬਣਾਇਆ ਗਾ ਜਿਹਦੇ ਨਾਲ ਅਸੀਂ ਕਾਊਂਟ ਕਰ ਸਕਦੇ ਹਾਂ ਵੀ ਹਰ ਸਭ ਹੈਡਿੰਗ ਥੱਲੇ ਕਿੰਨੇ ਸ਼ਬਦ ਨੇ, ਔਰ ਹਰ ਸ਼ਬਦ ਦਾ ਐਟਲੀਸਟ, ਹਰ ਗੁਰੂ ਸਾਹਿਬ ਦੇ ਕਿੰਨੇ ਸ਼ਬਦ ਨੇ। ਕੋਈ ਰਾਗ ਲੈ ਲਓ, ਰਾਗ ਆਸਾ ਲੈ ਲਓ, ਰਾਗ ਆਸਾ ਦੇ ਸ਼ਬਦ ਲਓ ਪਹਿਲਾਂ, ਗੁਰੂ ਨਾਨਕ ਸਾਹਿਬ ਦੇ ਸ਼ਬਦ ਆਏ ਉਹਨਾਂ ਦੇ ਵਿੱਚ ਨੰਬਰ ਆਣਗੇ। ਪਹਿਲਾ ਸ਼ਬਦ 2 3 4 5 6, ਜਿਸ ਵੇਲੇ ਉਹਨਾਂ ਦੇ ਸ਼ਬਦ ਖਤਮ ਹੋ ਗਏ, ਲਾਸਟ ਸ਼ਬਦ ਹੈ ਸਬੋਧ ਉਹਨਾਂ ਦਾ 4 ਪਦੇ ਦਾ, ਔਰ ਉਹਨਾਂ ਦੇ 8 ਸ਼ਬਦ ਨੇ, ਨੰਬਰ ਆ ਜਾਏਗਾ 4 stroke 8। 4 ਦੱਸਦਾ ਹੈ ਕਿ ਆਖਰੀ ਸ਼ਬਦ ਵਿੱਚ 4 ਪਦੇ ਨੇ, 8 ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ 8 ਸ਼ਬਦ ਨੇ। ਹੁਣ ਕਹੇ ਤੁਸੀਂ ਗੁਰੂ ਅਮਰਦਾਸ ਦੇ, ਉਹਨਾਂ ਦੇ 6 ਸ਼ਬਦ ਨੇ, ਔਰ ਉਹਨਾਂ ਦਾ ਵੀ ਲਾਸਟ ਸ਼ਬਦ 4 ਪਦੇ ਦਾ। ਹੁਣ ਆਏਗਾ 4 stroke 8 stroke 6 stroke 14। ਇਸ ਕਿਸਮ ਦਾ ਨਿਊਮੈਰੀਕਲ ਸਿਸਟਮ ਹੈ, ਔਰ ਉਹਨੂੰ ਅਸੀਂ ਕਹਿੰਦੇ ਹਾਂ ਦਿਲਬਾਗ ਜੀ ਕਿ ਇਹ ਸਿਸਟਮ ਹੋਰ ਕਿਸੇ ਗ੍ਰੰਥ ਵਿੱਚ ਤੁਹਾਨੂੰ ਨਹੀਂ ਮਿਲਦਾ। ਇਹਨਾਂ ਸਾਇੰਟਿਫਿਕ ਕਹਿ ਲਓ, ਕੁਛ ਕਹਿ ਲਓ, ਜਿਹਦੇ ਨਾਲ ਆਮ ਆਦਮੀ ਇੰਟਰਪੋਲੇਟ ਨਹੀਂ ਕਰ ਸਕਦਾ, ਕਦੇ ਨਹੀਂ ਜੋੜ ਸਕਦਾ। ਬਾਕੀ ਤੁਹਾਨੂੰ ਕਰਨ ਵਾਲੇ, ਤੁਹਾਨੂੰ ਪਤਾ, ਬੈਂਕ ਆਫ ਇੰਗਲੈਂਡ ਤੇ ਵੀ ਡਾਕਾ ਮਾਰ ਸਕਦੇ ਨੇ, ਤੇ ਕਰਨ ਹਾਂਜੀ ਵਾਲੇ ਤੇ ਬੜਾ ਕੁਛ ਕਰ ਸਕਦੇ ਨੇ, ਪਰ ਤੁਸੀਂ ਸ਼ਰੀਫ ਆਦਮੀਆਂ ਵਾਸਤੇ ਜੇ ਇੱਕ ਛੋਟਾ ਜਿਹਾ ਤਾਲਾ ਲਾ ਦਿਓ ਤੇ ਉਹ ਨਹੀਂ ਆ ਸਕਦੇ ਅੰਦਰ। ਇਹ ਉਹਨਾਂ ਵਾਸਤੇ ਤਾਲੇ ਨੇ, ਉਹਨਾਂ ਵਾਸਤੇ ਸਿਸਟਮ ਹੈ ਬਈ ਗੁਰਬਾਣੀ ਦੇ ਵਿੱਚ ਕੋਈ ਤੋੜ ਫੋੜ ਨਾ ਕਰੇ। ਗੁਰੂ ਸ਼ੁਕਰੀਆ। ਅਰਜਨ ਦੇ ਅੱਜ ਦੇ ਸ਼ਬਦ ਜਾਣ ਤੋਂ ਪਹਿਲਾਂ ਮੈਂ ਕੁਛ ਹੋਰ ਕਹਿਣਾ ਚਾਹੁੰਦਾ, ਪਰ ਮੈਂ ਆਪਣੀਆਂ ਸਾਰੀਆਂ ਸਮੱਸਿਆਵਾਂ, ਮੈਨੇ ਪ੍ਰੋਬਲਮ ਤੁਹਾਨੂੰ ਦੱਸ ਦਿੱਤੀਆਂ। ਆਪ ਜੇ ਹੋਰ ਕਈਆਂ ਨੂੰ ਤੁਸੀਂ ਮਿਲਦੇ ਹੋਵੋਗੇ, ਉਹਨਾਂ ਦੇ ਨਾਲ ਡਿਸਕਸ ਕਰੋ, ਰਹਾਓ ਦੀ ਤੁਕ ਦਾ ਵੀ ਡਿਸਕਸ਼ਨ ਕਰੋ, ਹੈਡਿੰਗਸ ਦਾ ਵੀ ਡਿਸਕਸ਼ਨ ਕਰੋ, ਕੌਣ ਐਕਚੁਅਲੀ, ਵਿਜ਼ਨ ਦਾ ਵੀ ਡਿਸਕਸ਼ਨ ਕਰੋ, ਪਲਾਨਿੰਗ ਦੀ ਵੀ ਡਿਸਕਸ਼ਨ ਕਰੋ। ਇਤਨਾ ਮਹਾਨ ਕੰਮ 4 ਸਾਲਾਂ ਵਿੱਚ ਜਿਹੜਾ ਗੁਰੂ ਅਰਜਨ ਨੇ ਕੀਤਾ, ਉਹਨਾਂ ਦੇ ਚੀਸ ਝੁਕਾਓ ਉਹਨਾਂ ਦੇ ਇਸ ਵਿਜ਼ਨ ਤੇ, ਕਿ ਕਿੰਨਾ ਗ੍ਰੇਟ, ਕਿਸ ਤਰ੍ਹਾਂ ਸਾਰੀ ਬਾਣੀ ਸੈੱਟ ਕੀਤੀ ਗਈ ਹੈ। ਹਾਂਜੀ ਸੁਖਮਨੀ ਸਾਹਿਬ ਤੁਸੀਂ ਹਜ਼ਾਰ ਵਾਰੀ ਪੜ੍ਹਦੇ ਹੋ, ਔਰ ਮੇਰੇ ਖਿਆਲ ਸੁਖਮਨੀ ਸਾਹਿਬ ਦੇ ਵਿੱਚ ਹਰ ਤੁਕ ਦਾ ਤੁਹਾਨੂੰ ਮੀਨਿੰਗ ਵੀ ਆਉਂਦਾ। ਹੁਣ ਸੰਗਰਾਂਦ ਆਉਂਦੀ ਹੈ, ਤੁਸੀਂ, ਮੇਰਾ ਆਪਣਾ ਖਿਆਲ ਹੈ, ਤੁਸੀਂ ਦਾ ਮਤਲਬ ਹੈ ਇਨਕਲੂਡਿੰਗ ਮੀ, ਤੁਸੀਂ ਕਹਿੰਦੇ ਹੋ ਸੰਗਰਾਂਦ ਆ ਗਈ ਹੈ, ਜਾਂ ਤਾਂ ਤੁਸੀਂ ਬਹਿ ਜਾਂਦੇ ਹੋ ਟੀਵੀ ਅੱਗੇ, ਅੱਜ ਗੁਰੂ ਗ੍ਰੰਥ ਸਾਹਿਬ ਤੋਂ, ਹਰਿਮੰਦਰ ਸਾਹਿਬ ਤੋਂ ਜਾਂ ਮੀਨਾ ਪੜ੍ਹਨਗੇ। ਸਾਡੇ ਘਰ 'ਤੇ ਛੋਟੇ ਹੁੰਦੇ ਤਾਂ ਮਦਰ ਕਹਿੰਦੇ ਹੁੰਦਾ ਤਾਂ ਨਾ, ਪੱਗ ਬਣ ਕੇ ਬਹਿ ਜਾ, ਹੁਣ ਪ੍ਰਸ਼ਾਦ ਲਿਆਉਣ ਲੱਗੀ ਹਾਂ ਅਤੇ ਮੀਨਾ ਪੜ੍ਹਨਾ। ਮੀਨਾ ਸੁਣਿਆ, ਮੀਨੇ 'ਚ ਕੀ ਲਿਖਿਆ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ, ਪਰ ਮੀਨਾ ਸੁਣਿਆ ਤਾਂ ਚਲੇ ਗਏ। ਅੱਜ ਮੈਂ ਤੁਹਾਡੇ ਕੋਲ 12 ਦੇ 12 ਮਹੀਨਿਆਂ ਵਿੱਚ ਜਿਹੜਾ ਥੀਮ ਹੈ ਨਾ, ਇੱਕ ਇੱਕ ਲਾਈਨ ਦਾ, ਕਿ ਹਰ ਸਟੈਂਜ ਦੇ ਵਿੱਚ ਨਵਤੇਜ ਜੀ ਗੁਰੂ ਅਰਜਨ ਨੇ ਤੁਹਾਨੂੰ ਕੀ ਸੁਣਿਆ ਦਿੱਤਾ। ਇੱਕ
ਸਟ੍ਰੈਂਜ਼ਾ ਮਹੀਨੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੋਲੋਗ ਕਹਿੰਦੇ ਹੋ, ਤੇ ਇੱਕ ਜਿੱਥੇ ਮਹੀਨੇ ਖਤਮ ਹੁੰਦੇ ਨੇ ਉਹਦੇ ਬਾਅਦ ਹੈ। ਸੋ 14 ਸਟ੍ਰੈਂਜ਼ੇ ਨੇ। ਪਹਿਲੇ ਸਟ੍ਰੈਂਜ਼ੇ ਵਿੱਚ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਅਰਜਨ ਲਿਖਦੇ ਨੇ, ਕਿਰਤ ਕਰਮ ਕੇ ਵਿਛੜੇ ਪਰ ਕਿਰਪਾ ਮਿਲੋ ਰਾਮ। ਇਹ ਸਾਰੇ ਪਿਆਰ ਤੇ ਬੇਸ ਕਰਦੇ ਨੇ। ਸਾਰੀ ਜਿਹੜੀ ਬਾਣੀ ਹੈ ਨਾ, ਇਹ ਬਿਲਕੁਲ 100% ਪਿਆਰ ਤੇ ਹੈ। ਬਾਣੀ ਨੂੰ ਜੇ ਸਮਝਣਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਨ ਉੱਤੇ ਲਿਖਦੇ ਹੋ, ਉੱਤੇ ਲਿਖਦੇ ਹੋ ਪਹਿਲਾਂ ਜਿਹਨੂੰ ਪ੍ਰੇਮ ਕੀ ਹੋ ਤੇ ਨਹੀਂ ਪਾਇਓ, ਜਿਹਨੇ ਜ਼ਿੰਦਗੀ 'ਚ ਪਿਆਰ ਨਹੀਂ ਕੀਤਾ ਬਾਣੀ ਨੂੰ ਨਹੀਂ ਸਮਝ ਸਕਦਾ। ਔਰ ਇਹ ਪਿਆਰ ਜਿਹੜਾ ਹੈ ਸੱਚਾ ਹੈ, ਇਹ ਉਹ ਪਿਆਰ ਹੈ ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਸਿੰਘ ਵੀ ਸੱਚ, ਜਿਹੜਾ ਕਦੀ ਚੇਂਜ ਨਹੀਂ ਹੁੰਦਾ। ਦੇਵ ਜੀ ਸਾਡਾ ਪਿਆਰ ਕਿਹੜਾ, ਉਹਦੇ ਪਿੱਛੇ ਇੱਕ ਮਕਸਦ ਛੁਪਿਆ ਆ। ਕਹਿੰਦੇ ਆ ਕਿ ਆਈ ਲਵ ਯੂ, ਉਹਦਾ ਮਤਲਬ ਇਹ ਹੈ ਕਿ ਮੇਰਾ ਕੰਮ ਕਰਦੇ, ਜਿਸ ਦਿਨ ਕੰਮ ਹੋ ਗਿਆ ਉਹ ਆਈ ਲਵ ਯੂ ਵੀ ਖਤਮ ਹੋ ਗਿਆ। ਸਾਡਾ ਆਈ ਲਵ ਯੂ ਉਦੋਂ ਤੱਕ ਰਹਿੰਦਾ ਜਦ ਤੱਕ ਕੰਮ ਨਹੀਂ ਹੁੰਦਾ, ਪਰ ਐਕਚੁਅਲ ਜਸਵੀਰ ਜੀ ਲਵ ਹੈ ਜਿਹੜਾ ਕਦੀ ਚੇਂਜ ਨਹੀਂ ਹੋਏਗਾ। ਇਹ ਸਾਰੀ ਗੁਰਬਾਣੀ ਦੇ ਵਿੱਚ ਉਸ ਪਿਆਰ ਦਾ ਜ਼ਿਕਰ ਹੈ। ਆਏ ਦੋ ਚਾਰ ਲਾਈਨਾਂ ਆਉਣਗੀਆਂ, ਮੈਂ ਸੁਣਾਉਂਦਾ ਹੁਣ ਤੁਹਾਨੂੰ। ਕਿਰਤ ਕਰਮ ਕੇ ਵਿਛੜੇ, ਅਸੀਂ ਵਿਛੜ ਗਏ ਹਾਂ, ਆਪਣੇ ਮਹਿਬੂਬ ਤੋਂ ਵਿਛੜ ਗਏ ਹਾਂ, ਵਾਹਿਗੁਰੂ ਤੋਂ ਵਿਛੜ ਗਏ ਹਾਂ। ਵਾਹਿਗੁਰੂ ਵਾਸਤੇ ਬਲਦੇਵ ਜੀ ਮਹਿਬੂਬ ਵਰਡ ਵੀ ਆਇਆ, ਦੋਸਤ ਵਰਡ ਵੀ ਆਇਆ, ਹਸਬੈਂਡ ਵਰਡ ਵੀ ਆਇਆ, ਵਾਈਫ ਵਰਡ ਵੀ ਆਇਆ, ਭਰਾ ਵਰਡ ਵੀ ਆਇਆ, ਮਾਂ ਵਰਡ ਵੀ ਆਇਆ। ਅਸੀਂ ਕਿਉਂ ਵਾਹਿਗੁਰੂ ਤੋਂ ਵਿਛੜ ਗਏ ਹਾਂ? ਕਿਰਤ ਕਰਮ ਕੇ ਵਿਛੜੇ, ਆਪਣੇ ਕਰਮਾਂ ਦੀ ਬੇਸ ਤੇ। ਸੋ ਗੱਲ ਤੇ ਆ ਕੇ ਕਰਮਾਂ ਤੇ ਖੜੀ ਹੋ ਜਾਂਦੀ ਹੈ। ਕਰਮ ਜਿਹੜੇ ਨੇ ਇਹ ਤੁਹਾਨੂੰ ਇਹਦੇ ਹੁਣ ਥਿਊਰੀ ਅਸੀਂ ਇਸ ਵੇਲੇ ਨਹੀਂ ਡਿਸਕਸ ਕਰਾਂਗੇ। ਸੋ ਇਹਦੇ ਵਿੱਚ ਜਿਹੜਾ ਕੈਚਿੰਗ ਵਰਡ ਹੈ ਉਹ ਕਰਮ ਹੈ। ਦੂਜਾ ਚੇਤ, ਹਰ ਦਰਸ਼ਨ ਕੋ ਮਨ ਲੋਚਦਾ, ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਬਲਦੇਵ ਜੀ ਇੱਕੋ ਹੀ ਪਿਆਸ ਹੈ ਮਨ ਨੂੰ ਇੱਥੇ ਤੇਰੇ ਦਰਸ਼ਨ ਦੀ, ਕਿਸੇ ਤਰ੍ਹਾਂ ਤੇਰੇ ਦਰਸ਼ਨ ਹੋ ਜਾਣ, ਕਿਸੇ ਤਰ੍ਹਾਂ ਤੋਂ ਮਿਲ ਜਾਏ, ਕਿਸੇ ਤਰ੍ਹਾਂ ਤੋਂ ਘਰ ਮੈਂ ਖੜੀ ਤੱਕਾਂ, ਸ਼ਬਦ ਹੈ ਨਾ ਆਪਣੀ ਦਲੀਲ ਤੇ ਖੜੀ, ਮੈਂ ਤੇਰਾ ਇੰਤਜ਼ਾਰ ਕਰ ਰਹੀ ਹਾਂ ਰੱਬਾ, ਕਦੋਂ ਆਏਗਾ ਤੂੰ? ਤੂੰ ਇਸ ਲਾਈਨ ਦੇ ਵਿੱਚੋਂ ਕਹਿੰਦੇ ਨੇ ਹਰ ਦਰਸ਼ਨ ਕੋ ਮਨ ਲੋਚਦਾ, ਤਰਸਦਾ, ਨਾਨਕ ਪਿਆਸ ਮਨਾ। ਜਿਸ ਤਰ੍ਹਾਂ ਇੱਕ ਪਿਆਸੇ ਨੂੰ ਪਾਣੀ ਦੀ ਪਿਆਸ ਹੈ ਤੇ ਉਹ ਤੜਫ ਰਿਹਾ। ਵਿਸਾਖ, ਵਿਸਾਖ ਤੀਰਨ ਕਿਉਂ ਵਾਢੀਏ, ਜਿੰਨਾ ਪ੍ਰੇਮ ਵਿਛੋ, ਜੇ ਵਿਛੜ ਗਏ ਹੋ ਤੇ ਫਿਰ ਤੁਸੀਂ ਪਿਆਰ ਵਿੱਚ ਕਿੰਨਾ ਕੁ ਤੜਫਦੇ ਹੋ। ਅਸੀਂ ਅੱਜ ਪਿਆਰ ਪਰਮਾਤਮਾ ਤੋਂ ਵਿਛੜੇ ਹਾਂ, ਅਸੀਂ ਆਪਣੇ ਅਵਗੁਣਾਂ ਨਾਲ, ਆਪਣੇ ਪਾਪਾਂ ਨਾਲ ਇੱਕ ਬਹੁਤ ਵੱਡੀ ਦੀਵਾਰ ਖੜੀ ਕੀਤੀ ਆਪਣੇ ਤੇ ਵਾਹਿਗੁਰੂ ਵਿੱਚ। ਜਿਹੜੀ ਸੈਕਿੰਡ ਪੌੜੀ ਪੜ੍ਹਦੇ ਜਾਂ ਪਹਿਲੀ ਪੌੜੀ ਜਪਜੀ ਦੀ ਪੜ੍ਹਦੇ ਹੋ, ਜਦ ਤੱਕ ਤੁਸੀਂ ਉਹ ਦੀਵਾਰ ਨੂੰ ਗਿਰਾਉਣਾ ਨਹੀਂ ਹੈ। ਕਿਹੜੀ ਪੌੜੀ ਹੈ ਜੀ ਉਹ? ਹਰਦੀਪ ਸਿੰਘ ਜੀ, ਕੂੜੇ 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 ਟੁੱਟੇ ਪਾਲ ਕਿਵ ਸਚਿਆਰਾ ਹੋਈਏ, ਕੂੜੇ ਟੁੱਟੇ ਪਾਲ ਕਿਵ ਕੂੜੇ, ਮਾਰਾ ਪੜੋ, ਸ਼ੁਰੂ ਤੋਂ ਪੜੋ, ਵਾਹਿਗੁਰੂ ਪੜੋ, ਚਲੋ ਹੈ ਨਹੀਂ ਫਿਰ ਇਹਦੇ ਇਸ ਤਰ੍ਹਾਂ ਜੀ ਨਹੀਂ ਯਾਦ ਆਉਂਦਾ ਕੁਛ ਵੀ, ਰੋਜ਼ ਪਾਠ ਕਰਦੇ ਹਾਂ ਅਸੀਂ। ਪਰ ਜੋ ਤੁਸੀਂ ਕਿਹਾ ਉਹਦੇ ਵਿੱਚ ਇਹੀ ਹੈ ਕਿ ਇੱਕ ਅਸੀਂ ਵਜ਼ੀਰ ਜੀ ਦੀਵਾਰ ਖੜੀ ਕੀਤੀ ਹੈ ਆਪਣੇ ਕਰਮਾਂ ਨਾਲ, ਆਪਣੇ ਪਾਪਾਂ ਨਾਲ, ਇਹ ਵਾਹਿਗੁਰੂ ਹੈ, ਇਹ ਅਸੀਂ ਵਿਚਕਾਰ ਦੀਵਾਰ ਹੈ। ਜਦ ਤੱਕ ਅਸੀਂ ਇਹਨੂੰ ਸਮੈਸ਼ ਨਹੀਂ ਕਰਦੇ, ਉਹਨੂੰ ਦੇਖਾਂਗੇ ਕਿਵੇਂ, ਕਹਿ ਰਹੇ ਹਾਂ ਤਰਸ ਗਏ ਤੁਹਾਨੂੰ ਦੇਖਣ ਨੂੰ, ਤੇ ਜੇ ਐਡਾ ਵੱਡਾ ਘੁੰਘਟ ਆ ਵਿਚਕਾਰ ਤਾਂ ਦੇਖਾਂਗੇ ਕਿਵੇਂ। ਵਿਸਾਖ, ਜੇਠ, ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰਵਾਨ, ਹੁਣ ਕਿਉਂ ਰੋ ਰਿਹਾ ਤੂੰ ਵਿਛੜ ਕੇ, ਕਰਮ ਤੇ ਤੇਰੇ ਸਨ। ਆਪਣੀਆਂ ਗਲਤੀਆਂ ਨਾਲ ਅਸੀਂ ਵਿਛੜਦੇ ਹਾਂ ਨਾ, ਈਵਨ ਨਵਤੇਜ ਜੀ ਆਪਣੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇਖੋ, ਜਦੋਂ ਤੁਸੀਂ ਭੈਣ ਭਰਾਵਾਂ ਤੋਂ ਵਿਛੜ ਜਾਂਦੇ ਹੋ, ਜਦੋਂ ਤੁਸੀਂ ਮਾਂ ਬਾਪ ਤੋਂ ਵਿਛੜ ਜਾਂਦੇ ਹੋ, ਕਿਤੇ ਨਾ ਕਿਤੇ ਝਾਤੀ ਮਾਰ ਕੇ ਦੇਖੋ ਨਾ, ਮੰਨਦੇ ਤਾਂ ਨਹੀਂ ਅਸੀਂ ਪਰ ਗਲਤੀ ਤਾਂ ਸਾਡੀ ਹੈ ਨਾ। ਇਨਸਾਨ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ, ਆਪਣੀ ਗਲਤੀ ਕਦੇ ਨਹੀਂ ਮੰਨਦਾ। ਸਾਰੀਆਂ ਬਹਿਸ, ਸਾਰੇ ਝਗੜੇ ਖਤਮ ਹੋ ਜਾਂਦੇ, ਤੁਸੀਂ ਕਹੋ ਜੀ ਠੀਕ ਹੈ ਸਤ ਬਚਨ, ਮੈਂ ਮੰਨਦਾ ਗਲਤੀ ਮੇਰੀ ਹੈ, ਝਗੜਾ ਖਤਮ, ਪਰ ਅਸੀਂ ਕਦੀ ਮੰਨਣਾ ਹੀ। ਮਰਡਰ ਵੀ ਕਰਕੇ ਆ ਜਾਵਾਂਗੇ ਨਾ ਗੁਰਦੀਪ ਜੀ, ਅਸੀਂ ਕਹਾਂਗੇ ਸਾਥੋਂ ਤਾਂ ਹੋਇਆ ਹੀ ਨਹੀਂ,
हाथ में चाकू सी, एक आ गया चाकू फस गया, मैं हूं की करा। असी कदी गलती मनते नहीं, ये इंसान की फितरत है, ता ही साढ़े कर्म कभी ठीक हो ही नहीं, क्योंकि अस झूठ बोलने तो कभी हटे नहीं। हड़ जे हा बीजे सो लुने मथे सो लख्यास। मथे की गल आती है तो हथा दे लकीर की गल आती है, मतलब जी थी परमात्मा ने लिखी है ना किस्मत, वो इतने है कहते, पर इतने तो तुम कई बार पग बन लेंगे या घूंघट कर लेंगे जनानियां, जो तुम पढ़ नहीं सकते ब्रीफ जरा हथा दंगलों से है लिख ए वही है जो इतने लिखा, लिखारी वाहगुरु है, इनपुट सारी पार्टी है। सावन के सब तो वधिया लाइन है गुरु अर्जन की, इनू याद कर लो महिंदर सिंह जी, हर मिलने नू मन लोचदा, हर मिलने नू मन लोचदा, कर्म मिलाओ केड़ा इंसान है अपने प्यार नू मिलन नू मन नहीं लोचदा। इत्थे प्यार वाहिगुरु है, केड़ा इंसान है जिनू जी नहीं करता अपनी मां नू नहीं मिलन दा, केड़ा इंसान है जो जी नहीं करता अपनी मोहब्बत नू नहीं मिलन दा, हर मिलने नू मन लोचदा, कर्म मिलावन हार, कर्म करोगे तो वाहिगुरु बख्शिश करेगा। हर महीने के विच एक इन्नी डीप लाइन है जिहड़ी तुसी पढ़ो ते तुहानूं सारे महीनियां दा मतलब समझ आ जाएगा। भादों जिहा बीजे करमा संधड़ा खेत, आपे वाही कीती असी, आपे हल चलाया, आपे बीज बोया ते आपे खेती कटनी है। असू मन तन प्यास दर्शन घणी, फिर आ गया दर्शन, मन तन प्यास, मन नू भी ते तन नू भी प्यास है घणी, बहुत ज्यादा बहुत घणी ज्यादा डीप बहुत ज्यादा। दर्शन कोई आन मिलावे माए। देखो क्या जबरदस्त एक विरलाप है थे, कोई आन मिलावे माए, ये माँ तो ही कुछ कोल कमाई जा, ये माँ तो ही कोई गोद विच लै के कोई असीस दे के मेरे जड़ी वाहगुरु मिलन की प्यास है, दर्शन की प्यास है, वो पूरी हो जाए। सच्चे मार्ग चलते हाँ उस्तत करे जो उस्तत करे जहान, एडू ज्यादा सच की है गुरु अर्जन कह गए। सच्चे मार्ग लभ लो, रस्ता लभ लो, दो चार बंदे फिर भी खुश नहीं होंगे, पर परमात्मा दे राह ते चलोगे ते अल्टीमेटली हुण कौन पहचानता से रविदास नू ते कौन पहचानता से कबीर नू, पर चल पे ना अच्छे राह ते सारे दे सिर चुक गए ना, तो सच्चे मार्ग चलते हाँ। लास्ट खत्म करते ने, नानक मंगे दर्श दान, कृपा करो कृपा करो हरे, ये वो कृपा करेगा बख्शिश करेगा तो दर्शन हो जाएंगे। साढ़े सारे की दौड़ सरदार नवतेज सिंह जी परमात्मा की बख्शिश लैन वास्ते, और बख्शिश मिलती है वह ही गुरु नानक के तीन गुण, नाम जपो वंड छको, कित करो वंड के छको, याद है सानू, पर की असं करते हैं रोज पढ़ते हाँ, नाम जपो कित करो वंड के छको, कभी वंड के छकिया किरत बने ऑनेस्ट लिविंग, झूठ ना बोलो, नफरत ना करो, किसी नु दुख ना दियो, चातो चाती मारो अंदर। असी कहने रब नहीं मिलिया यार, असी कहते इन्नी रोज गुरुद्वारे जाके मत्था टेक दी, मैं तो पता नहीं किन्ने पाठ किए ने, मैं तो पता नहीं किन्ने पाठ किए ने, पर मैनू तो कभी डॉक्टर कपूर कहते सन गुरुद्वारे जाके बैठ जाओ तो गुरु नानक साहब आ जाते हैं, मेरे तो पता नहीं कहे लोग आके बैठ जाते हैं, मैंने तो कभी गुरु नानक के दर्शन नहीं हुए। गुरु नानक के दर्शन लई कुछ अंदर पैदा करो ना, वो जोत पैदा करो, जिहड़ी जोत नाल तुहानू अंधेरे विच कुछ दिसे। साढ़े जीवन के चारों तरफ बलदेव जी अंधेरा, उस अंधेरे को देखने वास्ते एक दीप चाहिए, वो दीप है
ਅਜੇ ਗੁਰੂ ਨਾਨਕ ਨੇ ਤਿੰਨ ਵਰਡ ਕਹੇ ਨੇ ਓਨੈਸਟੀ ਦੇ, ਓਨੈਸਟੀ ਦਾ ਦੀਪਕ ਚਾਹੀਦਾ। ਜਿਸ ਦਿਨ ਸਾਡੇ ਅੰਦਰ ਓਨੈਸਟੀ ਦਾ ਦੀਪਕ ਜਲਿਆ, ਅਸੀਂ ਵੰਡ ਕੇ ਵੀ ਛਕਾਂਗੇ, ਅਸੀਂ ਪਰਮਾਤਮਾ ਦਾ ਨਾਮ ਵੀ ਲਵਾਂਗੇ। ਸੋ ਬੇਸਿਕ ਚੀਜ਼ ਹੈ ਸਾਡਾ ਜੀਵਨ ਓਨੈਸਟੀ ਦਾ ਹੋਣਾ ਚਾਹੀਦਾ। ਕਿਸੇ ਨੂੰ ਦੁੱਖ ਨਾ ਦਈਏ। ਅਤੇ ਗੁਰੂ ਅਰਜਨ ਦੇਵ ਜੀ ਦਾ ਉਹ ਸ਼ਬਦ ਸਾਡੇ ਦੇ ਗੰਢ ਮਾਰ ਕੇ ਬੰਨ ਲਈਏ, ਬਿਸਰ ਗਈ ਪਰਾਈ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਮੈਂ ਤੁਹਾਡੇ ਨਾਲ ਹੀ ਹਾਂ, ਜਿਹੋ ਜਿਹੇ ਤੁਸੀਂ ਮੈਂ ਵੀ ਹੋਈ ਹਾਂ। ਗੁਰਬਾਣੀ ਜਦ ਤੱਕ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਨਹੀਂ ਕਰਦੇ, ਉਹ ਬਾਣੀ ਭਾਵੇਂ ਕੁਰਾਨ ਸ਼ਰੀਫ ਤੋਂ ਆਈ ਹੈ ਅਤੇ ਭਾਵੇਂ ਬਾਈਬਲ ਤੋਂ ਆਈ ਹੈ ਅਤੇ ਭਾਵੇਂ ਤੋਰਾ ਤੋਂ ਆਈ ਹੈ ਅਤੇ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਈ ਹੈ, ਜਿਸ ਦਿਨ ਅਸੀਂ ਬਾਣੀ ਦਾ ਇੱਕ ਅੱਖਰ ਵੀ ਆਪਣੇ ਜੀਵਨ ਦੇ ਵਿੱਚ ਅਪਲਾਈ ਕਰ ਦਿੱਤਾ, ਅੱਜ ਉਹ ਪੜ੍ਹਿਆ ਨਾ ਪਰਮਾਤਮਾ ਪ੍ਰਗਟ ਹੋਇਆ ਕਿ ਹੋਇਆ, ਫਿਰ ਦਰਸ਼ਨ ਤੁਹਾਨੂੰ ਮਿਲ ਗਏ। ਹਾਂਜੀ ਬਲਦੇਵ ਜੀ, ਡਾਕਟਰ ਸਾਹਿਬ ਕਿਰਪਾ ਕਰੋ, ਖੁਲਾਸਾ ਕਰੋ। ਜਦੋਂ ਆਪਾਂ ਕਹਿੰਦੇ ਨਾ ਨਾਨਕ ਮੰਗੇ ਦਰਸ਼ ਦਾਨ, ਕਿਰਪਾ ਕਰੋ ਕਿਰਪਾ ਕਰੋ ਹਰੇ, ਉਹਨਾਂ ਦੀ ਤਾਂ ਟੰਨਾਂ ਦੇ ਟਨ ਕਿਰਪਾ ਪਹਿਲਾਂ ਹੀ ਹੋਈ ਹੋਈ ਆ। ਇਹ ਜੀਵਨ ਕਿਰਪਾ ਨਾਲ ਮਿਲਿਆ ਹੈ, ਅੱਖਾਂ ਕਿਰਪਾ ਨਾਲ ਮਿਲੀਆਂ, ਉਹਨਾਂ ਤੱਕ ਕੰਮ ਹੀ ਇਹੀ ਹੈ, ਕਿਰਪਾ ਕਰਨਾ ਦਤਾਰ ਹੈ। ਇਹਦਾ ਹੋਰ ਖੁਲਾਸਾ ਕਰੋ, ਆਪਾਂ ਕਿਹੜੀ ਕਿਰਪਾ ਦੀ ਵੇਟ ਕਰ ਰਹੇ ਹਾਂ? ਸਾਡੇ ਪੰਜਾਬੀ ਵਿੱਚ ਕਿਰਪਾ ਦੇ ਤਾਂ ਬੜੇ ਵਰਡ ਨੇ, ਪਹਿਲਾਂ ਤਾਂ ਇੱਕ ਤੁਸੀਂ ਮੂਲ ਮੰਤਰ ਵਿੱਚ ਹੀ ਪੜ੍ਹਦੇ ਹੋ, ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ। ਵਾਹਿਗੁਰੂ। ਗੱਲ ਇਹ ਹੈ ਕਿ ਜੀਵਨ ਦੇ ਵਿੱਚ ਬਲਦੇਵ ਜੀ ਕੁਛ ਵੀ ਸਾਨੂੰ ਅਗਲੇ ਦੀ ਰਜ਼ਾਮੰਦੀ ਤੋਂ ਬਿਨਾਂ ਨਹੀਂ ਮਿਲਣਾ। ਕਹਿੰਦੇ ਨਾ ਮਾਂ ਵੀ ਬਿਨਾਂ ਰੋਏ ਬੱਚੇ ਨੂੰ ਦੁੱਧ ਨਹੀਂ ਦਿੰਦੀ। ਤੁਸੀਂ ਅਗਲੇ ਨੂੰ ਕੁਛ ਨਾ ਕੁਛ ਉਸ ਗੱਲ ਕਰਨ ਨੂੰ ਰਜ਼ਾਮੰਦ ਕਰਨਾ, ਉਹਦੇ ਵਾਸਤੇ ਤੁਸੀਂ ਪ੍ਰੂਫ ਕਰਨਾ ਕਿ ਤੁਸੀਂ ਕੌਣ ਹੋ। ਤੁਸੀਂ ਇੰਟਰਵਿਊ ਤੋਂ ਜਾਂਦੇ ਹੋ ਨਾ, IAS ਦੀ ਇੰਟਰਵਿਊ ਤੋਂ ਗਏ, ਕਿਸੇ ਇੰਟਰਵਿਊ ਤੋਂ ਗਏ, ਕੀ ਹੈ ਇੰਟਰਵਿਊ, ਵਾਟ ਇਜ਼ ਇੰਟਰਵਿਊ, ਕਿ ਤੁਸੀਂ ਇਹ ਪ੍ਰੂਫ ਕਰਨਾ ਕਿ ਮੈਂ FS ਜੋਬ ਦੇ ਲਈ ਸੂਟੇਬਲ ਹਾਂ। ਪਰਮਾਤਮਾ ਦਾ ਅਸੀਂ ਰੋਜ਼ ਕਹਿੰਦੇ ਹਾਂ ਸਰ ਪਰਮਾਤਮਾ ਸਾਡੇ ਆ ਕਰਦੇ, ਪਰਮਾਤਮਾ ਅਰਦਾਸ ਕਰਨ ਜਾਂਦੇ ਹਾਂ, ਐਡੀ ਲੰਬੀ ਸਾਡੇ ਕੋਲ ਇੱਕ ਸ਼ੋਪਿੰਗ ਲਿਸਟ ਹੁੰਦੀ ਆ ਜਿਹੜੀ ਪਰਮਾਤਮਾ ਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ। ਪਰ ਕੁਸ਼ਚਨ ਇਹ ਹੈ ਪਰਮਾਤਮਾ, ਤੁਸੀਂ ਮੈਨੂੰ ਨਹੀਂ ਪਤਾ ਦੁਨੀਆਂ ਦੀ ਆਬਾਦੀ ਕਿੰਨੇ ਬਿਲੀਅਨ ਹੈ, ਕਿੰਨੀਆਂ ਬਿਲੀਅਨ ਅਰਦਾਸਾਂ ਉਹਨਾਂ ਕੋਲ ਰੋਜ਼ ਜਾਂਦੀਆਂ ਹੋਣੀਆਂ, ਅਤੇ ਪਰਮਾਤਮਾ ਜਿਹਨੂੰ ਕਹਿੰਦੇ ਸਰਵ ਵਿਆਪਕ ਹੈ, ਸਭ ਕੁਛ ਕਰ ਸਕਦਾ, ਇਹ ਆਪਣੀ ਸੋਚ ਨਾਲ ਦੇਖੋ, ਇੰਨੇ ਬਿਲੀਅਨ ਬੰਦਿਆਂ ਨੂੰ ਖੁਸ਼ ਕਰਨ ਵਾਸਤੇ ਜੋ ਤੁਸੀਂ ਕਰਮ ਕੀਤਾ ਸ਼ੁਰੂ ਕੀਤੀ ਹੈ ਗੱਲ, ਉਹਨਾਂ ਦੇ ਉੱਤੇ ਬਖਸ਼ਿਸ਼ ਕਰਨ ਵਾਸਤੇ ਉਹਦੇ ਕੋਲ ਕ੍ਰਾਈਟੇਰੀਅਨ ਕੀ ਹੈ, ਕਿਹੜਾ ਕ੍ਰਾਈਟੇਰੀਅਨ ਹੈ ਪਰਮਾਤਮਾ ਕੋਲ? ਮੈਂ ਤੁਹਾਨੂੰ ਕਿਹਾ, ਕੋਈ ਆਇਆ ਮੇਰੇ ਕੋਲ, ਡਾਕਟਰ ਸਾਹਿਬ ਤੁਸੀਂ ਬੜਾ ਕੁਛ ਪੜ੍ਹਾਉਂਦੇ ਹੋ, ਸਾਨੂੰ ਵੀ ਦੱਸੋ, ਸਾਡੇ ਨਾਲ ਮੁਸੀਬਤ ਜਾਂਦੀ ਨਹੀਂ, ਤੁਸੀਂ ਰੋਜ਼, ਮੈਂ ਸੁਣਿਆ ਤੁਹਾਡੀ ਕਲਾਸ 'ਚ ਕਹਿੰਦੇ ਹੋ ਕਿ ਪਰਮਾਤਮਾ ਕਰਮ ਕਰੇਗਾ, ਬਖਸ਼ਿਸ਼ ਕਰੇਗਾ ਅਤੇ ਸਭ ਕੁਛ ਹੋ ਜਾਏਗਾ, ਮੈਨੂੰ ਦੱਸੋ ਬਖਸ਼ਿਸ਼ ਕਿਵੇਂ ਮਿਲੇਗੀ? ਕੋਈ ਨਹੀਂ ਦੱਸ ਸਕਦਾ ਬਖਸ਼ਿਸ਼ ਕਿਵੇਂ ਮਿਲਣੀ ਹੈ। ਤੁਹਾਡੇ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ ਹੈ, ਵਾਹਿਗੁਰੂ ਕੋਲ ਹੈ। ਬਖਸ਼ਿਸ਼ ਪਰਮਾਤਮਾ ਦਿੰਦਾ ਹੈ, ਆਪੇ ਦਿੰਦਾ, ਉਹਨੇ ਸੁਣਨਾ, ਤੁਸੀਂ ਜਿੰਨੇ ਮਰਜ਼ੀ ਪਾਠ ਕਰ ਲਓ, ਜੇ ਨਹੀਂ ਸੁਣਨਾ ਤਾਂ ਨਹੀਂ ਸੁਣਨਾ। ਪਰ ਹੈਵਿੰਗ ਸੈਡ ਇਟ, ਫਿਰ ਵੀ ਤੁਸੀਂ ਇਮਤਿਹਾਨ ਲਈ ਆਪਣੀ ਤਿਆਰੀ ਕਰਦੇ ਹੋ, ਪਾਸ ਫੇਲ ਐਗਜ਼ਾਮੀਨਰ ਦੇ ਆਪਾਂ, ਵਾਹਿਗੁਰੂ ਮੰਨੇ ਜਾਂ ਨਾ ਮੰਨੇ, ਬਖਸ਼ਿਸ਼ ਕਰੇ ਜਾਂ ਨਾ ਕਰੇ, ਤੁਸੀਂ ਉਹ ਕੰਮ ਕਰੋ ਜਿਹੜੇ ਮੈਂ ਤੁਹਾਨੂੰ ਕਹੇ ਨੇ ਗੁਰੂ ਨਾਨਕ ਦੇ। ਦੋਜ਼ ਆਰ ਦੀ ਐਗਜ਼ਾਮੀਨੇਸ਼ਨ ਪੇਪਰ ਯੂ ਹੈਵ ਟੂ ਸਿਟ ਇਨ, ਉਹ ਐਗਜ਼ਾਮੀਨੇਸ਼ਨ ਪੇਪਰ ਦੇ ਨਾਲ ਯੂ ਕੁਆਲੀਫਾਈ ਟੂ ਸਿਟ ਇਨ ਦੀ ਐਗਜ਼ਾਮ ਐਂਡ ਹੈਵ ਵਾਹਿਗੁਰੂ ਬਖਸ਼ਿਸ਼। ਪਰ ਬਖਸ਼ਿਸ਼ ਮਿਲੇਗੀ ਜੇ ਐਗਜ਼ਾਮੀਨਰ ਯੈਸ ਲਿਖੇਗਾ, ਔਰ ਫਾਈਨਲ ਐਗਜ਼ਾਮੀਨਰ ਜਿਹੜਾ ਹੈ ਉਹ ਵਾਹਿਗੁਰੂ ਹੈ। ਮੈਨੂੰ ਯਾਦ ਹੈ ਜਦੋਂ ਨਵੇਂ ਨਵੇਂ IAS ਐਗਜ਼ਾਮ ਸ਼ੁਰੂ ਹੋਏ ਸੀ ਨਾ, ਅਤੇ ਬੜਾ ਕੁਛ ਆਉਂਦਾ ਹੁੰਦਾ ਸੀ ਪੇਪਰਾਂ ਵਿੱਚ ਕਿ ਕਿਹੜਾ ਬੰਦਾ ਇੰਟਰਵਿਊ 'ਚ ਪਾਸ ਹੁੰਦਾ ਅਤੇ ਕਿਹੜਾ ਨਹੀਂ ਹੁੰਦਾ। ਮੈਨੂੰ ਨਾਂ ਭੁੱਲ ਗਿਆ ਹੁਣ, ਕੌਣ ਇੰਟਰਵਿਊ ਕਰਦਾ ਹੁੰਦਾ ਸੀ, ਉਹਦਾ ਨਾਂ ਬੜਾ ਮਸ਼ਹੂਰ ਸੀ, ਜਿਹੜਾ ਹੈੱਡ ਸੀ ਉਹ। ਇੱਕ ਲੜਕਾ ਗਿਆ ਬਲਦੇਵ ਉਹਨਾਂ ਕੋਲ, ਅਤੇ ਬੜੇ ਟੌਪ ਮਾਰਕਸ ਹਨ ਉਹਦੇ, ਕੋਈ ਐਸਾ ਰੀਜ਼ਨ ਨਹੀਂ ਸੀ ਕਿ ਉਹ ਫੇਲ ਹੋਏ। ਇੰਟਰਵਿਊ ਦੇ ਵਿੱਚ ਸਾਰੇ ਜਵਾਬ ਉਹਨੇ ਠੀਕ ਦਿੱਤੇ, ਅਤੇ ਉਹ ਜਿਹੜਾ ਇੰਟਰਵਿਊ ਲੈ ਰਿਹਾ ਸੀ ਕਹਿੰਦਾ ਤੂੰ ਆਪਣੇ ਹੱਥ ਦਿਖਾ, ਉਹਨੇ ਹੱਥ ਦਿਖਾਏ,
बड़े साफ सुथरे मुलायम हाथ, उन्हें रिजेक्ट करता। वो कहता तो मैंने को रिजेक्ट किया भी, मैं कि मेरी की गलती है। कहता तो कहते कोई हार्ट काम ही नहीं किया, अपनी माँ का कभी हेल्प की कर जाके, तेरे हाथे दसते ने तो कोई काम नहीं किया। जब तक इंसान अपनी जिंदगी नु आप नहीं संवारेगा ना, परमात्मा भी हेल्प नहीं करेगा। अपना घर अपनी माँ की सेवा कर जाके, माँ का हाथ बटा, भैन भरावान का हाथ बटा। तो तुहाड़े सवाल का जवाब नंबर वन मेरे को नहीं है। दूसरा ये है कि परमात्मा कदों बख्शिश करेगा, ये तुहाड़े हिरदे से डिपेंड करता है, तुहाड़ी अपनी सच्चाई से डिपेंड करता है। अगर तुम सच्चे दिलों कुछ मंगोगे, तुम एक कदम चलोगे और दो कदम आएगा, यही बख्शिश है। और वैसे तुहाड़े से बख्शिश है, तुहानू मंगन की लोड़ है, तुहाड़े से वाहिगुरु की बहुत बख्शिश है। तुहाड़े मुँह तो जो निकलता है ना सवेरे जो तुम क्लास च आते ही हो, तो पहला वर्ड की कहते हो बोलो, धन्यवाद। धन्यवाद। सब तो पहला वर्ड कहते ने तुहाड़े सारे का, बिना देखिया बिना कुछ किया ही, थैंक यू ऑल। सब तो वड्डी जिहड़ी निम्रता है ना, वो तुहाड़ा सब तो वड्डा गुरु नानक बलदेव सिंह जी, और परमात्मा के दर ते पहुंचने लई उहदी कृपा लैण लई सब तो वड्डा वन ऑफ दी मोस्ट इंपोर्टेंट गुण तुहाड़े है, वो है निम्रता, जिहड़ी साडे लोकां च नहीं हैगी। साडे लोक तो चार अखर आ जाण, वो दूजे नाल गल नहीं करते। वो कहते मेरे वर्गा विद्वान ही कोई नहीं, मेरे वर्गा अमीर ही कोई नहीं, मेरे वर्गा स्किल्ड ही कोई नहीं, मेरे वर्गा सोहना ही कोई नहीं, कोई चीज कह लो हंकार वास्ते तैयार बैठे ने। एनीवे अज का हम असि अगर देख लीए जो मेरे, सर सर डॉक्टर जी, मैं हाँ जी एक अज हूं तक जिस तरह आप बैठे हैं, हूं तक भी मैं उस ऑर्गेनाइजेशन का नाम नहीं लाऊंगा, पर वो भी गुरु ग्रंथ साहब के विचों जिहड़े सौखे सौखे शब्द कढ के बैठे आ, वो कहिंदे भगतां दी बाणी आ, वो हुण भी इस टाइम भी वो बैठे आ, उन्होंने चलो कहने वाला कोई नहीं गा, पर वो भी जी गुरु ग्रंथ साहब तो जिहड़े सौखे शब्द है ना सानू अच्छे लगते आ, वो कढ के बैठे आ। दुनिया के अंदर बड़ा कुछ है। असी मैं तो ये कहना तुसी सारे इस क्लास च बैठे हो ना, जी मैं कहूँगा कि तुसी गुरु नानक के घर आए हो। ये क्लास जी है ना, ये गुरु नानक का घर है जिसे तुसी वो नाम लेंगे हो। लास्ट शब्द केड़ा पढ़ते हैं हरमंदर साहब, लास्ट राती को देखता है फिर कर पैसे अर्जुन प्यारे। लास्ट लास्ट शब्द जेड़ा हरमंदर साहब पढ़ते रहना, फिर कर बैसो अर्जुन प्यारे सतगुरु इतने बैठ के असी परमात्मा का नाम लेंदे हाँ, ते वो सारिया गलां जिक्र करते हाँ जेड़ा गलां सानू पर समझ नहीं आ रही हैं, जेड़ियां अस गलां असी अचीव करना चाहते हाँ, टू हैव हिज ऑडियंस। परमात्मा के दर्शन करने लई साडे अंदर केड़े गुण पैदा होने चाहिए ने, ये असं डिस्कस करते हैं। एंड आई एम सो ग्रेटफुल टू ऑल ऑफ यू टू पार्टिसिपेट इन ऑल द डिस्कशंस। गुरु अर्जन राग राम गली, मैं जिस तरह पहला कहा कि राग राम गली दे विच खास ये तुसी देखना जिसे तुसी गुरु ग्रंथ साहिब तो पाठ कर रहे हो कि हैडिंग जड़ा है अष्टपदियां दा, उदे विच बहुत लोंग लोंग अष्टपदियां हैं ने। अंगीकार किया प्रभु अपने बैरी सगले साधे, बहुत आसान है सारा शब्द। ये हम फर्स्ट टेंस च गुरु साहब कहते हैं कि थर्ड टेंस च कहते हैं, तुसी आप देखना तुसी अपने आप नूं उत्थे रखना कि गुरु साहब की गल समझ के कहनी है। अंगीकार किया प्रभु अपने, परमात्मा ने मैनू एक्सैप्ट कर लिया, अंग दे नाल ला लिया। गुरबाणी च बहुत शब्द आते हैं भूसम के नाल लगाना परमात्मा तुसी कहते हो। अंगीकार किया प्रभु अपने बैरी सगले साधे, साधना तो पंजाबी का वर्ड है, उन्होंने सोच दे कि मेरे सारे दुश्मनों को परमात्मा ने दूर करता मेरे तो। जिन बैरी है ये जग लुटिया, ते बैरी लै बांधे, जिन्हें भैड़े लोगों ने इन्नी बुराइयां कीतियां, इन्ने भैड़े कर्म किए ने, परमात्मा ने उन्होंने सोधिया, उन्होंने बन के एक पास रखे। मतलब परमात्मा डिफरेंशिएट कर सकता केड़ा काम अच्छा ते केड़ा काम माड़ा। पर फिजिकली आके उन्हें तुम्हें नहीं बुलाना, थोड़ा जीवन ही ऐसा उथल पुथल हो जाएगा कि तुम्हें समझ आ जाएगी कि मैं कि भैड़े काम किए ने कि अच्छे काम किए ने।
सतगुर परमेश्वर मेरा, वाहिगुरु ही मेरा सब कुछ है। परमेश्वर मीन्स सब कुछ, ऑल इन ऑल, जो कुछ है मेरा सब कुछ, मतलब देन वाला, प्यार देन वाला, खान पीन जो है वो देन वाला, तन ते कपड़ा देन वाला, घर रहन देन वाला, बाल बच्चे देन वाला, साथी देन वाला, सतगुरु परमेश्वर मेरा। अनेक राज भोग रसमानी, नौ जगी पर वासा तेरा, किन्ने ही मैं खुशियां मानिया, किनिया ही मैं अपने जीवन दे विच एंजॉयमेंट की, और मैं किस तरह मिली है कि मेरा फेथ तेरे च सी। मैं किधर डोलिया नहीं हाँ, गुरबाणी दे विच आंदा है एक वारू साहब दी, अजकल व्हाट्सएप ते पता नहीं कोई भेजते ने, कोई संत इकबाल सिंह जी ने, उन्होंने को कई सवाल पूछते ने लोग कि एक सिख औरत या आदमी अच्छे कपड़े पा सकता पार्टियां ते जा सकता, तो कहते ने क्यों नहीं, गुरु का वासा तुहाडे दिल विच है, तुसी संसार चाहे हो इंजॉय क्यों नहीं करोगे, जब तक तुसी सही पाथ ते चल रहे हो किते भी जाके किसी ने धोखा नहीं देते, जे तुहाडे घर वालिया ने कहा है कि यह काम तुसी नहीं कर रहे तुसी वह नहीं करते, अपने घर दे विच जाके झूठ नहीं बोलते, एवरीथिंग इज एक्सेप्टेबल, एवरीथिंग इज फाइन, चीत ना हवस दूजी बाता, सिर उपर रखवारा, मेरा तो एक ही रखवाला है वाहिगुरु, मैनू तो मेरे मन से कभी और किसी की गल नहीं आई, मैं एको नू प्यार किया वाहिगुरु है, एको की उपासना की वाहिगुरु है, एको का नाम जपया वाहिगुरु है, मैं जपी पढ़िया, मैं सुखमणी पढ़ी है, मैं होर किसे भी, मैं सब दी सारे ग्रंथा की बहुत इज्जत करता, पर मैं अपने नितनेम गुरु ग्रंथ साहब तो करता, चेतना अवस दूजी बात सिर उपर रखवाला, बेपरवाह रहता है स्वामी, उन स्वामी की क्वालिटी दस रहे हैं वो की है, वाहगुरु की है, बेपरवाह रहता है एक नाम है अधर, इन्हू गलत ना लेना बेपरवाह, बेपरवाह यह नहीं कि साड़ी परवाह नहीं करता, परमात्मा अपने आप को इनवॉल्व नहीं करता, जिस तरह तुम शब्द नहीं पढ़ते एक, जे सुख दे ता तुझे आराधी, दुख भी तुझे तिहाई, जो तुम दुख ते सुख तो थोड़ा उत्ते हो, ये नहीं कि सुखी हो आ आ कर रहे हो, दुखी हो तो परमात्मा ने लड़ पाए यह क्यों हो गया, मैं तो इनिया पहली भगती की, इन्ने चेले कट्टे, इन्नी बारी सुखमणी पढ़िया, मेरा लंच क्यों होया, ये तू चंगा ना पढ़ते, सो थोड़ा जि अपने आप को डिटैच है बड़े गिरती का बेपरवाह डिटैच, पूर्ण होए मिलियो सुखदाई, उन्ना कहीं बाता, तत् सर परम पद पाया, छोड़ न कतों जाता, वर्ण न सको जैसा तू है, मैं नहीं दस सकता तू की है, वर्ण मैंने इतने दसना वर्णन करना, वर्ण न सको जैसा तू है, साचे अलख या पारा, परमात्मा की उस्तत तुसी इंसान की भी उस्तत करनी हो ना, तो तुसी पता की कहते हो दिलबाग सिंह जी, तुसी तुहानू स्टेज ते खड़ा करना कि तुसी सरदार बलदेव सिंह होरां वास्ते कुछ कहना, तो तुम पहला बलदेव को फोन करोगे या ईमेल भेजोगे, बलदेव यार अपनी सीवी भेज दे ताकि मैं तेरी डिटेल पता लग जाए, ता ही मैं बोलांगा, परमात्मा की डिटेल कितों लाओगे, परमात्मा के बारे बोलना है तो वह तो दिलों कढ़ोगे ना इतों, जो दिलों ने ओदी सीवी इतने है, ओदी टीवी वास्ते तुसी सरदार वजीर सिंह नूं फोन नहीं करन लगे रब दी सीवी वास्ते कि सानूं जरा रब दी सीवी भेज दिओ, तुहाडे अंदरों निकलेगा धन करतार नाउ तेरा निरंकार है, निरंकार बोलो सतनाम, बोलो सतनाम, सतनाम निरंकार वाहिगुरु, तुसी अपने आप, मैं तो जो किसी कहना हो ना तुम जाप साहब पढ़ लो, द वे यू द वे गुरु गोबिंद सिंह हैज गॉन ऑन, तुम तो हाली सैकंड वर्ष से बैठे हो 112 तो उन्होंने की उस्त लफ्स उत्ते ही ने, हाली तो 199 वर्ष पढ़नी है,
ਇੰਜ ਖਰੜੇ ਵਾਲਾ ਹੈ ਜਿਹਦਾ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ, ਇਤਨੀ ਵੋਕੈਬਲਰੀ। ਫਿਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬੈਟਲ ਦੇਖਦੇ ਹੋ, ਯੰਗ ਬੋਏ ਆਫ 16 ਈਅਰਸ ਆਫ ਏਜ। ਮੈਂ ਜਦੋਂ ਵੀ ਕੋਈ ਗੱਲ ਕਰਾਂ ਨਾ ਪਹਿਲਾਂ ਉੱਥੇ ਇਹੀ ਚੜ ਜਾਂਦਾ ਮੈਂ। ਤੁਸੀਂ ਕਹੋ ਜੀ ਗੁਰੂ ਗੋਬਿੰਦ ਜੀ ਨੇ ਬਹੁਤ ਬੈਟਲ ਲੜੀਆਂ, ਤੁਹਾਡਾ ਖਿਆਲ ਹੋਏਗਾ ਬੈਟਲ ਵਾਸਤੇ ਹੋਏਗਾ ਕੋਈ 40-50-60 ਸਾਲ ਦਾ ਬੰਦਾ ਹੋਏਗਾ, ਬੜਾ ਟ੍ਰੇਨਡ ਹੋਏਗਾ, ਜਨਰਲ ਹੋਏਗਾ। ਇਜ਼ ਓਨਲੀ 16। ਖਾਲਸਾ ਨਹੀਂ ਸਾਡਿਆਂ ਲਈ, ਸਾਰੇ ਮੁਗਲ ਸਾਰੇ ਪਹਾੜੀ ਰਾਜੇ ਇੱਕ ਪਾਸੇ ਨੇ। ਦ ਗ੍ਰੇਟੈਸਟ ਜਨਰਲ ਕਹਿੰਦੇ ਨੇ ਐਵਰ ਪ੍ਰੋਡਿਊਸਡ ਰਾਈਟਰ। ਚਲੋ ਤੁਸੀਂ ਜਾਪ ਸਭ ਪੜ੍ਹ ਰਹੇ ਹੋ ਪੂਰਾ, ਹੋਰ ਪੜ੍ਹ ਲਓ, ਹੋਰ 2-4 ਕੰਪੋਜੀਸ਼ਨ ਹੋਰ ਪੜ੍ਹੋ ਦਸਮ ਗ੍ਰੰਥ ਚੋਂ। ਉਹਨਾਂ ਦੇ ਗੁਰੂ ਕਲਗੀ ਵਾਲੇ ਦੀਆਂ ਤਾਂ ਕੁਆਲਿਟੀ ਕੋਈ ਗਿਣਨੀ, ਕਿਸੇ ਗੁਰੂ ਦੀ ਵੀ ਕੁਆਲਿਟੀ ਨਹੀਂ ਗਿਣ ਸਕਦੇ ਤੁਸੀਂ ਉਹਨਾਂ ਦੀਆਂ। ਇੰਨੀਆਂ ਬੇਪਨਾਹ ਵਰਨ ਸਾ ਕੋ ਜੈਸਾ ਤੂੰ ਐਸਾ ਚੇ ਅਲਖ ਪਾਰਾ, ਇੱਥੇ ਵੀ ਉਹਨਾਂ ਲਿਖ ਦਿੱਤਾ ਅਲਖ ਅਪਾਰਾ ਅਨਸੀਨ ਤੇ ਇਨਫੀਨਿਟ ਅਥੁਲ ਇਮੈਜਰੇਬਲ ਅਥਾ ਡੀਪੋਸਟ ਆਫ ਦੀ ਡੀਪ ਅਡੋਲ ਜਿਹੜਾ ਹਿਲਦਾ ਨਹੀਂ ਚੇਂਜ ਨਹੀਂ ਹੁੰਦਾ। ਨਾਨਕ ਖਸਮ ਹਮਾਰਾ, ਮੈਂ ਉਹਨੇ ਕਿਹਾ ਨਾ ਕਈ ਰਿਸ਼ਤੇ ਨੇ ਸਾਡੇ ਦੇ ਨਾਲ, ਵਾਹਿਗੁਰੂ ਤੁਸੀਂ ਇੱਥੇ ਆਪਣਾ ਖਸਮ ਕਿਹਾ। ਹੁਣ ਤੁਸੀਂ ਡੇਟ ਰੈਂਕ ਦਾ ਕਰਨਾ ਆਪਣਾ ਨਰਤੇਜ ਜੀ। ਅਨਮਿਊਟ ਕਰ ਲਓ। ਹਾਂਜੀ ਨਿਤ ਨੇਮ ਦਾ ਠੀਕ ਫੋਨ ਕਰ ਰਿਹਾ ਮੈਂ, ਗੁਰੂ ਹਰਿਰਾਜ ਸਾਹਿਬ ਤੋਂ ਬਾਅਦ ਬੋਲਾਂਗਾ। ਅੱਛਾ, ਆਪਣੇ ਯਾ ਪਹਿਲਾਂ ਜਿਹੜਾ ਹੁਕਮਨਾਮਾ ਸੀਗਾ ਉਹ ਕਰ ਲਈਏ ਪਹਿਲਾਂ। ਕਰ ਲਿਆ ਬਲਦੇਵ ਸਿੰਘ ਹੋਣਾ ਨੇ ਆਪਣੇ, ਸੋਰੀ ਦਿਲਬਾਗ ਸਿੰਘ ਹੋਣਾ ਨੇ ਕਰਨਾ ਜਿਹੜਾ ਹਾਂਜੀ ਹੁਕਮਨਾਮਾ ਹੈਗਾ। ਹੁਕਮਨਾਮਾ ਹੋ ਗਿਆ, ਲਾਸਟ ਵੀਕ ਦਾ ਹੁਕਮਨਾਮਾ ਜਿਹੜਾ ਉਹ ਕਰ ਲਓ। ਹਾਂਜੀ ਉਹ ਕਰ ਲਈਏ, ਉਹ ਕੌਣ ਕਰੇਗਾ? ਦਿਲਬਾਗ ਹੋਣੇ। ਹਾਂਜੀ ਹਾਂਜੀ, ਹੁਕਮਨਾਮਾ ਵੈਨਸਡੇ 31st ਆਫ ਜਨਵਰੀ, ਗੁਰੂ ਅਰਜਨ, ਰਾਗ ਰਾਮਕਲੀ, ਅੰਗ 887। ਇਹ ਰਾਮਕਲੀ ਜੀ 38th ਰਾਗ ਅਫੇਅਰਸ ਔਨ 99 ਅੰਗਸ ਦੇ, 99 ਅੰਗਾਂ ਦੇ ਉੱਤੇ ਹੈਗਾ, 875 ਤੋਂ 975 ਤੱਕ। ਇਹੋ ਇਹਦੇ ਵਿੱਚ ਇਮੋਸ਼ਨਸ ਇਸ ਤਰ੍ਹਾਂ ਸੈੱਟ ਕੀਤੇ ਗਏ ਇਸ ਰਾਗ ਦੇ ਵਿੱਚ ਕਿ ਸਾਨੂੰ ਇਨਕਰੇਜ, ਜਿਸ ਤਰ੍ਹਾਂ ਇੱਕ ਟੀਚਰ ਇਨਕਰੇਜ ਕਰਦਾ ਹੈ ਕਿ ਤੁਸੀਂ ਇਸ ਸਟੇਜ ਤੋਂ ਅਗਲੀ ਸਟੇਜ 'ਤੇ ਜਾਓਗੇ ਤਾਂ ਤੁਸੀਂ ਬਹੁਤ ਕੁਛ ਸਮਝ ਸਕੋਗੇ, ਤੁਹਾਡੇ ਵਿੱਚ ਕਨਵਿਕਸ਼ਨ ਆਏਗੀ ਅਤੇ ਤੁਸੀਂ ਮਤਲਬ ਇਹਦਾ ਆਨੰਦ ਮਾਣੋਗੇ, ਤੁਹਾਨੂੰ ਇਹਦੀ ਜ਼ਿਆਦਾ ਸਮਝ ਲੱਗੇਗੀ। ਇਹਦਾ ਮਤਲਬ ਹੋਏਗਾ ਕਿ ਜੋ ਤੁਸੀਂ ਕਰ ਰਹੇ ਹੋ ਉਹ ਤੁਸੀਂ ਸਮਝ ਸਕੋਗੇ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈਗਾ, ਤੁਹਾਡੇ 'ਚ ਕਨਵਿਕਸ਼ਨ ਆ ਜਾਏਗੀ। ਅਤੇ ਇਹ ਰਾਮਕਲੀ ਦੇ ਵਿੱਚ ਸਾਰੇ ਹੀ ਗੁਰੂਆਂ ਨੇ ਮਤਲਬ ਤਕਰੀਬਨ ਇਹਦੇ ਵਿੱਚ ਕੰਪੋਜ਼ ਕੀਤੀ ਗੁਰਬਾਣੀ। ਗੁਰੂ ਤੇਗ ਬਹਾਦਰ ਸਾਹਿਬ ਦੀ ਵੀ ਹੈਗੀ ਹੈ ਅਤੇ 300 ਤੋਂ ਜ਼ਿਆਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ ਅਤੇ 3 ਵਾਰਾਂ ਹਨ। ਅਤੇ ਹੁਣ ਮੈਂ ਇਹ ਸ਼ਬਦ ਪੜ੍ਹਨ ਦੀ ਕੋਸ਼ਿਸ਼ ਕਰਾਂਗਾ, ਕਿਰਪਾ ਕਰੋ। ਰਾਮਕਲੀ ਮਹੱਲਾ ਪੰਜਵਾਂ। ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕੁਛ ਕਰੇ ਸੋ ਮਨ ਮੇਰੇ ਮੀਠਾ, ਤੂੰ ਇਹ ਚਰਚ ਨੈਣੋ ਨੀਠਾ, ਅਬ ਮੋ ਜਾਨੀ ਰੇ ਮੇਰੀ ਗਈ ਬੁਲਾਏ, ਬੁਝ ਗਈ ਤ੍ਰਿਸ਼ਨ ਨਿਵਾਰੀ, ਮਮਤਾ ਗੁਰਪੂਰੇ ਲਿਓ ਸਮਝਾਏ ਰਹਾਓ, ਕਰ ਕਿਰਪਾ ਰੱਖਿਓ ਗੁਰਸਰਨਾ, ਗੁਰ ਪਕਰਾਏ ਹਰ ਕੇ ਚਰਨਾ, ਵੀਸ ਬੀਸ ਵਿਸੋਏ ਜਾਂ ਮਨ ਠਹਿਰਾਨੇ, ਗੁਰ ਭਾਰ ਬ੍ਰਹਮ ਇੱਕ ਹੀ ਜਾਣੇ, ਜੋ ਜੋ ਕੀਨੇ ਹਮ ਤਿਸਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਾਹੀਂ ਨਹੀਂ ਬਰਾਏ, ਗਲ ਮਿਲ ਚਾਲੇ ਏਕੇ ਭਾਈ, ਨਾ ਕੋ ਗੁਰ ਹਰ ਦੇਖੇ ਸੁਖਾ, ਤਾਂ ਕੋ ਬਹੁਰ ਨਾ ਲਾਗੇ ਦੁਖਾ, ਆਪੇ ਆਪ ਸਰਬ ਪ੍ਰਿਤਪਾਲ, ਨਾਨਕ ਰਾਤੋ ਰੰਗ ਗਪਾਲ। ਇਹਦੇ ਅਰਥ ਇਸ ਤਰ੍ਹਾਂ ਹਨ ਜੀ, ਇਹ ਭਾਈ ਮੈਂ ਹੁਣ ਆਤਮਕ ਜੀਵਨ ਦੀ ਮਰਜ਼ਾਦਾ ਸਮਝ ਲਈ ਹੈ, ਮੇਰੇ ਅੰਦਰੋਂ
ਚਿਰਾਂ ਦੀ ਚਿੰਬੜੀ ਹੋਈ ਮਮਤਾ ਦੀ ਡੈਣ ਨਿਕਲ ਗਈ ਹੈ। ਪੂਰੇ ਗੁਰੂ ਨੇ ਮੈਨੂੰ ਜੀਵਨ ਦੀ ਸੂਝ ਬਖਸ਼ ਦਿੱਤੀ ਹੈ। ਮੇਰੇ ਅੰਦਰੋਂ ਮਾਇਆ ਦੇ ਲਾਲਚ ਦੀ ਅੱਗ ਬੁਝ ਗਈ ਹੈ। ਗੁਰੂ ਨੇ ਮੇਰਾ ਮਾਇਆ ਦਾ ਮੋਹ ਦੂਰ ਕਰ ਦਿੱਤਾ ਹੈ। ਇਹ ਰਹਾਉ ਦੀ ਤੁੱਕ ਹੈ ਜੀ। ਹੇ ਭਾਈ, ਗੁਰੂ ਦੀ ਕਿਰਪਾ ਨਾਲ ਮੇਰੇ ਸਰੀਰ ਵਿੱਚੋਂ ਇਹ ਮਿੱਥ ਉੱਠ ਗਈ ਹੈ ਕਿ ਇਹ ਮੇਰਾ ਸਰੀਰ ਹੈ, ਇਹ ਸਰੀਰ ਮੇਰਾ ਹੈ। ਹੁਣ ਮੈਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗ ਪਈ ਹੈ। ਜੋ ਕੁਝ ਪਰਮਾਤਮਾ ਕਰਦਾ ਹੈ ਉਹ ਮੇਰੇ ਮਨ ਵਿੱਚ ਮਿੱਠਾ ਲੱਗ ਰਿਹਾ ਹੈ। ਇਸ ਆਤਮਕ ਤਬਦੀਲੀ ਦਾ ਇਹ ਅਚਰਜ ਤਮਾਸ਼ਾ ਮੈਂ ਪ੍ਰਤੱਖ ਵੇਖ ਲਿਆ ਹੈ। ਗੁਰੂ ਨੇ ਮਿਹਰ ਕਰਕੇ ਮੈਨੂੰ ਆਪਣੀ ਚਰਨ ਵਿੱਚ ਰੱਖਿਆ ਹੋਇਆ ਹੈ। ਗੁਰੂ ਨੇ ਪ੍ਰਭੂ ਦੇ ਚਰਨ ਮੈਨੂੰ ਫੜਾ ਦਿੱਤੇ ਹਨ ਅਤੇ ਹੁਣ ਜਦੋਂ ਮੇਰੇ ਮਨ ਪੂਰੇ ਤੌਰ 'ਤੇ ਠਹਿਰ ਗਿਆ ਹੈ, ਮੇਰਾ ਮਨ ਪੂਰੇ ਤੌਰ 'ਤੇ ਟਿਕ ਗਿਆ ਹੈ, ਮੈਨੂੰ ਗੁਰੂ ਅਤੇ ਪਰਮਾਤਮਾ ਇੱਕੋ ਹੀ ਦਿਸ ਰਹੇ ਹਨ। ਹੇ ਭਾਈ, ਗੁਰੂ ਦੀ ਕਿਰਪਾ ਨਾਲ ਮੈਨੂੰ ਦਿਸ ਪਿਆ ਹੈ ਕਿ ਸਾਰੇ ਹੀ ਜੀਵਾਂ ਵਿੱਚ ਮੇਰੇ ਪਰਮਾਤਮਾ ਦਾ ਨਿਵਾਸ ਹੈ। ਇਸ ਵਾਸਤੇ ਜਿਹੜਾ ਜਿਹੜਾ ਜੀਵ ਪਰਮਾਤਮਾ ਨੇ ਪੈਦਾ ਕੀਤਾ ਹੈ, ਮੈਂ ਹਰੇਕ ਦਾ ਹੀ ਸੇਵਕ ਬਣ ਗਿਆ ਹਾਂ ਅਤੇ ਮੈਂ ਹਰੇਕ ਦਾ ਹੀ ਸ਼ੁਭ ਚਿੰਤਕ ਹਾਂ। ਮੈਨੂੰ ਕੋਈ ਵੀ ਜੀਵ ਆਪਣਾ ਦੁਸ਼ਮਣ ਬੈਰੀ ਨਹੀਂ ਦਿਸਦਾ। ਹੁਣ ਮੈਂ ਸਭਨਾਂ ਦੇ ਗੱਲ ਨਾਲ ਮਿਲ ਕੇ ਤੁਰਦਾ ਹਾਂ, ਜਿਵੇਂ ਅਸੀਂ ਇੱਕੋ ਪਿਤਾ ਦੇ ਪੁੱਤਰ ਅਤੇ ਭਰਾ ਹਾਂ। ਹੇ ਨਾਨਕ, ਜਿਸ ਮਨੁੱਖ ਨੂੰ ਗੁਰੂ ਨੇ ਪ੍ਰਭੂ ਨੇ ਇਹ ਸੁੱਖ ਦਿੱਤੇ, ਉਸ ਉੱਤੇ ਦੁੱਖ ਮੁੜ ਆਪਣਾ ਜ਼ੋਰ ਨਹੀਂ ਪਾ ਸਕਦੇ। ਉਸਨੂੰ ਇਹ ਦਿਸ ਪੈਂਦਾ ਹੈ ਕਿ ਪਰਮਾਤਮਾ ਆਪ ਹੀ ਸਭਨਾਂ ਦਾ ਪਾਲਣ ਕਰਨ ਵਾਲਾ ਹੈ। ਉਹ ਮਨੁੱਖ ਸ੍ਰਿਸ਼ਟੀ ਦੇ ਰੱਖਿਅਕ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੈਰੀ ਮੱਚ। ਜਦੋਂ ਕੋਈ ਵੀ ਇਸ ਤਰ੍ਹਾਂ ਮੀਨਿੰਗ ਲੈ ਕੇ ਆਉਂਦਾ ਬੜਾ ਅੱਛਾ ਲੱਗਦਾ। ਤੁਸੀਂ ਜ਼ਰੂਰ ਘਰ ਪੜ੍ਹਿਆ ਅਤੇ ਸੋਚਿਆ ਅਤੇ ਫਿਰ ਇੱਥੇ ਆ ਕੇ ਕਲਾਸ ਵਿੱਚ ਤੁਸੀਂ ਸਾਂਝ ਕੀਤੀ ਹੈ। ਐਕਸੀਲੈਂਟ, ਥੈਂਕ ਯੂ ਦਿਲਬਾਗ ਜੀ। ਹਾਂਜੀ ਜਾਪ ਸਾਹਿਬ, ਕਾਫੀ ਇੰਟਰਫੇਰੈਂਸ ਆ ਰਹੀ ਹੈ, ਮਿਊਟ ਕਰ ਦਿਓ ਪਲੀਜ਼। ਇਹ ਜਿਹੜੇ ਸ਼ਬਦ ਆਉਂਦੇ ਆ, ਨਮਸਤੰਗ, ਨਮਸਤਵੰਗ, ਨਮਸਤਸਤ ਐਂਡ ਨਮੋ, ਇਹ ਸਾਰੇ ਸ਼ਬਦਾਂ ਦਾ ਇੱਕੋ ਹੀ ਅਰਥ ਹੈ, ਨਮਸਕਾਰ, ਡੰਡੌਤ, ਵੰਦਨਾ, ਕਿਸੇ ਅੱਗੇ ਆਪਣੇ ਆਪ ਨੂੰ ਪੂਰਨ ਨਿਮਰਤਾ ਵਿੱਚ ਰੁਲ ਜਾਣਾ, ਆਈ ਟੋਟਲ ਐਂਡ ਅਟਰ ਸਬਮਿਸ਼ਨ। ਸੋ ਆਲਸੋ ਜਿਹੜਾ ਐੜਾ ਆਉਂਦਾ ਆ ਐਂਡ ਨਰੇ ਸ਼ਬਦ ਆਉਂਦਾ ਆ, ਹੈਜ਼ ਦੀ ਇਫੈਕਟ ਆਫ ਨਿਗੇਟਿੰਗ ਦੀ ਫੋਲੋਇੰਗ ਵਰਡ। ਜੈਸੇ ਅਕਾਲ ਤੋਂ ਅਕਾਲ, ਮਰ ਤੋਂ ਅਮਰ, ਐਜ ਇਨ ਨੋ ਐਜ ਇਨ ਇੰਗਲਿਸ਼ ਗ੍ਰਾਮਰ, ਨੋਰਮਲ ਟੂ ਅਬਨੋਰਮਲ, ਨੈਚੁਰਲ ਟੂ ਅਨਨੈਚੁਰਲ, ਪੋਸੀਬਲ ਟੂ ਇਮਪੋਸੀਬਲ। ਆਲਸੋ ਅੱਜ ਦਾ ਜਿਹੜਾ ਹੁਕਮ ਆਇਆ ਸੀਗਾ ਉਹਦੇ ਵਿੱਚ ਕਾਫੀ ਸ਼ਬਦ ਇਸ ਤਰ੍ਹਾਂ ਆਉਂਦੇ ਆ, ਅਤੁਲ, ਅਥਾ, ਅਡੋਲ, ਇਹ ਸਾਰਿਆਂ ਦੀ ਜਿੱਦਾਂ ਅਲੱਖ, ਅਪਾਰਾ, ਇਹਦਾ ਵੀ ਉਹ ਉਹਦਾ ਪਾਰ ਨਹੀਂ ਆਪਾਂ ਲੱਭ ਸਕਦੇ। ਹੀ ਇਜ਼ ਯੂ ਨੋ ਵੀ ਕਾਂਟ ਫਾਈਂਡ ਹਿਜ਼ ਐਂਡ, ਹੀ ਇਜ਼ ਐਂਡਲੈਸ, ਹੀ ਇਜ਼ ਲਿਮਿਟਲੈਸ, ਉਹਦਾ ਇਹ ਉਹਦਾ ਅਰਥ ਆਉਂਦਾ ਜੀ। ਸੋ ਜਿਹੜਾ ਇੱਕੀ ਆਪਣਾ ਜਿਹੜਾ ਸਟਾਂਜ਼ਾ ਆਉਂਦਾ ਉਹਦਾ ਇਸ ਤਰ੍ਹਾਂ ਹੈ ਜੀ, ਨਮਸਤਸ ਦੇਵੈ ਨਮਸਤੰਗ ਅਪੇਵੈ, ਨਮਸਤੰਗ ਅਜਨਮੇ ਨਮਸਤੰਗ ਸ਼ੁਭਨਮੇ। ਉਹਨੂੰ ਨਮਸਕਾਰ ਹੈ ਜੋ ਸਾਰੇ ਸੰਸਾਰ, ਸਾਰੇ ਜਗਤ ਨੂੰ ਦਾਤਾ ਅਤੇ ਅਤੇ ਆਪੋ ਆਪਣੇ ਕਰਮਾਂ ਦਾ ਫਲ ਦੇਣ ਵਾਲਾ ਹੈ, ਜਿਸ ਦਾ ਕੋਈ ਵੀ ਭਿੰਨ ਭੇਦ ਨਹੀਂ ਲੱਭ ਸਕਦਾ, ਜੋ ਜਨਮ ਅਤੇ ਅਨਹੈਂਸ ਮਰਨ ਤੋਂ ਰਹਿਤ ਹੈ, ਜੋ ਅਟਲ ਹੈ, ਜਿਸ ਦਾ ਕੋਈ ਸ਼ੁਰੂਆਤ ਜਾਂ ਕੋਈ ਕਾਲ ਨਹੀਂ ਹੈ, ਜੈਸੇ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਜਿਸ ਦੇ ਵਿੱਚ ਸਾਰੇ ਗੁਣ ਹਨ ਅਤੇ ਜੋ ਅੰਮ੍ਰਿਤ ਦੀ ਤਰ੍ਹਾਂ ਪਵਿੱਤਰ, ਨਿਰਮਲ ਅਤੇ ਪਾਕ ਹੈ। ਬਾਈਵੀਂ ਸਟੈਂਜ਼ਾ, ਨਮੋ ਸਰਬ ਗਾਉਣੇ, ਨਮੋ ਸਰਬ ਪਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਪੰਗੇ, ਉਹਨੂੰ ਨਮਸਕਾਰ ਹੈ ਜੋ ਸਾਰੇ ਜਗਤ ਵਿੱਚ ਹਾਜ਼ਰ ਹੈ, ਜੋ ਸਾਰੇ ਥਾਵਾਂ ਵਿੱਚ ਰਮਿਆ ਹੋਇਆ ਹੈ,
ਜੋ ਸਾਰੇ ਜੀਵਾਂ ਵਿੱਚ ਵਾਸਾ ਕਰਦਾ ਹੈ, ਜੋ ਘੱਟ ਘੱਟ ਅਤੇ ਪਟ ਪਟ ਵਿੱਚ ਮੌਜੂਦ ਹੈ, ਜਿਸ ਦਾ ਕੋਈ ਵੀ ਰੰਗ ਰੂਪ ਨਹੀਂ ਹੈ ਅਤੇ ਫਿਰ ਵੀ ਹਰ ਰੰਗ ਰੂਪ ਵਿੱਚ ਹਾਜ਼ਰ ਹੈ, ਜੋ ਸਾਰੇ ਖੰਡ ਬ੍ਰਹਿਮੰਡ ਦਾ ਨਾਸ਼ ਕਰਨ ਵਾਲਾ ਹੈ। 23ਵਾਂ ਸਟੈਂਜ਼ਾ, ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ। ਉਹਨੂੰ ਨਮਸਕਾਰ ਹੈ ਜੋ ਕਾਲ ਦਾ ਵੀ ਕਾਲ ਹੈ, ਯਾਨੀ ਕਿ ਜੋ ਮਾਰਿਆ ਆਤਮਕ ਜੋ ਮਰਿਆ ਆਈ ਆਤਮਕ ਮੌਤ ਆਈ ਮਨਮੁੱਖ ਨੂੰ ਜਿਵਾਲਦਾ ਹੈ, ਆਤਮਕ ਜਨਮ ਆਈ ਗੁਰਮੁਖ ਜੋ ਅਮਰ ਕਰਵਾ ਸਕਦਾ ਹੈ, ਜੋ ਸਾਰਿਆਂ ਉੱਤੇ ਆਪਣੀ ਦ੍ਰਿਸ਼ਟੀ ਦੀ ਨਜ਼ਰ ਕਰਕੇ ਦਿਆਲੂ ਹੈ, ਜਿਸ ਦੇ ਗੁਣਾਂ ਨੂੰ ਕੋਈ ਵੀ ਵਰਣਨ ਕਥਨ ਨਹੀਂ ਕਰ ਸਕਦਾ, ਜੋ ਮਰਨ ਅਨਹੈਂਸ ਜਨਮ ਤੋਂ ਰਹਿਤ ਹੈ, ਜੋ ਆਪ ਹੀ ਅਟਲ ਅਮਰ ਹੈ। 24ਵੀਂ ਸਟੈਂਜ਼ਾ, ਨਮਸਤੰ ਨਿਰਸਾਕੇ ਨਮਸਤੰ ਨਿਰਪਾਕੇ ਸੋਰੀ ਨਮਸਤੰ ਜਰਾਰੰਗ ਨਮਸਤੰ ਕ੍ਰਿਤਾਰੰਗ ਨਮੋ ਸਰਬਤੰਦੇ ਨਮੋ ਨਮੋ ਜੀ ਸਤ ਅਬੰਦੇ। ਉਹਨੂੰ ਨਮਸਕਾਰ ਹੈ ਜੋ ਸਰਬ ਸ਼ਕਤੀਮਾਨ ਹੈ, ਜੋ ਜੋਰਾਵਰ ਹੈ, ਜੋ ਬਹਾਦਰ ਹੈ, ਜੋ ਆਪ ਕਾਲ ਮਰਨ ਤੋਂ ਰਹਿਤ ਹੈ ਅਤੇ ਦੂਸਰੇ ਨੂੰ ਵੀ ਕਾਲ ਮਰਨ ਤੋਂ ਰਹਿਤ ਕਰ ਸਕਦਾ ਹੈ, ਜੋ ਵਾਹਿਗੁਰੂ ਸਭ ਕੁਛ ਕਰਨ ਯੋਗ ਹੈ, ਜਿਸ ਨੂੰ ਕਿਸੇ ਦੀ ਆਗਿਆ ਜਾਂ ਸਫਾਈ ਦੇਣ ਦੀ ਲੋੜ ਨਹੀਂ ਹੈ, ਜੋ ਸਾਰੇ ਬੰਧਨਾਂ ਤੋਂ ਰਹਿਤ ਹੈ। 25ਵੀਂ, ਨਮਸਤੰ ਨਿਰਸਾਕੇ ਨਮਸਤੰ ਨਿਰਪਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ। ਉਹਨੂੰ ਨਮਸਕਾਰ ਹੈ ਜਿਸ ਦਾ ਕੋਈ ਸਾਕ ਸੰਬੰਧੀ ਨਹੀਂ ਹੈ, ਕਿਸੇ ਦਾ ਜਣਿਆ ਨਹੀਂ ਹੈ, ਜਿਸ ਨੂੰ ਕਿਸੇ ਦਾ ਭੈ ਨਹੀਂ ਹੈ, ਜੋ ਕਿਸੇ ਸੇ ਡਰਦਾ ਨਹੀਂ ਹੈ, ਆਈ ਨਿਰਭਉ ਹੀ ਹੂ ਇਜ਼ ਨੋਟ ਇੰਟੀਮੀਡੇਟਿਡ ਬਾਈ ਐਨੀ ਵਨ, ਜੋ ਸਾਰਿਆਂ ਤੇ ਰਹਿਮ ਕਰਦਾ ਹੈ, ਦਇਆ ਕਰਦਾ ਹੈ, ਜੋ ਬਖਸ਼ਿਸ਼ ਕਰਦਾ ਅਤੇ ਬਖਸ਼ਿਸ਼ਾਂ ਦੇਣ ਵਾਲਾ ਹੈ। ਇਹ ਸਾਡੇ ਮੁਤਾਬਕ ਇਸ ਨੈਕਸਟ ਪੰਚਾਂ ਦਾ ਅਰਥ ਪੁਲਚਕ ਦੀ ਕੀਮਤ ਹੈ। ਨੈਕਸਟ 3 ਜਾਂ 4 ਹੈਗੇ ਨੇ ਬਦਲ ਦੇ। ਹਾਂਜੀ, ਡਾਕਟਰ ਵਾਲੀਆ ਜੀ, ਡਾਕਟਰ ਕਾਲੀਆ ਜੀ। ਫਸਟ ਆਫ ਆਲ ਮੈਂ ਜੋ ਹੈ ਫਸਟ ਟਾਈਮ ਇਸ ਕਲਾਸ ਦੇ ਵਿੱਚ ਜੋ ਹੈ ਪਾਰਟਿਸਿਪੇਟ ਕਰ ਰਹੀ ਹਾਂ, ਜਿਹਦਾ ਕਿ ਅੱਜ ਕੁਛ ਬੋਲਣ ਦੇ ਲਈ। ਤੇ ਸਭ ਤੋਂ ਪਹਿਲਾਂ ਜੋ ਹੈ ਮੈਂ ਮੇਰੇ ਜੋ ਦੁਨਿਆਵੀ ਟੀਚਰ ਜੋ ਇਸ ਰਸਤੇ ਤੇ ਸਿਖਾਉਣ ਵਾਲੇ ਡਾਕਟਰ ਕਪੂਰ ਜੀ, ਸੋ ਉਹਨਾਂ ਕੋਲ ਚਾਹੂੰਗੀ ਕਿ ਮੈਨੂੰ ਜੋ ਹੈ ਥੋੜੀ ਜਿਹੀ ਆਪਣੀ ਬਖਸ਼ਿਸ਼ ਕਰਨ ਕਿ ਮੈਂ ਜੋ ਹੈ ਅੱਜ ਦਾ ਕਰ ਸਕਾਂ ਜਾਂ ਬੋਲ ਸਕਾਂ। ਔਰ ਉਸ ਦੇ ਨਾਲ ਜੋ ਹੈ ਮੇਰੇ ਗੁਰੂ ਔਰ ਮੇਰੇ ਜੋ ਹੈ ਕ੍ਰੀਏਟਰ ਜੋ ਦੁਨੀਆ ਬਣਾਉਣ ਵਾਲਾ, ਉਸਦੇ ਅੱਗੇ ਮੇਰੀ ਬੇਨਤੀ ਹੈ ਕਿ ਮੇਰੇ ਕੋਲੋਂ ਜੋ ਹੈ ਸਹੀ ਪ੍ਰੋਨਾਂਸ ਹੋ ਸਕੇ, ਕਿਉਂਕਿ ਮੈਨੂੰ ਉਹਨਾਂ ਚੀਜ਼ਾਂ ਦਾ ਕੋਈ ਜ਼ਿਆਦਾ ਨੌਲੇਜ ਨਹੀਂ ਹੈ। ਨਮਸਤੰ ਅਨੰਤੇ ਨਮਸਤੰਕ ਮਹੰਤੇ ਨਮਤ ਨਮ ਸਤ ਸਤ ਰੰਗ ਰਾਗੇ ਨਮਸਤੰਕ ਸੁਹਾਗੇ। ਇਹ ਜਿਹੜੀ ਹੈਗੀ ਹੈ ਇਹ 26ਵਾਂ ਸਟੰਜਾ ਜਿਹੜਾ ਹੈ, ਔਰ ਇਸ ਤਰ੍ਹਾਂ ਜਿਹੜੇ ਅਰਥ ਜਿਹੜੇ ਹੈਗੇ ਆ ਮੈਂ ਇਹ ਦੇਖੇ ਸੀਗੇ ਆਪਣੇ ਵਿੱਚ ਜਿਹੜੇ ਭਾਈ ਸਾਹਿਬ ਸਿੰਘ ਜੀ ਹੈਗੇ ਉਹਨਾਂ ਨੇ ਜਿਹੜੇ ਇਹਦੇ ਅਰਥ ਕੀਤੇ ਆ ਕਿ ਹੇ ਪ੍ਰਭੂ ਤੈਨੂੰ ਸਾਡੀ ਨਮਸਕਾਰ ਹੈ ਜੋ ਸਭ ਜੀਵਾਂ ਦਾ ਨਾਸ ਕਰਨ ਵਾਲਾ ਹੈ ਤੇ ਪਾਲਣ ਕਰਨ ਵਾਲਾ ਹੈ ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ ਅਤੇ ਸਭ ਦਾ ਨਾਸ ਕਰਨ ਵਾਲਾ ਹੈ। ਨਮੋ ਨਮਸਤੰ ਨਮਸਤੰ ਰਾਗੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸ ਸਤ ਸੰਗੇ ਰਾਗੇ ਨਮਸਤੰ ਨਮਸਤ ਸੁਹਾਗੇ। ਸੋ ਜਿਹੜਾ ਇਹ ਜਿਹੜਾ ਅਰਥ ਹੈਗਾ ਆ ਨਮ ਸਰਬ ਦਿਆਲੇ, ਕੋਈ ਡਰ ਨਹੀਂ, ਕੋਸ਼ਿਸ਼ ਕਰੋ। ਸਰ ਮੈਂ ਜਿਆ ਐਸਾ ਹੈਗਾ ਹੇ ਪ੍ਰਭੂ ਤੈਨੂੰ ਸਾਡੀ ਨਮਸਕਾਰ ਹੈ ਜੋ ਤੂੰ ਸਭ ਜੀਵਾਂ ਦਾ। ਸਰ ਸੋਰੀ ਮੈਂ ਪਹਿਲੇ ਵਾਲਾ ਜਿਹੜਾ ਸੀਗਾ ਸ਼ਾਇਦ ਮੈਂ ਉਹਦੇ ਚ ਮੈਂ ਕਨਫਿਊਜ਼ ਹੋ ਗਈ। ਇਹਦਾ ਪਹਿਲਾ ਸੀਗਾ, ਪਹਿਲੇ ਪੱਲਾ ਪੜਿਆ ਸੀਗਾ ਕਿ ਨਮਸਕਾਰ ਹੈ ਜੋ ਤੇਰਾ ਕਿਸੇ
अंत नहीं पाया, तू सब तो वड्डा है, ते प्रभु तेनों नमस्कार होवे, तू प्यार स्वरूप है अते वड्डे प्रताप करने वाला है। नमो सर्व सोखे, नमो सर्व पोखे, नमो सर्व करता, नमो सर्व हरता। हे प्रभु तेनों साडी नमस्कार है, तू सब जीवां दा नाश करने वाला है ते पालन करने वाला है, तू सब जीवां दा पैदा करने वाला है अते नाश करने वाला है। नमो जोग जोगे, नमो भोग भोगे, नमो सर्व दयाले, नमो सर्व पाले। हे प्रभु तेनु साडी नमस्कार है, जो तू त्यागियां विच त्यागी है, गृहस्थियां विच गृहस्थी है, तू सब जियां उत्ते दया करने वाला है, सब दी रक्षा करने वाला है। ठीक है, हो गया। त्रि छंद तू प्रसाद रूप है, अनूप है, अजो है, अपो है। हे प्रभु ना तेरा कोई एक रूप है, ना तेरा तेरी कोई बराबरी बराबरी है। ना अचल है, जन्म विच नहीं आंदा, अलेख है, अपेख है, अनाम है, अकाम है। हे प्रभु तेरी कोई तस्वीर नहीं बनाई जा सकती, तेरा कोई खास पहरावा नहीं है, तेरा कोई एक नाम नहीं है, तन्नो कोई कामना पहो नहीं सकती, तुम्हें पहो सकना तेरे तेरे तक पहुंच नहीं सकती, तेरे तक कोई भी। सो आई होप राइट जरा कि मैं जिन्ना मेरे को हो सकिया, क्योंकि पहली बारी करने लिए आई एम नॉट फीलिंग कंफर्टेबल एक्चुअली सर, आई एम सॉरी, पर मैं कोशिश करूंगी कि पहली बारी सारे हिंदी होंगे ना, बट यू ट्राइड योर बेस्ट। जिस तरह मैं कहा कि गुरु गोबिंद सिंह जी की जी बाणी है, तो हम जिस तरह यह तुम बहुत पढ़े ने जो उन्होंने लिखे, उन्होंने रूप है, अनूप है, जू है, भू है, लेख है, वेख है, नाम है, काम है, मतलब कितनी लय चल रही है उन्होंने और अंदरों, इट इज रियली इनक्रेडिबल है। और सर मैं कुछ कहना चाहूंगी कुछ जो पढ़िया मैं जिस चीज के हाँ जी जो तुम इजाजत दो और सारे इजाजत देता, क्योंकि जिस वेले जो है पहला जो तो असि देखते हैं कि कोई चीज भी असि तो बाहरों सुनते हैं कथावाचक को किसी को भी कि तुहाडे सारे दुखों का नाश होगा अगर तुम रब के नाल रिश्ता जोड़ दो, चाहे रब नूं तुसी प्यार करते हो। पर जिस वेले मेरे वर्गे जो जीव अपनी गल कर सकते हैं कि बिल्कुल पता हुंदा नहीं है कि रब की है, की करदा की नहीं है, जिदा छोटा जा बच्चा अपनी मां की गल ते यकीन कर लैंदा, उसे तरह सारी गल्लां सुनिया सुनाइया यकीन करके उसे तरीके ना तुरदा, जिस वेले सच करके तुरदा और सच करके तुरन जिहड़ा उहनूं एक्सपीरियंस हुंदा है, उहदा एक्सपीरियंस मैं मेरा एक्सपीरियंस ये रहा है कि जो किसी भी धर्म ग्रंथ में लिखा है, जो भी लिखा है, तुसी उहदा फिर अनुभव खुद करदे हो, तजर्बा करदे हो। जदों तजर्बा करदे आ तुसी उस चीज़ का पहला जिहड़ा, मैं अपनी परसनल गल कर रही हाँ क्योंकि मैं हिंदू मत छोड़ करके हिंदू धर्म च मेरी मैं पैदा हुई हाँ, धर्म ग्रंथ हिंदू ग्रंथ पढ़े जा हिस्टरिया सारा कुछ ना थोड़ा बहुत पढ़िया, मेरे लिए सब तो वड्डा मेरा रब कृष्ण महाराज सीगे। क्यों सीगे? क्योंकि गीता पढ़ी, गीता च सार जगह ते मैं कृष्ण जी लिए लिखा गया, उदो बिल्कुल समझ नहीं सी कि कृष्ण जी ने आप नहीं लिखा, उन्होंने प्यार करने वाले ने लिखा है। और जिस वेले सच का सामना होया, जदों कि मेरे गुरु ने मेरी बांह फड़ी, मैनू जो सच दे राह तोरन लई उन्होंने मैनू प्रेरिया तोरिया, और उस टाइम ते जदों देखिया कि वह तो हर कण कण दे विच समाया, पर कण कण च समाया कहना एक अलग चीज है। जिस वेले आपां डीपर मैडिटेशन च जांदे हां, जदों आपां इंटरनल जुड़दे हां, जिस वेले उहदे बाद फिर तुहाडे सामने कोई मतलब मूर्ति है, कोई जो होर तुसीं जिहड़ी चीज़ां तुहानूं पहलां बहुत अच्छियां लगदियां हुंदियां, तुहानूं लगदा कि यह वह चीज़ नहीं है, क्योंकि जो सच है वह तो बहुत बियोंड है, पर उस तो पहला उही सच सी जो तुसीं पहला देखिया हुंदा, क्योंकि ਤੁਹਾਡੇ ਕੋਲ ਕੁਛ ਹੋਰ ਹੋਲਡ ਕਰਨੋਂ ਸੀਗਾ ਨਹੀਂ ਪਹਿਲਾਂ। ਅੱਜ ਦਾ ਮੇਰਾ ਸੱਚ ਇਹ ਹੈ, ਸਰੀਰ ਜੋ ਹੈ, ਹਰ ਸਰੀਰ ਇਸ ਸੰਸਾਰ ਦਾ ਕੋਈ ਵੀ, ਉਹਦੇ ਨਾਲ ਮੈਂ ਧੋਖੇ ਬੜੇ ਖਾਧੇ ਆ ਉਸ ਚੀਜ਼ ਨੂੰ ਸਮਝਣ ਨਾਲ, ਕਿਉਂਕਿ ਮੈਨੂੰ ਕੋਈ ਸਮਝਾਉਣ ਵਾਲਾ ਨਹੀਂ ਸੀ, ਮੈਨੂੰ ਦੱਸਣ ਵਾਲਾ ਨਹੀਂ ਸੀ ਕੋਈ, ਰਾਹ ਦਿਖਾਉਣ ਵਾਲਾ ਨਹੀਂ ਸੀ ਕੋਈ, ਮੈਨੂੰ ਸਰੀਰ ਨਾ ਨਜ਼ਰ ਆ ਕੇ ਸਰੀਰ ਦੇ ਅੰਦਰ ਦੀ ਉਹ ਊਰਜਾ ਨਜ਼ਰ ਆਉਂਦੀ ਸੀ ਕਿ ਉਹਦੇ ਅੰਦਰ ਜਿਹੜੀ ਊਰਜਾ ਆ, ਸੋ ਇੱਕਦਾਂ ਕਿਸੇ ਪਰਸਨ ਨੇ ਕੱਪੜੇ ਪਾਏ ਆ, ਉਹਦੇ ਕੱਪੜੇ ਅਲੱਗ ਆ, ਉਹ ਪਰਸਨ ਅਲੱਗ ਹੈ। ਸੋ ਮੇਰੇ ਲਈ ਹਰ ਆਤਮਾ ਦੇ ਉੱਪਰ, ਹਰ ਸੋਲ ਦੇ ਉੱਪਰ ਇੱਕ ਜਿਹੜਾ ਸਰੀਰ ਆ ਉਹ ਕੱਪੜਾ ਆ ਉਸਦਾ, ਪਰ ਜਦੋਂ ਰਿਸ਼ਤਾ ਕੱਪੜੇ ਤੱਕ ਨਹੀਂ ਸੀਗਾ,
ਤੇ ਮੈਨੂੰ ਉਹਦੀਆਂ ਬਹੁਤ ਜ਼ਿਆਦਾ ਤਕਲੀਫਾਂ ਹੋਈਆਂ ਇਸ ਸੰਸਾਰ ਤੇ, ਬਹੁਤ ਅਨੁਭਵ ਅਲੱਗ ਅਲੱਗ ਹੋਏ। ਪਰ ਸਰ ਜਦੋਂ ਤੁਹਾਡੇ ਕੋਲ ਫਸਟ ਟਾਈਮ ਮੈਨੂੰ ਆਉਣ ਦਾ ਮੌਕਾ ਰੱਬ ਨੇ ਦਿੱਤਾ, ਤੁਸੀਂ ਮੈਨੂੰ ਦੁਨਿਆਵੀ ਤੌਰ ਤੇ ਟੀਚਰ ਦੇ ਰੂਪ ਵਿੱਚ ਮੈਨੂੰ ਮਿਲੇ, ਅੱਜ ਵੀ ਮੇਰੇ ਦਿਲ ਤੁਹਾਡੇ ਲਈ ਉਨੀ ਹੀ ਰਿਸਪੈਕਟ ਹੈ, ਔਰ ਮੇਰੀ ਅਰਦਾਸ ਹੈ ਮੇਰੇ ਉਸ ਪੂਰੇ ਗੁਰੂ ਦੇ ਅੱਗੇ ਕਿ ਮੇਰੇ ਆਖਰੀ ਸਾਹ ਤੱਕ ਉਹੀ ਰਿਸਪੈਕਟ ਬਣੀ ਰਹੇ। ਪਰ ਜੋ ਤੁਹਾਡੇ ਕੋਲੋਂ ਸਿੱਖ ਰਹੀ ਹਾਂ ਮੈਂ, ਮੈਨੂੰ ਸੰਸਾਰ 'ਚ ਵਿਚਰਨ ਦੇ ਲਈ ਬਹੁਤ ਹੈਲਪ ਕਰ ਰਿਹਾ। ਪਰ ਜਿਹੜੀ ਇਹ ਬਾਣੀ ਜੋ ਅਸੀਂ ਪੜ੍ਹ ਰਹੇ ਹਾਂ ਕਿ ਉਹ ਅਨੰਤ ਹੈ, ਉਹ ਬੇਅੰਤ ਹੈ, ਮੈਨੂੰ ਪਤਾ ਨਹੀਂ, ਕਿਉਂਕਿ ਇਹ ਮੇਰਾ ਪਰਸਨਲ ਤਜਰਬਾ, ਮੇਰੇ ਕੋਲ ਕੋਈ ਇਹਦੀ ਤਸਵੀਰ ਨਹੀਂ, ਕੋਈ ਐਵੀਡੈਂਸ ਨਹੀਂ ਮੇਰੇ ਕੋਲ ਕਿ ਜਿਹੜੇ ਪਲੈਨਟ ਹੈ ਜੋ ਅਸੀਂ ਬਿਯੋਂਡ ਬਾਡੀ ਟਰੈਵਲ ਕਰਦੇ ਹਾਂ, ਤੁਸੀਂ ਕਿਸੇ ਪਲੈਨਟ ਤੇ ਜਾਂਦੇ ਆ ਤੁਸੀਂ, ਇਹ ਕਿੱਦਾਂ ਅਸੀਂ ਉਹਦੇ 'ਚ ਕਿਤੇ ਸਾਡਾ, ਅਸੀਂ ਅਸੀਂ ਅਲੱਗ ਵੀ ਹਾਂ, ਅਸੀਂ ਉਹ ਵੀ ਹਾਂ, ਇਹ ਸਮਝਾਉਣ ਤੋਂ ਨਹੀਂ, ਸਮਝਣ 'ਚ ਨਹੀਂ ਆਏਗਾ। ਇਸ ਕਰਕੇ ਜਦੋਂ ਪੜ੍ਹੇ ਜਿਹੜੇ ਵਰਡ ਕਿ ਉਹ ਅਨੰਤ ਹੈ, ਉਹ ਬੇਅੰਤ ਹੈ, ਫਿਰ ਜਦੋਂ ਤੁਸੀਂ ਉਹ ਐਕਸਪੀਰੀਅੰਸ ਕਰਦੇ ਆ, ਫਿਰ ਇਹ ਵਰਡ ਵੀ ਬਹੁਤ ਉਹਦੇ ਨਾਲ ਲੱਗਦਾ ਹੈ ਕਿ ਅਸੀਂ ਪੂਰਾ ਕਹਿ ਨਹੀਂ ਪਾਏ ਉਹਨੂੰ ਸਾਰਾ ਕੁਛ ਕਹਿ ਕੇ। ਦਿਸ ਇਜ਼ ਥੋੜਾ ਜਿਹਾ, ਸੋਰੀ ਮੈਂ ਜੋ ਕਿਹਾ, ਇਹ ਮੇਰੀ ਫੀਲਿੰਗ ਹੈ ਇਸ ਚੀਜ਼ ਦੇ ਲਈ, ਸੋ ਮਾਫ ਕਰਨਾ ਜੇ ਕੁਛ ਗਲਤ ਕਿਹਾ ਹੋਵੇ। That's very good. You have Thank every you. right to express. Thank ਬੜਾ you. ਅੱਛਾ ਕੀਤਾ ਤੁਸੀਂ ਕੁਛ ਕਿਹਾ, Thank ਦੱਸਿਆ। you. I mean, that is what the research is all about. Concept ਡਾਕਟਰ ਸਾਹਿਬ ਵਾਸਤੇ। ਸੌਰੀ, ਸਾਡੇ ਇੱਕ ਇੱਕ ਛੋਟੀ ਛੋਟੀ ਬੇਨਤੀ ਆ। ਆਪਾਂ ਪਿਛਲੇ ਹਫ਼ਤੇ ਆਪਾਂ ਜ਼ਿਕਰ ਕੀਤਾ ਸੀਗਾ ਅਨਬੋਰਨ ਪਦਾਂ ਸ਼ਬਦ, ਜੈਸੇ ਸੋਦਰ ਰਾਗ ਆਸਾ ਅੰਗ 347, ਜੈਸੇ ਮੋਰੀ ਰੁਨਚਨ ਆਇਆ ਰਾਗ ਵਠਾਂਸ ਅੰਗ 557, ਕੁਚੱਜੀ ਸੁਚੱਜੀ ਅੰਗ ਗੁਣਵੰਤੀ ਰਾਗ ਸੂਹੀ ਅੰਗ 762 763। ਸਾਨੂੰ ਹੋਰ ਇੱਕ ਮਿਲਿਆ ਸੀਗਾ ਬੰਦਨਾ ਪਾਂਡਾ ਹੱਚਾ ਹੋਵੇ ਜੋ ਜੋਤਿਸ ਭਾਵ ਸੀ ਅੰਗ 730 ਰਾਗ ਸੂਹੀ। ਇਹ ਵੀ ਛੇਵਾਂ ਸ਼ਬਦ ਆ ਜੋ ਇੱਕ ਪਦੇ ਦਾ ਸਾਨੂੰ ਮਿਲਿਆ ਸੀਗਾ। ਅੱਛਾ, ਮੈਨੂੰ ਅਗਰ ਤੁਸੀਂ ਮੈਸੇਜ ਕਰ ਦਿਓਗੇ ਤਾਂ ਮੈਂ ਐਡ ਕਰ ਦਿਆਂ। ਜੀ ਆਫ ਕੋਰਸ ਜੀ। ਅਗਰ 5 ਮਿੰਟ ਵਿੱਚ ਅਸੀਂ ਸਿਰਫ ਬੇਸਿਕ ਫੈਕਟ ਕਰ ਲਈਏ ਗੁਰੂ ਹਰਿਰਾਏ ਸਾਹਿਬ ਦੇ। ਡਾਕਟਰ ਜੀ, ਮੈਂ ਇੱਕ ਚੀਜ਼ ਕਹਿਣੀ ਸੀਗੀ ਕਿ ਸਰਪ੍ਰਾਈਜ਼ਿੰਗਲੀ ਕਿ ਪਤਾ ਨਹੀਂ ਕਿਹਨੇ ਤੁਹਾਨੂੰ ਦੱਸਿਆ ਹੈਗਾ ਕਿ ਮੈਂ ਸਿੱਖ ਨੈਟ ਤੇ ਵੀ ਚੈੱਕ ਕਰ ਰਿਹਾ ਸੀ ਕਿ SGPC ਜਿਹੜੀ ਆਪਣੇ ਹੈਗੀ ਹੈ ਨਾਨਕ ਸ਼ਾਹੀ ਕੈਲੰਡਰ, ਉਹ ਤਾਂ 22 ਫਰਵਰੀ ਦਾ ਆ ਰਿਹਾ ਕਿ ਗੁਰੂ ਹਰਿਰਾਏ ਦਾ ਪ੍ਰਕਾਸ਼, ਫਿਰ ਤੇ ਅਸੀਂ ਪਤਾ ਅਗਲੇ ਨਹੀਂ ਵੀਕ ਕਿਹਨੇ। ਅਗਲੇ ਵੀਕ ਕਰ ਲਾਂਗੇ। ਹੁਣ ਤੁਸੀਂ ਕਨਸੈਪਟ ਕਰ ਲਓ ਫਿਰ। ਹਾਂਜੀ, ਕਿਉਂਕਿ 22 ਤਰੀਕ ਦਾ ਕਹਿ ਰਹੇ ਨੇ। ਠੀਕ, ਜਿਹੜੀ ਨਵਤੇਸ਼ ਨੇ ਕਨਸੈਪਟ ਰੱਖੀ ਹੈ ਉਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਮੈਂ ਉਹਨੂੰ ਕਿਸੇ ਹੋਰ ਢੰਗ ਦੇ ਨਾਲ ਤੁਹਾਨੂੰ ਪੇਸ਼ ਕਰਦਾ ਹਾਂ। ਅਸੀਂ ਨਾਂ ਲੈਂਦੇ ਹਾਂ ਜੀਸਸ ਦਾ, ਨਾਂ ਲੈਂਦੇ ਹਾਂ ਰਾਮ ਦਾ, ਕ੍ਰਿਸ਼ਨ ਦਾ, ਮਹਾਵੀਰ ਮਹਾਦੇਵ ਦਾ, ਬ੍ਰਹਮਾ ਦਾ, ਵਿਸ਼ਨੂੰ ਦਾ, ਅਤੇ ਉਹਨਾਂ ਨਾਲ ਇੱਕ ਇਮੇਜ ਆ ਜਾਂਦਾ ਤੁਹਾਡੇ ਅੱਗੇ ਜਿਹੜਾ ਫੋਟੋ ਬਣੀ ਹੋਈ ਹੈ। ਪਰ ਜੇ ਕੋਈ ਫੋਟੋ ਵੀ ਨਾ ਹੋਵੇ, ਕੋਈ ਇਮੇਜ ਵੀ ਨਾ ਹੋਵੇ ਬਲਦੇਵ ਸਿੰਘ, ਫਿਰ ਰੱਬ ਦਾ ਨਾਂ ਜਿਹੜਾ ਮਰਜ਼ੀ ਰੱਖ ਲਓ। ਜੇ ਸਾਡੇ ਕੋਲ ਕੋਈ ਵੀ ਇਮੇਜ ਨਾ ਹੁੰਦੀ, ਕਿਸੇ ਕਿਸਮ ਦੀ ਵੀ ਇਮੇਜ ਨਾ ਹੁੰਦੀ, ਜਿਸ ਤਰ੍ਹਾਂ ਇਸਲਾਮ ਹੈ, ਦੈਟ ਇਜ਼ ਦੀ ਬੈਸਟ ਪੁਆਇੰਟ ਇਨ ਇਸਲਾਮ, ਕਿ ਉਹਨਾਂ ਨੇ ਮੁਹੰਮਦ ਸਾਹਿਬ ਦੀ ਜਾਂ ਅੱਲਾਹ ਦੀ ਕੋਈ ਤਸਵੀਰ ਨਹੀਂ ਬਣਾ ਦਿੱਤੀ। ਐਂਡ ਦੈਟ ਇਜ਼ ਮੋਸਟ ਇੰਪੋਰਟੈਂਟ, ਕਿਉਂਕਿ ਹੁਣ ਜੋ ਨਵਤੇਜ ਨੇ ਇਹ ਕੋਨਸੈਪਟ ਰੱਖੀ ਹੈ, ਵੀ ਹੈਵ ਰੀਚ ਦ ਸਟੇਜ ਜਿੱਥੇ ਅਸੀਂ ਇਹ ਕਹਿੰਦੇ ਹਾਂ ਵੀ ਜਦ ਤੱਕ ਕੋਈ ਸਾਡੇ ਸਾਹਮਣੇ ਮੂਰਤੀ ਨਹੀਂ, ਜਦ ਤੱਕ ਸਾਡੇ ਸਾਹਮਣੇ ਕੋਈ ਸ਼ਕਲ ਨਹੀਂ, ਅਸੀਂ ਕੋਨਸੈਂਟਰੇਟ ਹੀ ਨਹੀਂ ਕਰ ਸਕਦੇ। ਵਾਈ ਖੁਸ਼ਵੰਤ ਨੇ ਇੱਕ ਕਿਤਾਬ ਸੀ ਮਾਈ ਸਿੱਖਸ, ਦੀ ਸਿੱਖਸ, ਉਹਨੇ ਉਹਦੇ ਵਿੱਚ ਇੱਕ ਬੜੀ ਅੱਛੀ ਗੱਲ ਲਿਖੀ ਸੀ, ਹੈ ਲਿਖਦੀ ਤਾਂ ਦਿਲ ਨੂੰ ਚੁੱਭਦੀ ਹੈ। ਨਵਤੇਜ ਉਹ ਕਹਿੰਦਾ ਸੀ ਕਿ ਗੁਰੂ ਨਾਨਕ ਨੇ ਬੁੱਤ ਪ੍ਰਸਤੀ ਮਨ੍ਹਾ ਕੀਤੀ, ਲੇਕਿਨ ਸਿੱਖ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਹਰ ਉਹ ਚੀਜ਼ ਕਰ ਰਹੇ ਨੇ ਜਿਹੜੀ ਹਿੰਦੂ ਧਰਮ ਵਾਲੇ ਬੁੱਤਾਂ 'ਤੇ ਕਰਦੇ ਨੇ, ਸਿਰਫ ਉਹ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਨਾਨ ਨਹੀਂ ਕਰਾ ਸਕਦੇ, ਬਾਕੀ ਸਭ ਕੁਛ ਕਰ ਰਹੇ ਨੇ। ਸੋ ਦੇ ਆਰ ਫਾਲਨ ਬੈਕ ਟੂ ਦੀ ਸੇਮ ਟ੍ਰੈਪ। ਮੈਂ ਸਰ ਮਹਿੰਦਰ ਤੇਰੇ ਕੋਲੋਂ ਪੁੱਛਦਾ, ਇਹ ਜਿਹੜਾ ਨਵਤੇਜ ਦਾ ਟੌਪਿਕ ਹੈ, ਜੇ ਤੁਸੀਂ ਸਵੇਰੇ ਜੇ ਤੁਸੀਂ ਬਿਨਾਂ ਇਮੇਜ ਦੇ ਬੰਦਗੀ ਕਰ ਸਕਦੇ ਹੋ? ਅਸੀਂ ਬੰਦਗੀ ਬਿਨਾਂ ਇਮੇਜ ਤੋਂ ਬਿਲਕੁਲ, ਮੇਰਾ ਮੈਂ ਆਪਣੇ ਆਪ ਨਹੀਂ ਕਰ ਸਕਦਾ। ਜਿਸ ਤਰ੍ਹਾਂ ਅਸੀਂ ਇਮੇਜ ਸਾਡਾ ਇਹ ਆ ਕਿ ਗੋਲਡਨ ਟੈਂਪਲ ਅਸੀਂ ਸਾਹਮਣੇ ਰੱਖ ਕੇ ਬੰਦਗੀ ਕਰ ਸਕਦੇ ਹਾਂ, ਸੋ ਸਾਡਾ ਮੇਰਾ ਆਪਣਾ ਆਪਣਾ ਵਿਚਾਰ ਹੈ। ਪਰ ਜਦੋਂ ਦੇ ਅਸੀਂ
इस लाइन ਵਿੱਚ ਆਇਆ ਜਦੋਂ ਦੇ ਅਸੀਂ ਬੋਰਨ ਹੋਇਆ ਸਾਨੂੰ ਕੋਈ ਨਾ ਕੋਈ ਇਮੇਜ ਦਿਖਾਇਆ ਗਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਇਮੇਜ ਕਹਿ ਲਓ ਜਾਂ ਕਿ ਹਰਿਮੰਦਰ ਸਾਹਿਬ ਦਾ ਇਮੇਜ ਸਾਨੂੰ ਦਿਖਾਇਆ ਗਿਆ ਪਰ ਅਸੀਂ ਉਸ ਇਮੇਜ ਦੇ ਨੂੰ ਮੂਹਰੇ ਰੱਖ ਕੇ ਹੀ ਅਸੀਂ ਆਪਣੀ ਬੰਦਗੀ ਕਰਦੇ ਹਾਂ ਜੋ ਤੁਸੀਂ ਇੱਕ ਵਰਡ ਕਹੇ ਨੇ ਉਹ ਤਾਂ ਫਿਰ ਮੇਰਾ ਖਿਆਲ ਹੈ ਕਿਸੇ ਨਾ ਕਿਸੇ ਢੰਗ ਨਾਲ ਇਸਲਾਮ ਦੇ ਵੀ ਲਾਗੂ ਹੁੰਦੇ ਨੇ ਸ਼ਾਇਦ ਮੱਕਾ ਮਦੀਨਾ ਨੂੰ ਵੀ ਉਹ ਅੱਖਾਂ ਦੇ ਸਾਹਮਣੇ ਰੱਖ ਕੇ ਇਬਾਦਤ ਕਰਦੇ ਹੋਣ ਕਿਉਂਕਿ ਹਰ ਨਰਤੇ ਜੀ ਹਰ ਮਸਜਿਦ ਵਿੱਚ ਹਰ ਮਸਜਿਦ ਦੇ ਵਿੱਚ ਇੱਕ ਮਹਿਰਾਬ ਹੁੰਦੀ ਹੈ ਐਂਡ ਮਹਿਰਾਬ ਪੁਆਇੰਟਸ ਆਊਟ ਕਿ ਮੱਕਾ ਮੱਕਾ ਕਿਹੜੇ ਪਾਸੇ ਆ ਤੇ ਉਹਨਾਂ ਨੇ ਜਿਹੜੀ ਨਮਾਜ਼ ਪੜ੍ਹਨੀ ਹੈ ਫਿਰ ਉਸ ਪਾਸੇ ਦੇਖ ਕੇ ਪੜ੍ਹਨੀ ਹੈ ਸੋ ਜੋ ਮਹਿੰਦਰ ਨੇ ਕਿਹਾ ਹੈ ਕਿ ਅਗਰ ਤੁਸੀਂ ਇਨਸਾਨੀ ਇਮੇਜ ਛੱਡ ਕੇ ਹੁਣ ਤੁਸੀਂ ਓਬਜੈਕਟ ਵਾਲੀ ਇਮੇਜ 'ਤੇ ਆ ਗਏ ਹੋ ਬਈ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਮੈਕਾ ਸ਼ਰੀਫ ਆ ਗਿਆ ਮਦੀਨਾ ਆ ਗਿਆ ਗੋਲਡਨ ਟੈਂਪਲ ਆ ਗਿਆ ਕੋਈ ਹੋਰ ਸੋਲਮਨ ਦਾ ਟੈਂਪਲ ਆ ਗਿਆ ਤੇ ਇਹਦਾ ਮਤਲਬ ਕੁਛ ਨਾ ਕੁਛ ਫਿਰ ਵੀ ਆਇਆ ਨਾ ਪਰ ਐਕਚੁਅਲੀ ਦੇਖਿਆ ਨਾ ਬੰਦਗੀ ਜਿਹੜੀ ਹੈ ਉਹਦੇ ਵਿੱਚ ਕੁਛ ਵੀ ਨਹੀਂ ਜ਼ੀਰੋ ਹੋਣਾ ਚਾਹੀਦਾ ਕਿਉਂ ਦਿਲਬਾਗ ਸਿੰਘ ਜੀ ਤੁਸੀਂ ਬੋਲੋ ਦੇਖੋ ਮੇਰਾ ਜੀ ਇੱਕ ਮੈਂ ਦੋ ਇਹਨਾਂ ਪਾਰਟਸ ਦੇ ਵਿੱਚ ਵੰਡਣਾ ਚਾਹੁੰਦਾ। ਇੱਕ ਤਾਂ ਹੈਗਾ ਆ ਕਿ ਜਦੋਂ ਅਸੀਂ ਜਪ ਕਰਨਾ, ਚੇਤੇ ਕਰਨਾ, ਯਾਦ ਕਰਨਾ, ਉਹ ਇੱਕ ਹੈ। ਅਤੇ ਇੱਕ ਉਹਦੀ ਪ੍ਰੈਕਟਿਸ ਕਰਨੀ ਜਿਹੜੀ ਹੈ, ਉਸ ਵੇਲੇ ਸਾਡੇ ਸਾਹਮਣੇ ਕੋਈ ਇਮੇਜ ਨਹੀਂ ਹੋਣਾ ਚਾਹੀਦਾ। ਜੇ ਅਸੀਂ ਆਪਣੇ ਸਾਡੇ ਸਾਹਮਣੇ ਇਮੇਜ ਨੂੰ ਅਸੀਂ ਰੱਖ ਕੇ ਕੁਛ ਕਰਾਂਗੇ ਤਾਂ ਅਸੀਂ ਲਿਮਿਟਿਡ ਹੋਵਾਂਗੇ। ਅਸੀਂ ਜਿਹੜੇ ਆਪਣੇ ਜੋ ਸਾਡੀ ਸਾਰੀ ਪੂਰੀ ਫਿਲੋਸਫੀ ਹੈ ਸਿੱਖਇਜ਼ਮ ਦੀ, ਉਹ ਫਿਰ ਖਤਮ ਹੋ ਜਾਏਗੀ। ਇਸ ਬਹੁਤ ਕਰਕੇ ਬਹੁਤ ਵਧੀਆ ਮੈਂ, ਜਵਾਬ ਵੈਰੀ ਵੈਰੀ ਗੁੱਡ ਆਨਸਰ ਹਾਂਜੀ ਬਲਦੇਵ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਅਸੀਂ ਪੂਜਾ ਕਰਨੀ ਹੈ ਉਹ ਅਕਾਲ ਦੀ ਕਰਨੀ ਹੈ, ਜਿਹਦੇ ਬਾਰੇ ਅਸੀਂ ਹੁਣੇ ਜਾਪ ਸਾਹਿਬ ਵਿੱਚ ਬਹੁਤ ਦੱਸ ਕੇ ਆਏ ਹਾਂ, ਸਿੱਖ ਕੇ ਆਏ ਹਾਂ। ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ, ਸ਼ਬਦ ਸਾਡਾ ਗੁਰੂ ਹੈ, ਇਹਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਸ਼ਬਦ ਕੀ ਹੈ, ਗੁਰੂ ਕੀ ਹੈ, ਆਪਣੀ ਸੁਰਤ ਨੂੰ ਉਸ ਧੁਨ ਨਾਲ ਜੋੜਨਾ ਹੈ ਜਿਹੜੀ ਸਾਰੇ ਬ੍ਰਹਿਮੰਡ ਵਿੱਚ ਚੱਲ ਰਹੀ ਹੈ। ਜਿਵੇਂ ਜਿਵੇਂ ਅਸੀਂ ਉੱਧਰ ਨੂੰ ਤੜਫਾਂਗੇ, ਬੇਨਤੀਆਂ ਕਰਾਂਗੇ, ਆਤਮਕ ਤਰੱਕੀ ਹੋਣ ਦੀ ਸੰਭਾਵਨਾ ਹੈ। ਤਿਵੇਂ ਤਿਵੇਂ ਵੀ ਅਸੀਂ ਉਸ ਅਕਾਲ ਪੁਰਖ ਨਾਲ ਜੁੜਾਂਗੇ, ਫਿਰ ਸਾਨੂੰ ਵਿਚਾਲੇ ਕੁਛ ਨਹੀਂ ਚਾਹੀਦਾ। ਇਹੀ ਮੇਰੀ ਬੇਨਤੀ ਹੈ ਜੀ। ਪਰ ਉੱਥੇ ਜਦੋਂ ਤੁਸੀਂ ਕਹਿੰਦੇ ਹੋ ਸ਼ਬਦ ਗੁਰੂ ਨਾਲ ਜੋੜਨੀ ਹੈ ਤੇ ਸ਼ਬਦ ਗੁਰੂ ਦਾ ਵੱਡਾ ਵਟ ਡੂ ਯੂ ਮੀਨ ਬਾਈ ਦੈਟ ਤਾਂ ਤੁਹਾਡੇ ਆਪਣੇ ਸਾਹਮਣੇ ਜਪਜੀ ਸਾਹਿਬ ਦਾ ਪਾਠ ਰੱਖੋਗੇ ਕੀ ਕਰੋਗੇ ਕੋਈ ਕੋਈ ਵੀ ਚੀਜ਼ ਪੋਸੀਬਲ ਰੱਖ ਲਓ, ਉੱਥੇ ਤੁਹਾਡੀ ਆਪਣੇ ਆਪਣੀ ਤੁਹਾਡੀ ਆਪਣੀ ਸੁਰਤ ਹੈ ਨਾ, ਤੁਹਾਡਾ ਆਪਣਾ ਮਨ ਹੈ। ਉੱਥੇ ਤੁਸੀਂ ਪੱਥਰ ਰੱਖ ਲਓ ਜਾਂ ਕੁਛ ਕਾਗਜ਼ ਰੱਖ ਲਓ, ਕੁਛ ਵੀ ਰੱਖ ਲਓ, ਪਰ ਇਹ ਨਿਰਤੇਜ ਕਹਿ ਰਿਹਾ ਕਿ ਕੀ ਅਸੀਂ ਬੰਦਗੀ ਕੋਈ ਚੀਜ਼ ਰੱਖ ਕੇ ਹੀ ਕਰ ਸਕਦੇ ਹਾਂ ਭਾਵੇਂ ਉਹ ਮੂਰਤ ਹੈ ਤੇ ਭਾਵੇਂ ਉਹ ਪੱਥਰ ਹੈ ਤੇ ਭਾਵੇਂ ਉਹ ਕੋਈ ਗੁਰਦੁਆਰਾ ਹੈ ਉਸ ਤੋਂ ਬਿਨਾਂ ਨਹੀਂ ਕਰ ਸਕਦੇ ਬੰਦਗੀ ਨਹੀਂ ਜੀ, ਬਿਲਕੁਲ ਕਿਸੇ ਚੀਜ਼ ਦੀ, ਆਰਟੀਕਲ ਦੀ, ਚਾਹੇ ਉਹ ਫਿਜ਼ੀਕਲ ਹੈ ਜਾਂ ਇਮੈਜਿਨਰੀ ਹੈ, ਲੋੜ ਨਹੀਂ ਹੈ। ਵਜ਼ੀਰ ਜੀ ਤੁਸੀਂ ਪਿਛਲੇ ਵਾਰੀ ਕੁਛ ਕਿਹਾ ਸੀ ਫਿਰ ਜ਼ਰਾ ਦੱਸੋ ਇਹ ਜੀ, ਮੈਂ ਨਾ ਇਹਦਾ ਜਿਹੜਾ ਜਵਾਬ ਹੈ ਉਹ ਗੁਰੂ ਨਾਨਕ ਦਾ ਆਪੀ ਜਵਾਬ ਹੈ, ਜਿਨ ਆਤਮ ਚੀਨਿਆ ਪਰਮਾਤਮ ਸੋਈ। ਹੁਣ ਜਿਸ ਨੇ ਆਤਮਾ ਨੂੰ ਸਮਝ ਲਿਆ, ਉਹਨੂੰ ਜੇ ਫੋਰਮ ਹੈ ਜਾਂ ਨਹੀਂ ਹੈ, ਉਸ ਫੋਰਮਲੈਸ ਪਰਮਾਤਮਾ ਦੀ ਵੀ ਸਮਝ ਆ ਗਈ। ਪਰ ਇਹ ਆਤਮਾ ਕੀ ਹੈ ਅਤੇ ਇਸਨੂੰ ਕਿਵੇਂ ਸਾਹਮਣੇ ਲਿਆਇਆ ਜਾਵੇ, ਇਹਨੂੰ ਸਾਖੀਅਤ ਕਿਵੇਂ ਕਰਿਆ ਜਾਏ ਅਤੇ ਇਹਨੂੰ ਕਰਿਆ ਕਿਵੇਂ ਜਾਏ, ਇਹਨਾਂ ਦੋਵਾਂ ਗੱਲਾਂ ਦਾ ਉੱਤਰ ਵੀ ਗੁਰੂ ਸਾਹਿਬ ਥਾਂ ਥਾਂ ਦਿੰਦੇ ਹਨ। ਪਹਿਲਾਂ ਤਾਂ ਗੱਲ ਇਹ ਹੈ ਕਿ ਦਿਸ ਪਹਿਲੀ ਗੱਲ ਇਹ ਦੱਸਦੇ ਹਨ ਕਿ ਦੁਨੀਆ ਦਾ ਗਿਆਨ ਮਨ ਅਤੇ ਗਿਆਨ ਇੰਦਰੀਆਂ ਦੁਆਰਾ ਪਾਇਆ ਜਾ ਸਕਦਾ, ਇਹ ਦੁਨੀਆ ਦਾ ਗਿਆਨ ਹੈ। ਅਤੇ ਪਰ ਆਤਮਾ ਜਾਂ ਪਰਮਾਤਮਾ ਇਹਨਾਂ ਤੋਂ ਬਹੁਤ ਦੂਰ ਦੀ ਗੱਲ ਹੈ,
ਉਹਨਾਂ ਦਾ ਗਿਆਨ ਤੁਹਾਡਾ ਆਪਣੀ ਗਿਆਨ ਇੰਦਰੀ ਜਾਂ ਆਪਣੇ ਮਨ ਨਾਲ ਨਹੀਂ ਪਾਇਆ ਜਾ ਸਕਦਾ। ਉਹ ਅਗਮ ਅਗੋਚਰ, ਜੇ ਉਹਦੇ ਦਰਸ਼ਨ ਹੋ ਵੀ ਗਏ ਤਾਂ ਉਹਨੂੰ ਕਿਵੇਂ ਦੱਸਿਆ ਜਾਵੇ। ਇਹ ਗੁਰਬਾਣੀ ਇਹਨੂੰ ਸਿਰਫ ਗੁੰਗੇ ਦੀ ਮਠਿਆਈ ਕਹਿ ਕੇ ਬੰਦ ਕਰ ਦਿੰਦੀ ਹੈ ਕਿ ਉਹਦਾ ਬਿਆਨ ਨਹੀਂ ਕਰਿਆ ਜਾ ਸਕਦਾ। ਪਰ ਇਹ ਜੇ ਪੁਰਖ ਨਾਦਰਨ ਆਵੀ ਤਿਸਕਾ ਕਿਆ ਕਰ ਕਿਹਾ ਜਾਏ। ਇਹ ਸਾਰੀਆਂ ਮਜਬੂਰੀਆਂ ਦੇ ਬਾਵਜੂਦ ਗੁਰੂ ਸਾਹਿਬ ਇਹਦਾ ਉੱਤਰ ਵੀ ਦਿੰਦੇ ਹਨ। ਉਹ ਇਹ ਹੈ ਕਿ ਸਭਨਾ ਮਾਹੇ ਸਮਾਇਆ ਤਿੰਨ ਕਰਤੇ ਆਪ ਲੁਕਾਇਆ, ਅਗਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘੱਟ ਘੱਟ ਦੇਖਿਆ। ਅਤੇ ਇਹ ਆਪਣੇ ਹੀ ਆਪ ਨੂੰ ਅਤੇ ਆਪਣੇ ਸਾਰੇ ਨੂੰ ਦੇਖਣਾ ਆਏਗਾ। ਅਰਥਾਤ ਇਹ ਥੋੜ੍ਹੀ ਸੁਰਤ ਦੀ ਅਵਸਥਾ ਹੈਗੀ, ਪਰ ਇਹ ਗੁਰਬਾਣੀ ਇਹਦਾ ਜਵਾਬ ਦਿੰਦੀ ਹੈ ਕਿ ਨਾਮ ਸਿਮਰਨ। ਪਰ ਨਾਮ ਕਿਵੇਂ ਸਿਮਰੀਏ? ਪ੍ਰੋਬਲਮ ਇਹ ਹੈਗੀ ਕਿ ਨਾਮੀ ਦਾ ਜਦੋਂ ਤਾਈਂ ਤਸੱਵਰ ਤੁਹਾਡੇ ਮਨ ਵਿੱਚ ਨਹੀਂ ਆ ਸਕਦਾ ਤਾਂ ਕੀ ਤੁਸੀਂ ਨਾਮੀ ਨੂੰ ਸਿਮਰ ਸਕਦੇ ਹੈ? ਅਤੇ ਫਿਰ ਹੁਣ ਨਾਮੀ ਦਾ ਜਿਹੜਾ ਤਸੱਵਰ ਹੈ ਉਹ ਗੁਰਬਾਣੀ ਫਿਰ ਅੱਗੇ ਦੋ ਹਿੱਸਿਆਂ 'ਚ ਬਣਦੀ ਜੀ। ਇੱਕ ਨਿਰਗੁਣ ਸਰਗੁਣ, ਜਿਹੜਾ ਨਿਰਗੁਣ ਹੈ ਉਹ ਤੁਹਾਡੀ ਪਹੁੰਚ ਤੋਂ ਬਾਹਰ ਹੈ, ਉਹਨੂੰ ਤੁਸੀਂ ਆਪਣੇ ਕਿਆਸ ਦੇ ਵਿੱਚ ਆਪਣੇ ਮਨ ਵਿੱਚ ਨਹੀਂ ਲਿਆ ਸਕਦੇ। ਪਰ ਜਦੋਂ ਉਹਦੀ ਰਚਨਾ ਹੈ, ਉਹਦਾ ਸਰਗੁਣ ਸਰੂਪ ਹੈ, ਇਹ ਸਰਗਣ ਸਰੂਪ ਹੀ ਉਹਦਾ ਨਾਂ ਹੈ, ਉਹੀ ਨਾਮੀ ਹੈ, ਇਹੀ ਉਹਦਾ ਨਾਂ ਹੈਗਾ। ਪਰ ਇਹ ਉਹ ਆਪਣੇ ਆਪ ਨਾਵਾਂ ਦੀ ਕੈਦ ਤੋਂ ਬਾਹਰ ਹੈ। ਜੇਤਾ ਕੀਤਾ ਤੇਤਾ ਨਾਂ ਉਹ ਵੀ ਹੈ, ਅਤੇ ਇਸ ਕਰਕੇ ਨਾਮ ਕੋਈ ਵੀ ਲੈ ਲਓ, ਕੋਈ ਵੀ ਤੁਸੀਂ ਫੋਟੋ ਬਣਾ ਲਓ, ਕੁਛ ਵੀ ਕਰ ਲਓ, ਉਹਨੂੰ ਸਾਹਮਣੇ ਰੱਖ ਕੇ ਜੇ ਤੁਸੀਂ ਸਰਬ ਵਿਆਪਕ ਨਿਰ ਇਹ ਸਿਰਫ ਤੁਹਾਡਾ ਸਟਾਰਟਿੰਗ ਪੁਆਇੰਟ ਹੈ, ਪਰ ਇਹ ਤੋਂ ਤੁਸੀਂ ਅੱਗੇ ਉੱਠਣਾ ਹੈਗਾ। ਇਹ ਵਿਆਪਕ ਨਿਰਗੁਣ ਵਿੱਚ, ਨਿਰਗੁਣ ਵਿੱਚ ਲੀਨ ਹੋਣਾ ਉਹਦੀ ਸਹਾਇਤਾ, ਇਹ ਤੁਹਾਡੇ ਮਨ ਨੂੰ ਇੱਕ ਹਰਕਤ ਵਿੱਚ ਲਿਆਉਣ ਦੀ ਹੈ। ਜਦ ਇਹਦਾ ਇਹਨੂੰ ਜੇ ਤੁਸੀਂ ਨਾ ਪੇਜ 1110 1110 'ਤੇ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਦਾ ਸ਼ਬਦ ਹੈ, ਤਾਰਾ ਚੜ੍ਹਿਆ ਲੰਬਾ ਕਿਉਂ ਨਾਦਰ ਨਿਹਾਲਿਆ ਰਾਮ। ਇਹ ਸ਼ਬਦ ਨੂੰ ਸਾਰੇ ਨੂੰ ਪੜ੍ਹ ਲਓ, ਇਹ ਤੋਂ ਬਾਅਦ ਤੁਹਾਨੂੰ ਸਮਝ ਆ ਜਾਏਗੀ ਕਿ ਨਿਰਗੁਣ ਅਤੇ ਸਰਗੁਣ ਦੀ ਭਗਤੀ ਕਿਵੇਂ ਕਰਨੀ ਹੈ। ਇੱਕ ਗੱਲ ਮੈਂ ਹੋਰ ਕਹਿ ਇੱਕ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਨਰਤੇਜ, ਥੋੜ੍ਹਾ ਜਿਹਾ ਮੇਰੇ ਖਿਆਲ ਮੈਂ ਕੁਸ਼ਚਨ ਨੂੰ ਅਮੈਂਡ ਕਰਾਂਗਾ। ਜਦੋਂ ਮੋਜ਼ਿਸ ਵਾਹਿਗੁਰੂ ਦੇ ਕੋਲ ਗਿਆ ਤੇ ਉਹ ਆਪਣੇ ਫੋਲੋਅਰ ਨੂੰ ਕਹਿ ਕੇ ਗਿਆ ਸੀ ਵੀ ਉਹਦਾ ਕੋਈ ਤੁਸੀਂ ਵਾਹਿਗੁਰੂ ਦਾ ਬੁੱਤ ਨਹੀਂ ਬਣਾਉਣਾ, ਬੁੱਤ ਨੂੰ ਨਹੀਂ ਪੂਜਣਾ। ਤੇ ਜਿਸ ਵੇਲੇ ਉਹ ਵਾਹਿਗੁਰੂ ਕੋਲ ਗਿਆ, ਬੜਾ ਟਾਈਮ ਲੱਗਿਆ ਉਹਨੂੰ ਉੱਥੇ, ਤੇ ਉਹ ਭੁੱਲ ਗਏ ਸਿੱਖਿਆ, ਤੇ ਉਹਨਾਂ ਨੇ ਫਿਰ ਕੁਛ ਉਹ ਕੋਈ ਕਾਫ ਜਿਹਾ ਬਣਾ ਕੇ ਉਹਨੂੰ ਪੂਜਣ ਲੱਗ ਪਏ, ਤੇ ਜਦੋਂ ਉਹ ਆਇਆ ਤੇ ਉਹਨੂੰ ਬੜਾ ਗੁੱਸਾ ਆਇਆ। ਉੱਥੋਂ ਮੈਨੂੰ ਨਵਦੇਵ ਇਹ ਗੱਲ ਖਿਆਲ ਆਉਂਦਾ ਕਿ ਹਦਾਇਤ ਇਹ ਹੈ ਕਿ ਤੁਸੀਂ ਕਿਸੇ ਕਿਸੇ ਵੀ ਇਮੇਜ ਨੂੰ ਜਾਂ ਬੁੱਕ ਨੂੰ ਵਾਹਿਗੁਰੂ ਬਣਾ ਕੇ ਨਾ ਪੂਜੋ, ਬਾਕੀ ਜੋ ਮਰਜ਼ੀ ਕਰੋ। ਜੋ ਮਹਿੰਦਰ ਨੇ ਕਿਹਾ ਕਿ ਗੁਰਦੁਆਰਾ ਆ ਗਿਆ ਸਾਹਮਣੇ, ਕਰਤਾਰਪੁਰ ਆ ਗਿਆ, ਹਰਿਮੰਦਰ ਸਾਹਿਬ ਆ ਗਿਆ, ਸੋ ਫਾਰ ਤੁਸੀਂ ਇਹ ਕਹਿੰਦੇ ਹੋ ਕਿ ਇਹ ਵਾਹਿਗੁਰੂ ਦਾ ਘਰ ਹੈ, ਵਾਹਿਗੁਰੂ ਨਹੀਂ ਹੈ, ਆਈ ਥਿੰਕ ਦੈਨ ਇਟ ਇਜ਼ ਫਾਈਨ। ਭਾਈ ਸਾਹਿਬ ਲੇਕਿਨ ਮੈਂ ਕੁਛ ਕਹਾਂ ਇੱਕ ਸੈਕਿੰਡ ਇਹਦੇ ਬਾਅਦ। ਸੋ ਮੇਰਾ ਆਪਣਾ ਖਿਆਲ ਹੈ, ਜੋ ਮੇਰਾ ਆਪਣਾ ਆਈ ਕੈਨ ਬੀ ਰੋਂਗ, ਕਿ ਵਾਹਿਗੁਰੂ ਦਾ ਸ਼ਕਲ ਬਣਾਉਣੀ ਵਰਜਿਤ ਹੈ, ਵਾਹਿਗੁਰੂ ਦੀ ਸ਼ਕਲ ਬਣਾ ਕੇ ਉਹਨੂੰ ਪੂਜਣਾ ਵਰਜਿਤ ਹੈ, ਬਾਕੀ ਠੀਕ ਹੈ। ਕਹਿੰਦੇ ਸੇ ਫਿਊ ਵਰਡਸ ਆਈ ਡੋ, ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ। ਬਬਲੀ ਕਹਿ ਲੈ ਜੋ ਕਹਿਣਾ। ਨਹੀਂ ਮੈਂ ਇੱਕ ਮਿੰਟ ਗਈ ਕਹਿਣਾ, ਮੈਂ ਕਿਹਾ ਤੁਸੀਂ ਅੱਖ ਬੰਦ ਕਰਦੇ ਹੋ ਨਹੀਂ ਤਾਂ ਤੁਹਾਡਾ ਮਾਈਂਡ ਚਾਰੋਂ ਤਰਫ ਦੌੜਦਾ ਹੈ, ਯੂ ਹੈਵ ਟੂ ਕੰਸੈਂਟਰੇਟ ਔਨ ਸਮਥਿੰਗ, ਹੈ ਕਿ ਨਹੀਂ? ਤੁਸੀਂ ਕੋ ਫੋਨ ਕਰਦੇ ਹੋ ਪਰ ਤੁਸੀਂ ਕੁਐਸਚਨ ਆਪਣਾ, ਇਹ ਹੈ ਨਹੀਂ ਹਾਂਜੀ ਖਿਆਲ ਖਿਆਲ ਨੂੰ ਦੌੜਨ ਦਿਓ, ਤੁਸੀਂ ਖਲਕ ਦੌੜਦਾ ਹੈ। ਖਿਆਲ ਆਇਆ ਹਾਂਜੀ ਉਹਦੇ ਵਿੱਚ ਮਿਸਟਰ ਐਕਸ ਦਾ ਸ਼ਕਲ ਆ ਗਈ, ਇਹ ਨਾ ਕਹੋ ਹੁਣ ਮਿਸਟਰ ਐਕਸ ਰੱਬ ਹੈ, ਕਿ ਇਹ ਰੱਬ ਦੀ ਸ਼ਕਲ ਹੈ। ਪਰ ਤੁਸੀਂ ਆਈ ਥਿੰਕ ਕਨਸੈਂਟਰੇਟ ਤੇ ਕਰਨਾ ਨਾ ਇੱਕ ਚੀਜ਼ ਤੇ, ਕੁਝ ਵੀ ਤੁਹਾਡਾ ਆਈ ਥਿੰਕ ਦੈਟ ਇਜ਼ ਵਰਜਿਤ। ਬਾਕੀ ਤੁਹਾਨੂੰ ਕੰਸੈਂਟਰੇਸ਼ਨ ਵਾਸਤੇ ਕੋਈ ਨਾ ਕੋਈ ਚੀਜ਼ ਅਗਰ ਰੱਖੋਗੇ ਤਾਂ ਕੋਈ ਗਲਤ ਨਹੀਂ ਹੈ, ਸੋ ਫਾਰ ਉਸ ਚੀਜ਼ ਨੂੰ ਤੁਸੀਂ ਅਕਾਲ ਪੁਰਖ ਨਹੀਂ ਕਹਿੰਦੇ, ਮੇਰਾ ਤਾਂ ਇਹ ਖਿਆਲ ਆ। ਅੱਗੋਂ
let us let it be continued next week. ठीक है नतेज? हाले असी इन्नी गल करते हैं कि साढ़े सारे कोई ना कोई अपने सामने रखते ने, कोई गुरद्वारा रखते ने, या कोई शब्द जिस तरह मलदेव ने कहा शब्द गुरु रखते ने कॉन्सनट्रेशन वास्ते, कि ये ठीक है कि पर जे तुसी धार्मिक पुस्तक पढ़ो कि एक्चुअली जड़ा है वो बाइबल जी पहली टेस्टमेंट है उसके विच डेफिनेटली है कि वाहगुरु ने कहा यू विल नॉट मेक माई इमेज. That's right. चलो महेंद्र सिंह जी पढ़ो 40th body. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ. ਖਾਲਸਾ ਵਾਹਿਗੁਰੂ ਜੀ ਕੀ. ਤੁਸੀਂ ਫੇਰ ਮਿਊਟ ਤੇ ਹੋ ਗਏ. ਮਿਊਟ ਆਵਾਜ਼ ਨਹੀਂ ਆ ਰਹੀ. ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸੱਸੇ ਪੂਰੇ ਗੁਰ ਤੇ ਜਾਣੀ ਸੁਨਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ. ਨਾਮ ਹਮੇਸ਼ਾ ਤੁਹਾਡੇ ਬੁੱਲਾਂ ਤੇ ਰਹਿਣਾ ਚਾਹੀਦਾ ਤੁਹਾਡੀ